ਆ ਲਓ ਜੀ ਜਾਮਣ। ਪੈਗ ਹੋਰ ਬਣਾਵਾਂ? ਪੈਗ ਰਹਿਣ ਦੇ, ਐਫੀਡੈਵਿਟ ਬਣਾ ਲੈ ਵੀ ਅਸੀਂ ਫਾਹ ਲੈਣ ਚੱਲੇ ਹਾਂ। ਸਾਲਿਓ ਕਿੰਨੀਆਂ ਜਨਾਨੀਆਂ ਤੁਹਾਡੇ ਤਿੰਨਾਂ ਦੀਆਂ? ਤਿੰਨ? ਸਾਲਿਆ ਤੁਹਾਡੇ ਵਾਲੇ ਪਾਸੇ ਤਿੰਨਾਂ ਨਾਲ ਪੂਰਾ ਪਿੰਡ ਵਿਆਹੁੰਦੇ ਹੁੰਦੇ ਆ। ਸਾਲਿਆ ਅਸੀਂ ਤਿੰਨ ਜਾਣੇ ਆ, ਤਿੰਨਾਂ ਦੀਆਂ ਤਿੰਨੇ ਹੋਣੀਆਂ। ਉਹ ਸ਼ਰਮ ਕਰੋ ਸ਼ਰਮ। ਸਾਲਿਓ ਤੁਹਾਡੇ ਤੋਂ ਇੱਕ ਇੱਕ ਨਹੀਂ ਸਾਂਭੀ ਜਾਂਦੀ, ਇੱਧਰ ਦੇਖੋ ਇਕੱਲਾ ਹੀ ਕਿੰਨੀਆਂ ਸਾਂਭੀ ਬੈਠਾ। ਸਾਲਿਆ ਜਿੱਦਾਂ ਦੀਆਂ ਸਾਡੀਆਂ ਨਾ, ਉਦਾਂ ਦੀ ਇੱਕ ਸਾਂਭ ਕੇ ਦਿਖਾ। ਬਾਬਾ ਰਾਮਦੇਵ ਦੇ ਅਲੋਮ ਵਿਲੋਮ ਵਾਂਗੂ ਤੇਰੇ ਸਾਰ ਉੱਤੇ ਥੱਲੇ ਹੋ ਕੇ ਗੱਲ ਕਰੀ, ਬਕਵਾਸ ਮਾਰਦਾ ਪਿਆ ਕੇ ਲੰਡੀ ਲੜੂ ਸਾਰਾ ਹਵਾ ਕਰੀ ਜਾਂਦਾ ਯਾਰ। ਹਵਾ ਨਹੀਂ ਕਰਦਾ, ਤੁਹਾਨੂੰ ਜ਼ਿੰਦਗੀ ਦੀ ਸੱਚਾਈ ਦੱਸਦਾ, ਮਰਦ ਉਹੀ ਜਿਹੜਾ ਜਨਾਨੀ ਨੂੰ ਕੁਸਕਣ ਨਾ ਦੇਵੇ। ਸਾਲਿਓ ਤੁਹਾਡੇ ਮਾੜੇ ਹਾਲਾਤ ਦੇਖ ਕੇ ਇੱਕ ਸ਼ੇਰ ਯਾਦ ਆਇਆ। ਸਾਨੂੰ ਵੀ ਬੜੇ ਸ਼ੇਰ ਆਉਂਦੇ ਹੁੰਦੇ ਸੀ ਗੁਰੂਆ, ਵਿਆਹ ਤੋਂ ਪਹਿਲਾਂ ਹੋ ਲੈਂਦੇ ਤੇਰਾ ਵੀ ਰਸੋਈ 'ਚ ਵੜ ਵੜ ਕੇ ਸੈਡ ਸੌਂਗ ਨਾ ਲਿਖਿਆ ਕਰੇਗਾ ਤਾਂ ਗੱਲ ਕਰੇ। ਆ ਜੱਟ ਅੱਜ ਵੀ ਰਾਜ ਕਰਦਾ ਤੇ ਵਿਆਹ ਤੋਂ ਬਾਅਦ ਵੀ ਰਾਜ ਕਰੂ। ਉਹ ਜਿਵੇਂ ਤੂੰ ਉੱਡਿਆ ਫਿਰਦਾ ਨਾ, ਸਾਲਿਆ ਤੇਰਾ ਤਾਂ ਹੁਣ ਜਨਾਨੀ ਇਲਾਜ ਕਰੂ। ਉਹ ਮੈਂ ਤਾਂ ਰਾਜ ਕਰੂੰ, ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹਾਂ। ਬੈਠਾ ਰਹਿ ਇੱਥੇ ਯਾਰ, ਸਾਨੂੰ ਤਾਂ ਜਨਾਨੀਆਂ ਉਡੀਕਦੀ ਨੇ ਨਾ। ਚਲੋ ਚੱਲੀਏ। ਓਏ ਤੁਸੀਂ ਤੈਨੂੰ ਮੇਰੇ ਫੇਸਬੁੱਕ ਤੇ ਦੋਸਤ ਹੋ ਨਾ? ਹੈਗੇ ਆ। ਕਿਉਂ? ਬਸ ਫਿਰ ਫੇਸਬੁੱਕ ਤੱਕ ਰੇ ਆਰਡਰ ਪੋਕੋ। ਖਬਰਦਾਰ ਜੇ ਚਾਰ ਬੰਦਿਆਂ 'ਚ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਸਾਲੀ ਦਾਰੂ ਨਾਲ ਜਾਮਣਾ ਖਾਣ ਵਾਲੀ ਕੌਮ। ਵੀਰ ਜੀ, ਪਿਸਤੇ ਅਸੀਂ ਵੀ ਬੜੇ ਖਾਂਦੇ ਸੀ ਦਾਰੂ ਨਾਲ, ਆ ਤਾਂ ਵਿਆਹ ਤੋਂ ਬਾਅਦ ਸਾਲੀ ਟੈਨਸ਼ਨਾਂ ਨੇ ਸ਼ੂਗਰ ਕਰਤੀ, ਜਾਮਣਾ ਤੇ ਆ ਗਏ ਸਨ। ਐਸਾ ਘਟੀਆ ਬੰਦਾ, ਇਹਨੂੰ ਸਾਲੇ ਨੂੰ ਕੀ ਪਤਾ ਵਿਆਹ ਬਾਰੇ ਦੀ ਜ਼ਿੰਦਗੀ ਕੀ ਹੁੰਦੀ ਆ। ਸੱਚ ਕਿਹਾ ਚਾਰਲੀ ਚੈਪਲਨ ਨੇ ਕਿ 365 ਜਲੇਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ। ਉਹ ਚਾਰਲੀ ਚੈਪਲਨ ਦੀਆਂ ਮੈਂ 50 ਫਿਲਮਾਂ ਦੇਖੀਆਂ ਨੇ, ਇੱਕ 'ਚ ਵੀ ਨਹੀਂ ਬੋਲਿਆ, ਬਸ ਐਂ ਕਰਦਾ ਰਿਹਾ। ਉਹ ਸਾਲੇ ਉਹ ਅੰਗਰੇਜ਼ੀ ਫਿਲਮਾਂ 'ਚ ਕੰਮ ਕਰਦਾ ਸੀ, ਉਹ ਜੇ ਬੋਲਦਾ ਵੀ ਤੁਹਾਨੂੰ ਕਿਹੜਾ ਸਮਝ ਆਉਣੀ ਸੀ। ਸਮਝ ਤਾਂ ਸਾਡੀ ਜਨਾਨੀਆਂ ਨੇ ਮਾਰੀ ਪਈ ਹੈ, ਸਾਲਾ ਤੂਫਾਨ ਲਿਆਂਦਾ ਪਿਆ ਜ਼ਿੰਦਗੀ 'ਚ। ਅਜੇ ਤਾਂ ਕੁੜੀਆਂ ਹੀ ਮਰਦੀਆਂ ਨੇ, ਤੇ ਜਿੱਦਣ ਇਹ ਇੱਕ ਅੱਧੀ ਤੇ ਮਰ ਗਿਆ ਨਾ, ਨੇਰੀਆਂ ਵੀਰ ਜੀ ਇੱਧਰ ਵੀ ਆ ਜਾਣੀਆਂ। ਤਿਆਰੀ ਰੱਖੋ ਪੁੱਤਰ ਜੀ, ਕੋਈ ਪਤਾ ਨਹੀਂ ਸੁਨਾਮੀ ਰਾਜ ਕਿੱਥੇ ਮੋਰਚਾ ਲਾ ਕੇ ਖੜੀ ਹੋਣੀ। ਚੱਲ ਕੀ ਆ, ਪਿਆਰ ਵੀ ਤਾਂ ਨਹੀਂ ਹੁੰਦਾ। ਕੀ ਕਰ ਰਹੇ ਹੋ ਤੁਸੀਂ? ਆਈ ਮੀਨ ਵਾਟ ਆਰ ਯੂ ਡੂਇੰਗ? ਪੰਜਾਬੀ ਉਹ ਤੁਸੀਂ ਐਡਾ ਖੜੇ ਜੀ, ਮੈਨੂੰ ਲੱਗਿਆ ਸ਼ਾਇਦ ਤੁਸੀਂ ਇੰਨੇ ਹੋ ਜੀ। ਮੈਂ ਇੱਥੇ ਆਪਣੀਆਂ ਫੋਟੋਗ੍ਰਾਫਸ ਖਿਚਵਾ ਰਹੀ ਹਾਂ। ਯੂ ਕੈਮ ਮਿਲ। ਅਸ਼ਲ ਥੈਂਕ ਯੂ ਸੋ ਮਚ। ਯੂ ਵੈਲਕਮ। ਐਕਸਕਿਊਜ਼ ਮੀ। ਆ ਬਾਏ ਦਾ ਵੇ ਮੈਂ ਵੀ ਪੰਜਾਬੀ ਹਾਂ ਜੀ। ਉਹ ਦੱਸਣ ਦੀ ਲੋੜ ਨਹੀਂ, ਐਕਚੁਅਲੀ ਤੁਹਾਡੀਆਂ ਹਰਕਤਾਂ ਤੋਂ ਪਤਾ ਲੱਗਦਾ ਹੈ। ਵੈਸੇ ਤੁਹਾਡੀਆਂ ਹਰਕਤਾਂ ਤੋਂ ਹੀ ਪਤਾ ਲੱਗਦਾ ਤੁਸੀਂ ਇੱਥੇ ਦੇ ਨਹੀਂਗੇ ਜੀ। ਓ ਯਾ, ਮੈਂ ਇੱਥੇ ਥਾਈਲੈਂਡ ਟੂਰਿਜ਼ਮ ਦੀ ਰਿਸਰਚ ਤੇ ਹਾਂ। ਅੱਛਾ। ਮੈਂ ਛੱਡ ਦਣਾ ਜੀ ਤੁਹਾਨੂੰ, ਤਕਲੀਫ ਕਰਨ ਦੀ ਲੋੜ ਨਹੀਂ ਹੈ। ਇਹਦੇ 'ਚ ਕਾਹਦੀ ਤਕਲੀਫ ਜੀ, ਮੇਰੀ ਕਿਹੜਾ ਘਰੇ ਕੋਈ ਵੇਟ ਕਰਦਾ। ਸਿੰਗਲ ਹਾਂ ਜੀ, ਹੁਣ ਉਮੀਦ ਆ ਵੀ ਛੇਤੀ ਡਬਲ ਹੋ ਜਾਵਾਂਗੇ। ਆਲ ਦ ਬੈਸਟ। ਅਬ ਇੰਪੋਰਟ ਐਕਸਪੋਰਟ ਦਾ ਵਧੀਆ ਬਿਜ਼ਨਸ ਸੈੱਟ ਆ ਜੀ ਆਪਣਾ ਉਰੇ, ਕਦੇ ਇੱਥੇ ਹੋਈ ਦਾ ਜੀ, ਕਦੇ ਪੰਜਾਬ, ਤੇ ਜਿਹੜੀ ਵਿਆਹ ਕੇ ਆਊਗੀ ਨਾ ਜੀ, ਐਸ਼ ਕਰੂਗੀ। ਵੈਰੀ ਗੁੱਡ। ਅਬ ਚਾਰ ਕਨਾਲ ਦੀ ਕੋਠੀ ਆ ਜੀ ਚੰਡੀਗੜ੍ਹ 'ਚ, ਪਿੱਛੇ ਜ਼ਮੀਨ ਜ਼ਿਆਦਾ ਵੀ ਚੰਗੀ ਹੈ। ਹੁਣ ਦੱਸੋ ਜੀ ਤੁਹਾਨੂੰ ਕਿੱਥੇ ਛੱਡੀਏ? ਤੁਸੀਂ ਮੈਨੂੰ ਇੱਥੇ ਹੀ ਛੱਡ ਦਿਓ। ਨਾਲੇ ਸੁਣ, ਮੈਨੂੰ ਪਤਾ ਸੀ ਵਾਪਸ ਆਓਗੇ ਤੇ ਕਹੋਗੇ ਪਲੀਜ਼ ਮੈਨੂੰ ਘਰੇ ਛੱਡ ਦਿਓ। ਮੈਂ ਐਕਚੁਅਲੀ ਇਹ ਕਹਿਣਾ ਚਾਹੁੰਦੀ ਸੀ ਕਿ ਪਲੀਜ਼ ਤੁਸੀਂ ਮੈਨੂੰ ਆਪਣਾ ਡੇਟ ਆਫ ਬਰਥ ਤੇ ਆਪਣੀ ਫੋਟੋਗ੍ਰਾਫ ਵੀ ਦੇ ਦਿਓ, ਅਗਲੀ ਵਾਰ ਜਦ ਮੈਂ ਤੁਹਾਨੂੰ ਮਿਲਾਂ ਤੇ ਹੋ ਸਕਦਾ ਹੈ ਸ਼ਾਇਦ ਕਿਸੇ ਚੰਗੇ ਰਿਸ਼ਤੇ ਨਾਲ ਮਿਲਾਂ। ਮਰਜ਼ੀ ਹੈ ਜੀ ਤੁਹਾਡੀ।
ਜੇ ਤੁਸੀਂ ਇਹ ਸੋਚਦੇ ਹੋ ਕਿ ਮੈਨੂੰ ਪਤਾ ਸੀ ਤੁਸੀਂ ਥਾਈਲੈਂਡ ਟੂਰਿਜ਼ਮ ਦੇ ਉੱਤੇ ਰਿਸਰਚ ਕਰ ਰਹੇ ਹੋ ਤੇ ਮੈਂ ਹਰ ਟੂਰਿਸਟ ਸਪੌਟ ਦੇ ਉੱਤੇ ਤੁਹਾਡੇ ਪਿੱਛੇ ਪਿੱਛੇ ਘੁੰਮ ਰਿਹਾ ਕਿ ਤੁਹਾਡੇ ਨਾਲ ਗਾਟੀ ਪਾ ਤੇ ਤੁਸੀਂ ਗੱਲ ਸੋਚੋ ਆਪਾਂ ਬਾਈ ਚਾਂਸ ਮਿਲੇ ਆ ਜੀ ਵੈਸੇ ਤੁਸੀਂ ਕਾਫੀ ਕੁਝ ਆਪ ਵੀ ਨਹੀਂ ਸੋਚ ਲੈਂਦੇ ਬੰਦਾ ਸੋਚ ਸੋਚ ਕੇ ਪੈਰ ਰੱਖੇ ਨਾ ਜ਼ਿੰਦਗੀ ਦੇ ਵਿੱਚ ਕਦੇ ਠੋਕਰ ਨਹੀਂ ਖਾਂਦਾ ਇੰਨੀ ਕਿਤੇ ਜਲਦੀ ਹੈ ਜੀ ਜਿਹੜੇ ਮੁੰਡੇ ਕੁੜੀਆਂ ਦੇ ਪਿੱਛੇ ਪਏ ਰਹਿੰਦੇ ਨੇ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਤੁਹਾਡੀ ਸੋਚ ਮੇਰੀ ਮੰਮੀ ਨਾਲ ਬਹੁਤ ਮਿਲਦੀ ਹੈ ਜੀ ਵੈਸੇ ਮੈਂ ਤੁਹਾਨੂੰ ਦੱਸਾਂ ਥਾਈਲੈਂਡ ਦੇ ਵਿੱਚ ਮੇਰੇ ਤੋਂ ਵਧੀਆ ਗਾਈਡ ਤੁਹਾਨੂੰ ਕੋਈ ਨਹੀਂ ਮਿਲਣਾ ਜੀ ਤੁਹਾਡੀ ਰਿਸਰਚ ਪੂਰੀ ਹੋ ਜਾਏਗੀ ਤੇ ਬੰਦੇ ਦੀ ਸਰਚ ਕਿਉਂ ਜੀ ਕਾਫੀ ਚੰਗਾ ਤਰੀਕਾ ਹੈ ਕੁੜੀਆਂ ਤੇ ਲਾਈਨ ਮਾਰਨ ਦਾ ਨਾ ਨਾ ਜੀ ਜਮਾਂ ਹੀ ਚੰਗਾ ਨਹੀਂ ਗਾ ਜੀ ਅੱਜ ਤੱਕ ਤਾਂ ਇਸ ਤਰੀਕੇ ਨਾਲ ਕੋਈ ਕੁੜੀ ਨਹੀਂ ਫਸੀ ਹੈਗੀ ਜੀ ਮੈਂ ਲੱਕੀ ਹਾਂ ਅੱਛਾ ਤੁਸੀਂ ਇਸ ਚੀਜ਼ ਨੂੰ ਵੀ ਲੱਕੀ ਕਹਿੰਦੇ ਹੋ ਨਹੀਂ ਨਹੀਂ ਮੇਰਾ ਨਾਂ ਲੱਕੀ ਹੈ ਜੀ ਓ ਸੀਰਤ ਅੱਛਾ ਵੈਸੇ ਤੁਹਾਨੂੰ ਵੇਖ ਕੇ ਲੱਗਦਾ ਨਹੀਂ ਹੈ ਕਿ ਤੁਹਾਡੀ ਕੋਈ ਗਰਲਫ੍ਰੈਂਡ ਨਹੀਂ ਹੋਣੀ ਨਹੀਂ ਨਹੀਂ ਜੀ ਫਰੈਂਡਾਂ ਬਹੁਤ ਨੇ ਪਰ ਕੋਈ ਇਦਾਂ ਦੀ ਨਹੀਂ ਹੈਗੀ ਜਿਹਨੂੰ ਦੇਖ ਕੇ ਦਿਲ ਕਹੇ ਇੱਕ ਹੀ ਕਾਫੀ ਹੋਰਾਂ ਤੋਂ ਮਾਫੀ ਬੜਾ ਹੀ ਅਨਰੋਮੈਂਟਿਕ ਜਿਹਾ ਰੋਮਾਂਸ ਕਰਦੇ ਹੋਵੋਗੇ ਤੁਸੀਂ ਕਾਫੀ ਪੀ ਲਓਗੇ ਜੀ ਮੇਰੇ ਨਾਲ ਸੌਰੀ ਗੁੱਡ ਮੈਨੂੰ ਕੁੜੀਆਂ ਬਿਲਕੁਲ ਪਸੰਦ ਨਹੀਂ ਜਿਹੜੀਆਂ ਪਹਿਲੀ ਵਾਰੀ ਮੁੰਡੇ ਨੂੰ ਕਾਫੀ ਪੀਣ ਲਈ ਹਾਂ ਕਰ ਦਿੰਦੀਆਂ ਨੇ ਆਈ ਡੋਂਟ ਲਾਈਕ ਦੈਟ ਪਰ ਮੈਨੂੰ ਉਹ ਵੀ ਨਹੀਂ ਪਸੰਦ ਜਿਹੜੀਆਂ ਦੂਜੀ ਵਾਰੀ ਵੀ ਨਹੀਂ ਮੰਨਦੀਆਂ ਆ ਲਓ ਜੀ ਕਾਫੀ ਥੈਂਕ ਯੂ ਅੱਛਾ ਤਾਂ ਇਹ ਦੱਸੋ ਵਿਆਹ ਬਾਰੇ ਕੀ ਸੋਚਿਆ ਕਿਹਦੇ ਵਿਆਹ ਬਾਰੇ ਤੁਹਾਡੇ ਮਤਲਬ ਦੂਜੇ ਦੇ ਵਿਆਹ ਤਾਂ ਬੰਦਾ ਸ਼ਗਨ ਸ਼ੁਗਨ ਪਾ ਕੇ ਮੁੜੇ ਆਉਂਦਾ ਸੋਚਣ ਸੱਚਣ ਦਾ ਟਾਈਮ ਹੀ ਨਹੀਂ ਲੱਗਦਾ ਜੀ ਮੇਰਾ ਵਿਆਹ ਤਾਂ ਉੱਥੇ ਹੀ ਹੋਊ ਜਿੱਥੇ ਮੇਰੇ ਭਰਾ ਜਾਣਗੇ ਤੁਹਾਡੇ ਭਰਾਵਾਂ ਨੇ ਵੀ ਉੱਥੇ ਵਿਆਹ ਕਰਾਇਆ ਵਾ ਜਿੱਥੇ ਤੁਸੀਂ ਚਾਹਿਆ ਜੀ ਨਹੀਂ ਇਹ ਕੁੜੀਆਂ ਵਿਆਹ ਤੋਂ ਬਾਅਦ ਕਿਉਂ ਇੰਨੇ ਹੱਕ ਜਤਾਉਂਦੀਆਂ ਨੇ ਪਹਿਲਾਂ ਕਿਉਂ ਨਹੀਂ ਬਈ ਐਕਚੁਅਲੀ ਮੈਂ ਸੀਰੀਅਸਲੀ ਆਪਣੇ ਵਿਆਹ ਬਾਰੇ ਹਾਲੇ ਸੋਚਿਆ ਨਹੀਂ ਹੈ ਤੁਸੀਂ ਲਿਆਓ ਮੈਨੂੰ ਆਪਣਾ ਹੱਥ ਦਿਖਾਓ ਮੈਂ ਹੱਥ ਦੇਖ ਕੇ ਦੱਸਦਾ ਤੁਹਾਡਾ ਵਿਆਹ ਕਦੋਂ ਤੁਸੀਂ ਹੱਥ ਦੇਖ ਲੈਂਦੇ ਹੋ ਦੇਖਣ ਨੂੰ ਤਾਂ ਬਹੁਤ ਕੁਝ ਦੇਖ ਲੈਣਾ ਜੀ ਆ ਮਤਲਬ ਜਨਮ ਪੱਤਰੀ ਕੁੰਡਲੀ ਜਾਂਤਰੀ ਲਿਆ 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 ਲਿਓ ਆ ਤੁਹਾਡਾ ਘਰਾਂ ਲੱਕੀ ਹੋਊ ਜੀ ਕੀ ਮਤਲਬ ਜਿਹਦੇ ਨਾਲ ਤੁਹਾਡਾ ਵਿਆਹ ਹੋਊਗਾ ਜੀ ਉਹ ਬਹੁਤ ਲੱਕੀ ਹੋਊਗਾ ਜੀ ਤੁਹਾਨੂੰ ਪਤਾ ਇਹ ਲਾਈਨ ਕਿੱਥੇ ਜਾ ਰਹੀ ਹੈ ਜੀ ਕਿੱਥੇ ਚਾਰ ਕਨਾਲ ਦੀ ਕੋਠੀ ਆ ਇਹਦੇ ਤਾਂ ਜੀ ਸਾਫ ਸਾਫ ਲਿਖਿਆ ਵੀ ਤੁਹਾਡੇ ਘਰਾਂ ਦਾ ਇੰਪੋਰਟ ਐਕਸਪੋਰਟ ਦਾ ਬਹੁਤ ਵਧੀਆ ਬਿਜ਼ਨਸ ਸੈੱਟ ਹੈ ਸੱਚੀ ਦੱਸੋ ਨਾ ਕਦੋਂ ਹੋਏਗਾ ਮੇਰਾ ਵਿਆਹ ਮੇਰੇ ਭਾਣੇ ਅੱਜ ਕਰਾ ਲਓ ਜੀ ਮਜ਼ਾਕ ਨਹੀਂ ਕਰੋ ਮਜ਼ਾਕ ਨਹੀਂ ਕਰ ਰਿਹਾ ਸੱਚ ਕਹਿ ਰਿਹਾ ਵਾਂ ਮੈਂ ਸੱਚੀ ਤੈਨੂੰ ਪਸੰਦ ਕਰਨ ਲੱਗ ਪਿਆ ਮੇਰੀ ਜ਼ਿੰਦਗੀ 'ਚ ਕੁੜੀਆਂ ਤਾਂ ਬਹੁਤ ਆਈਆਂ ਪਰ ਤੂੰ ਪਹਿਲੀ ਹੈ ਜਿਹੜੀ ਸਪੈਸ਼ਲ ਹੈ ਅਤੇ ਹੁਣ ਮੈਂ ਉਹ ਸਪੈਸ਼ਲ ਕੁੜੀ ਨੂੰ ਪੁੱਛਣਾ ਚਾਹੁੰਦਾ ਕਿ ਮੈਂ ਵੀ ਉਹਨੂੰ ਮਾੜਾ ਮੋਟਾ ਸਪੈਸ਼ਲ ਲੱਗਿਆ ਕਿ ਨਹੀਂ ਨਾ ਕਿਸੇ ਨੂੰ ਜਾਵੇ ਤੇਰੇ ਸਟੋਲ ਤੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀ ਆਵੇ ਮੈਨੂੰ ਮਹਿਕ ਸੋਹਣੀ ਆਵੇ ਇਸ਼ਕੇ ਦਾ ਰੋਗ ਬੁਰਾ ਬਰੀ ਲੱਗ ਨਾ ਕਿਸੇ ਨੂੰ ਜਾਵੇ ਤੇਰੇ ਸਟੋਲ ਤੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀ ਆਵੇ ਕਿਸੇ ਨੂੰ ਜਾਵੇ ਤੇਰੇ ਸਟੋਲ ਤੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀ ਆਵੇ ਫੁੱਲਾਂ ਤੋਂ ਸੋਲ ਕੁੜੀ ਕੁੱਟ ਪਰ ਕੇ ਸਬਰ ਦਾ ਜਾਉਂਦੀ ਚੰਦਨ ਦੇ ਪਲੰਗਾਂ ਤੇ ਹੁਣ ਨੀਂਦ ਨੀ ਸਜਣਾ ਆਉਂਦੀ ਆਹ
ਕਿਸੇ ਨੂੰ ਜਾਵੇ ਤੇਰੇ ਸਕਾਲ ਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ ਇਸ਼ਕੇ ਦਾ ਰੋਗ ਬੁਰਾ ਵੈਰੀ ਲੱਗਣਾ ਕਿਸੇ ਨੂੰ ਜਾਵੇ ਤੇਰੇ ਸਕਾਲ ਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ How much for this Taj Mahal? 1500 baht. All right. Yes. Here we go. Thank you. Pata mainu Taj Mahal bahut pasand hai. Mumtaz kinni lucky si na jide layi eh baneya. Aa jinna pyar tenu main karda na, keh ke da dekh je Chandigarh ch na 10 marle da Taj Mahal bana ke rakhta. Rehn de, property de rate bahut high ne. Eh sade pyar di nishani hai. Ainu kade apne to door na kare. ਉਹ ਮੈਂ ਹਮੇਸ਼ਾ ਆਪਣੇ ਕੋਲ ਹੀ ਰੱਖੂੰਗਾ ਇਹ ਤਾਂ ਹੈ ਹੀ ਬੜਾ ਛੋਟਾ ਨਹੀਂ ਮੈਂ ਤਾਂ ਇਹਦੇ ਵਿੱਚ ਰਹਿਣ ਲੱਗ ਜਾਂਦਾ ਤੂੰ ਵੀ ਨਾ ਅੱਛਾ ਸੁਣ ਇੰਡੀਆ ਆਉਂਦੇ ਵੀਰ ਜੀ ਨਾਲ ਗੱਲ ਕਰ ਲੈ ਉਹ ਵੀਰ ਜੀ ਨੂੰ ਤਾਂ ਮੈਂ ਮਨਾ ਲੂੰਗਾ ਤੂੰ ਬਸ ਇੰਗੇਜਮੈਂਟ ਦੀ ਤਿਆਰੀ ਰੱਖ ਧਰਮਸ਼ਾਲਾ ਫ੍ਰੀ ਮਿਲ ਜੂਗੀ ਅਜੇ ਕੱਲ ਦੀ ਗੱਲ ਹੈ ਸਿਰੇ ਛੋਟੀ ਜਿਹੀ ਹੁੰਦੀ ਸੀ ਅੱਜ ਵਿਆਹਣ ਜੋਗੀ ਵੀ ਹੋ ਗਈ ਕੁੜੀਆਂ ਤਾਂ ਜੀ ਵਿਆਹਣੀਆਂ ਹੀ ਪੈਂਦੀਆਂ ਨੇ ਹੁਣ ਘਰੇ ਤਾਂ ਬਿਠਾ ਨਹੀਂ ਸਕਦੇ ਇਹ ਤਾਂ ਵੈਸੇ ਵੀ ਘਰੇ ਘੱਟ ਹੀ ਬੈਠਦੀ ਸੀ ਤਾਂ ਹੀ ਜਲਦੀ ਮੰਗਤੀ ਵੀਰ ਜੀ ਤੁਸੀਂ ਖਾਣਾ ਖਾ ਲਿਆ ਹਾਂ ਮੈਂ ਤਾਂ ਪਹਿਲਾਂ ਹੀ ਖਾ ਲਿਆ ਸੀ ਪਰ ਖਾਣਾ ਤਾਂ ਹਲੇ ਲੱਗਿਆ ਵੀ ਨਹੀਂ ਜੀ ਇਹ ਤਾਂ ਜੀ ਪਹਿਲਾਂ ਹੀ ਖਾ ਲੈਂਦੇ ਨੇ ਉਹ ਦਵਾਈ ਵੀ ਖਾਣੀ ਹੁੰਦੀ ਹੈ ਨਾ ਤੁਸੀਂ ਵੀ ਕਿਹੜੀਆਂ ਗੱਲਾਂ 'ਚ ਪੈ ਗਏ ਜੀ ਆਓ ਮੈਂ ਤੁਹਾਨੂੰ ਸੀਰਤ ਦੇ ਮੰਗੇਤਰ ਨਾਲ ਮਿਲਾਉਣਾ ਉਹ ਵੀ ਮੰਗਣੀ 'ਚ ਆਇਆ ਇਸ ਬਹਾਨੇ ਮੰਗਣੀ ਜਲਦੀ ਸ਼ੁਰੂ ਹੋ ਜੂਗੀ ਹਮੇਸ਼ਾ ਖੁਸ਼ ਰਹੋ ਚੰਗਾ ਭਲਾ ਕੁਵਾਰਾ ਹੱਸਦਾ ਖੇਡਦਾ ਸੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਇਹਨੂੰ ਸਗਨ ਪਾਈਏ ਕਿ ਲਾਣ ਤਾਂ ਕੰਗ੍ਰੈਚੁਲੇਸ਼ਨ ਮਿੰਦੋਂ ਮੱਸਿਆ ਨਹਾਉਣ ਚੱਲੀ ਆ ਜਿੰਨੀ ਇਹਨੇ ਖੇਹ ਖਾਧੀ ਆ ਮੈਨੂੰ ਲੱਗਦਾ ਤਾਂ ਬਣਨਾ ਕੱਖ ਨਹੀਂ ਬਣਨਾ ਕਿਉਂ ਨਹੀਂ ਉਹ ਸਾਲਿਓ ਵਿਆਹ ਤੋਂ ਬਾਅਦ ਘੱਟੋ ਘੱਟ ਪਾਪਾ ਤੇ ਬਣੀ ਜਾਊ ਭਾਜੀ ਇੱਕ ਸੈਕਿੰਡ ਆਪਾਂ ਦਾਰੂ ਦੂਰੂ ਪੀਂਦੇ ਜੀ ਆਓ ਜੀ ਆਓ ਜੀ ਆਓ ਤੁਸੀਂ ਮੂੰਹ ਸਜਾਈ ਖੜੇ ਹੋ ਥੋੜੇ ਸ਼ਗਨ ਵਾਲੇ ਲਿਫਾਫੇ ਡਿੱਗੇ ਆ ਲਫੜ ਮੈਂ ਹੋਰ ਪਾ ਕੇ ਲਿਆਉਣਾ ਓਏ ਸਾਲਿਓ ਤੁਹਾਨੂੰ ਮੈਂ ਕਿਹਾ ਸੀ ਭਰਜਾਈਆਂ ਨੂੰ ਨਾਲ ਲਿਆਉਣਾ ਘੱਟੋ ਘੱਟ ਸੀਰਤ ਦੇ ਭਰਾਵਾਂ ਤੇ ਮਾੜਾ ਮੋਟਾ ਇੰਪਰੈਸ਼ਨ ਪੈ ਜਾਂਦਾ ਵੀ ਇਹਦੇ ਯਾਰ ਦੋਸਤ ਹੈਪੀਲੀ ਮੈਰਿਡ ਨੇ ਜੇ ਉਹ ਨਾਲ ਆ ਜਾਂਦੀਆਂ ਨਾ ਸਾਰੀ ਪੋਲ ਖੁੱਲ ਜਾਣੀ ਸੀ ਸਭ ਨੂੰ ਪਤਾ ਲੱਗ ਜਾਣਾ ਸੀ ਅਸੀਂ ਕਿੰਨੇ ਕੁ ਹੈਪੀਲੀ ਮੈਰਿਡ ਆ ਨਾਲੇ ਅੱਜ ਤੇਰੀ ਖੁਸ਼ਹਾਲ ਜ਼ਿੰਦਗੀ ਦਾ ਆਖਰੀ ਦਿਨ ਹੈ ਮਾਮਾ ਉਹ ਤੇ ਅਸੀਂ ਚਾਹ ਨਾਲ ਸੈਲੀਬ੍ਰੇਟ ਕਰ ਲਈਏ ਮੁੜ ਕੇ ਤਾਂ ਤੇਰੀ ਜ਼ਿੰਦਗੀ 'ਚ ਵੀ ਸਾਡੇ ਵਾਂਗੂ ਰੱਬੜੇ ਪੈਣੇ ਨੇ ਕਾਕਾ ਜੀ ਮੈਂ ਆਪਣੇ ਅਤੀਤ ਦੀ ਕਾਪੀ ਦੇਣਾ ਸਾਰੇ ਪੁਰਾਣੇ ਵਰ ਕੇ ਪਾੜ ਚੁੱਕਿਆ ਫਿਰ ਕਾਪੀ ਕਾਹਦੀ ਰਹਿ ਗਈ ਲੰਡੀ ਗਿਲਤ ਰਹਿ ਗਈ ਲੱਕੀ ਲੱਕੀ ਕੀ ਹੋਇਆ ਦਾਰੂ ਮੁੱਗੀ ਨਹੀਂ ਹਾਂ ਤੇਰੀ ਪੁਰਾਣੀ ਗਰਲਫ੍ਰੈਂਡ ਆ ਗਈ ਪਰ ਦਾਰੂ ਨਾਲ ਡੱਕੀ ਹੋਈ ਹੈ ਕਰ ਲਓ ਘਿਓ ਨੂੰ ਭਾਂਡਾ ਆ ਫੜ ਕਿੱਥੇ ਆ ਉਧਰ ਕਾਲੀ ਜਵਾਨ ਕਿਆ ਵਰ ਕੇ ਤਾਂ ਸਾਰੇ ਪਾੜ ਬੈਠਾ ਇਹਨੂੰ ਹੁਣ ਲੰਡੀ ਜਿਲਦ ਨਾ ਲੈ ਬਹਿਣੇ ਸੱਚ ਕਿਹਾ ਪ੍ਰਧਾਨ ਮੰਤਰੀ ਜੀ ਨੇ 365 ਚਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ ਕਿਸੇ ਨੇ ਲਿਖਿਆ ਸਭ ਸਾਲ ਆਪਦੇ ਪੱਲੇ ਬਕਵਾਸ ਕਰ ਰਿਹਾ ਸਹੀ ਬਕਵਾਸ ਕਰ ਰਿਹਾ ਸਮਝਣ ਦੀ ਕੋਸ਼ਿਸ਼ ਕਰ ਅੱਜ ਮੇਰੀ ਇੰਗੇਜਮੈਂਟ ਹੈ ਮੈਂ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਰਿਹਾ ਯਾਰ ਪਲੀਜ਼ ਤੈਨੂੰ ਕੀ ਲੱਗਿਆ ਮੈਂ ਇੱਥੇ ਤੇਰੀ ਮੰਗਣੀ ਤੁੜਵਾਉਣ ਆਈ ਹਾਂ ਨਹੀਂ ਲੱਕੀ ਥੇਲੋ ਪਿਆਰ ਕੀਤਾ ਮੈਂ ਤੈਨੂੰ ਮੈਂ ਇੱਥੇ ਤੈਨੂੰ ਆਖਰੀ ਵਾਰ ਆਪਣੀ ਗੱਲ ਨਾਲ ਲਾਉਣ ਆਈ ਸੀ ਪਲੀਜ਼ ਲੱਕੀ ਮੈਨੂੰ ਆਖਰੀ ਵਾਰ ਗੱਲ ਨਾਲ ਲਾ ਲੈ ਅੱਜ ਤੋਂ ਬਾਅਦ ਤੂੰ ਹਮੇਸ਼ਾ ਲਈ ਕਿਸੇ ਹੋਰ ਦਾ ਹੋ ਜਾਏਗਾ ਪਰ
लकी प्लीज मेनू ना ना बोल पर लकी आज तो बाद में बहुत कली हो जाऊंगी प्लीज लकी तू गल समझ रही सीरत मेरे सामने जफिया पा रहे हैं गलत मैं समझ रही हूँ ने आखरी जफी पाली जी पहली जफी तो सुनन नू फिर भी थोड़ा जा ठीक लगता आ आखरी गलत जिहा नहीं लगता पहली ते आखरी कठी हो सी जी यानी दो जफियां नहीं नहीं जी जफी एक पर ना दो देखो वीर जी दी पहला ही दवाई चलती है तुसी इन्हां नू होर ना बदलाओ सीरत तू क्यों इन्नी अपसेट हो रही है ਇਹਦੇ 'ਚ ਮੇਰੀ ਕੀ ਗਲਤੀ ਹੈ ਆਹੋ ਇਹ ਤਾਂ ਪਾਰਕਿੰਗ 'ਚ ਖੜੀ ਗੱਡੀ ਨੂੰ ਕੋਈ ਠੋਕ ਗਿਆ ਵੀਰ ਜੀ ਆਪਣੀ ਲੈਂਗੁਏਜ ਨੂੰ ਥੋੜ੍ਹਾ ਠੀਕ ਕਰ ਲਓ ਪਲੀਜ਼ ਪਹਿਲਾਂ ਆਪਦੇ ਚੀਜ਼ੇ ਨੂੰ ਠੀਕ ਕਰ ਲਓ ਪਲੀਜ਼ ਦੇਖ ਸੀਰਤ ਅੱਗੇ ਦਾ ਤਾਂ ਮੈਨੂੰ ਪਤਾ ਨਹੀਂ ਪਰ ਹਾਲੇ ਤੱਕ ਮੁੰਡਾ ਮੈਨੂੰ ਬੇਕਸੂਰ ਲੱਗਦਾ ਨਹੀਂ ਤਾਂ ਅੱਜ ਕੱਲ੍ਹ ਦੇ ਮੁੰਡੇ ਜੱਫੀ 'ਤੇ ਗੱਲ ਕਿੱਥੇ ਮੁੱਕਣ ਦਿੰਦੇ ਆ ਮੈਨੂੰ ਲੱਗਦਾ ਹੈ ਤੈਨੂੰ ਇਹਨੂੰ ਮਾਫ ਕਰ ਦੇਣਾ ਚਾਹੀਦਾ ਲੱਕੀ ਆਈ ਐਮ ਵੈਰੀ ਸੌਰੀ ਉਸ ਦਿਨ ਮੈਂ ਤੈਨੂੰ ਬਹੁਤ ਗਲਤ ਸਮਝਿਆ ਓ ਇਟਸ ਓਕੇ ਯਾਰ ਮੈਂ ਅੱਗੇ ਵਾਸਤੇ ਕੋਈ ਇਦਾਂ ਦੀ ਮਿਸਅੰਡਰਸਟੈਂਡਿੰਗ ਨਹੀਂ ਹੋਣ ਦੇਣੀ ਵੀ ਆਪਣੇ 'ਚ ਕੋਈ ਰੌਲਾ ਪਵੇ ਠੀਕ ਹੈ ਓਕੇ ਕਿਹਦਾ ਫੋਨ ਹੈ ਹੈਲੋ ਓ ਲੱਕੀ ਓ ਯਾਰ ਪਾਰਕ ਪਲਾਜ਼ਾ ਹੋਟਲ ਪਹੁੰਚ ਫਟਾਫਟ ਪਾਰਕ ਪਲਾਜ਼ਾ ਹੋਟਲ ਕੀ ਗੱਲ ਹੋ ਗਈ ਓ ਯਾਰ ਮੈਂਡੀ ਆਈ ਹੋਈ ਹੈ ਉੱਥੇ ਉਹ ਕਹਿੰਦੀ ਜੇ ਤੂੰ ਹੁਣੇ ਆਪਣੀ ਵਾਈਫ ਨੂੰ ਡਿਵੋਰਸ ਦੇ ਕੇ ਨਾ ਪਹੁੰਚਿਆ ਤਾਂ ਮੈਂ ਜਾਨ ਦੇ ਦੇਣੀ ਆਪਣੀ ਆਵਾਜ਼ ਨਹੀਂ ਆ ਰਹੀ ਹੈਲੋ ਸਾਡੀ ਮੌਤ ਆ ਰਹੀ ਹੈ ਤੈਨੂੰ ਆਵਾਜ਼ ਹੀ ਨਹੀਂ ਆ ਰਹੀ ਤੂੰ ਸੜਿਆ ਆਪਣੀ ਚਲ ਜਾਂਦਾ ਹੈ ਉਹ ਯਾਰ ਮੈਂ ਆਪਣੀ ਵਾਈਫ ਨੂੰ ਲੈ ਕੇ ਚੱਲਿਆ ਅਲਟਰਾਸਾਊਂਡ ਲਈ ਸਾਊਂਡ ਨਹੀਂ ਆ ਰਹੀ ਹੈਗੀ ਹੈਲੋ ਉਹ ਗੱਲ ਸੁਣੋ ਬੰਦਾ ਬਣ ਕੇ ਹੋਟਲ ਕਮਰਾ ਨੰਬਰ 802 'ਚ ਪਹੁੰਚ ਕਮਰਾ ਨੰਬਰ 802 ਇੰਨੇ ਕਮਰੇ ਹੈਗੇ ਆ ਹੋਟਲ 'ਚ ਫਿਟੇ ਮੂੰਹ ਤੇਰਾ ਸਾਡੀ ਜਾਨ ਤੇ ਬਣੀ ਤੂੰ ਕਮਰਿਆਂ ਦੀ ਗਿਣਤੀ ਕਰਨ ਡਿਆ ਪਹੁੰਚਣ ਵਾਲੀ ਗੱਲ ਕਰ ਮੈਂਡੀ ਉੱਥੇ ਹੱਚ ਨੀਂਦ ਦੀਆਂ ਗੋਲੀਆਂ ਫੜ ਕੇ ਬੈਠੀ ਕਹਿੰਦੀ ਜੇ ਤੂੰ ਹੁਣੇ ਨਾ ਆਇਆ ਮੈਂ ਫੱਕਾ ਮਾਰ ਜਾਣਾ ਸਿਗਨਲ 'ਚ ਪ੍ਰੋਬਲਮ ਜੀ ਲੱਗਦੀ ਆ ਮੈਨੂੰ ਹੈਲੋ ਜੇ ਨਹੀਂ ਵੀ ਸਿਗਨਲ ਆ ਰਿਹਾ ਤਾਂ ਵੀ ਫਟਾਫਟ ਉੱਥੇ ਪਹੁੰਚਣ ਵਾਲੀ ਗੱਲ ਕਰ ਨਹੀਂ ਤਾਂ ਨੀਂਦ ਦੀਆਂ ਗੋਲੀਆਂ ਉਹਨੇ ਖਾਣੀਆਂ ਭੋਗ ਮੇਰਾ ਪੈ ਜਾਣਾ ਹੀ ਕੀ ਆਉਣਾ ਪੈਣਾ ਕਸਟਮਰ ਨੇ ਮਾਲ ਫੜ ਲਿਆ ਉਹਨੂੰ ਛੁੱਟੀ ਵਾਲਾ ਦਿਨ ਨਹੀਂ ਨਹੀਂ ਮੈਂ ਤਾਂ ਸੀਰਤ ਨਾਲ ਬਾਹਰ ਆਊਟਿੰਗ 'ਤੇ ਆਇਆ ਹੋਇਆ ਹਾਂ ਨਹੀਂ ਨਹੀਂ ਐ ਤਾਂ ਉਹ ਇੰਨੀਆਂ ਮਿਸਅੰਡਰਸਟੈਂਡਿੰਗਾਂ ਬਾਅਦ ਵੀ ਅੰਡਰਸਟੈਂਡਿੰਗ ਮਿਸ ਹੈ ਪਲੀਜ਼ ਕੰਟੀਨਿਊ ਉਹ ਕਸਟਮਰਾਂ ਨੇ ਮਾਲ ਫੜ ਲਿਆ ਆਪਣਾ ਪਾਰਕ ਪਲਾਜ਼ਾ ਹੋਟਲ 'ਚ ਨਹੀਂ ਨਹੀਂ ਮਾਲ ਤਾਂ ਏਅਰਪੋਰਟ 'ਤੇ ਫੜਿਆ ਵਾ ਪਾਰਕ ਪਲਾਜ਼ਾ 'ਚ ਤਾਂ ਮੀਟਿੰਗ ਆ ਕਸਟਮਰਾਂ ਨਾਲ ਓ ਮੈਨੂੰ ਜਾਣਾ ਪੈਣਾ ਮੈਂ ਜਾਮ ਹਾਂਜੀ ਆ ਰਿਹਾ ਜੀ ਮੈਂ ਆ ਰਿਹਾ ਓਕੇ ਬਾਈ ਜੀ ਕਨਵੈਂਟ 'ਚ ਪੜ੍ਹੇ ਲੱਗਦੇ ਹੋ ਤੁਸੀਂ ਹਾਂਜੀ ਹਾਂਜੀ ਬਾਈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਤਾਂ ਹੀ ਉਹ ਪਿੱਛੇ ਲਿਖਿਆ ਬੋਰਡ ਨਹੀਂ ਪੜ੍ਹਿਆ ਤੁਸੀਂ ਹੁਣ ਬੋਰਡ ਪੜੀਏ ਕਿ ਆਪਣਾ ਮਾਲ ਦੇਖੀਏ ਜੀ ਮਾਲ ਸਾਨੂੰ ਮਾਲ ਦੇ ਪੀਏ ਨੂੰ ਸਾਲੇ ਨੂੰ ਬੋਰਡ ਦੀ ਪੰਜ ਤੇ ਮੁੰਡਾ ਛੋਟੇ ਦਾ ਪਰ ਮਾਰਿਆ ਕਿਸਮਤ ਖੋਟੀ ਦਾ ਓਏ ਖੋਟੀ ਦਾ ਓਏ ਖੋਟੀ ਦਾ ਓਏ ਮਾਰਿਆ ਕਿਸਮਤ ਖੋਟੀ ਦਾ ਓ ਵੇਖਣ ਨੂੰ ਤਾਂ ਹੀ ਰੋ ਲੱਗਦਾ ਅਕਲ ਸਰਾਂ ਤੇ ਮੋਟੀ ਦਾ ਓ ਖੋਟੀ ਦਾ ਓਏ ਪੁੱਤਰੀ ਇਹ ਤਾਂ ਗੋਲੀਆਂ ਖੋਟੀ ਦਾ ਆ ਗਿਆ 500 ਦਾ ਨੋਟ ਤੂੰ ਕੁਛ ਨਹੀਂ ਦੇਖਿਆ ਸਮਝ ਗਿਆ ਉੱਡ ਜਾ ਹੁਣ ਮੈਂਡੀ 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 ਵੀਰ ਜੀ ਤੁਸੀਂ 38 39 ਤੇ ਪਹੁੰਚ ਗਈ ਕਿੰਨੀਆਂ ਗੋਲੀਆਂ ਖਾ ਕੇ ਤੂੰ ਓਏ ਅੱਖਾਂ ਨਹੀਂ ਬੰਦ ਕਰ ਰਹੀਆਂ
ਵੀਰ ਜੀ ਮੈਂ ਉਹਨੂੰ ਕਿਹਾ ਸੀ ਜੇ ਅੱਜ ਤੇ ਨਹੀਂ ਆਇਆ ਤੇ ਮੈਂ ਨਹੀਂ ਬਚਣਾ ਉਹ ਗੱਲਾਂ ਬਾਅਦ ਚ ਪਹਿਲਾਂ ਉਲਟੀ ਠੀਕ ਹੈ ਓਏ ਉਲਟੀ ਡਿੱਗਣਾ ਨਹੀਂ ਉਲਟੀ ਕਰ ਓਏ ਉਲਟੀ ਤਾਂ ਕਰਨੀ ਪੈਣੀ ਹੈ ਨਹੀਂ ਠਾਣੇ ਵਾਲੇ ਨੇ ਜੱਸੀ ਉਲਟਾ ਕਰ ਲੈਣਾ ਹੈ ਉਹ ਕਿਤੇ ਲੂਣ ਮਿਰਚ ਹੈਗਾ ਆ ਮਿਲ ਗਿਆ ਮੈਨੂੰ ਤੜਕਾ ਲਾਉਣਾ ਉਹ ਤੜਕਾ ਤਾਂ ਤੈਨੂੰ ਜੱਸੀ ਲੈ ਗਿਆ ਭੈਣੇ ਟੱਕਰ ਸਾਲਾ ਨਮਕ ਦਾ ਨਹੀਂ ਦਾ ਟੱਕਣ ਵਿੱਚ ਆ ਗਿਆ ਸੌਰੀ ਤੁਸੀਂ ਸਾਰੇ ਦੇ ਸਾਰੇ ਟੱਕਣ ਹੋ ਮੈਂ ਕਾਫੀ ਮੰਗਾਉਣਾ ਹੈਲੋ ਹਾਂਜੀ 802 ਦੇ ਵਿੱਚ ਦੋ ਕਾਫੀਆਂ ਭੇਜ ਦਿਓ ਛੇਤੀ ਵੀਰੇ ਮੈਂ ਲੁੱਟੀ ਜਾਉਂ ਉਹ ਬਿੱਲ ਮੈਂ ਦੇ ਦੂੰ ਕਿਤੇ ਨਹੀਂ ਲੁੱਟੀ ਜਾਂਦੀ ਮੈਂ ਉਦਾਂ ਨਹੀਂ ਕਹਿ ਰਹੀ ਉਹ ਤੂੰ ਜਿੱਦਾਂ ਵੀ ਕਹਿ ਰਹੀ ਆ ਉੱਠ ਕੇ ਬੈਠ ਸਾਲੀ ਇੰਨੀ ਵਧੀਆ ਜੈਕਟ ਤੇ ਸ਼ਾਹੀ ਪਨੀਰ ਦਾ ਫੁਆਰਾ ਚਲਾਤਾ ਛੀ ਉੱਠ ਮੇਰੀ ਆ ਭੈਣੇ ਸੋਣਾ ਨਹੀਂ ਤੈਨੂੰ ਕਿਹਾ ਮੈਂ ਜੇ ਜੱਸੀ ਨਾਲ ਮੇਰਾ ਵਿਆਹ ਨਾ ਹੋਇਆ ਨਾ ਤਾਂ ਮੇਰੀ ਬਹੁਤ ਬਦਨਾਮੀ ਹੋ ਵੀਰ ਜੀ ਕਾਫੀ ਆ ਗਈ ਲੱਗਦਾ ਕਮ ਇਨ ਤੂੰ ਟੈਨਸ਼ਨ ਨਾ ਲੈ ਮੈਂ ਹੈਗਾ ਨਾ ਕੋਈ ਬਦਨਾਮੀ ਨਹੀਂ ਹੁੰਦੀ ਸੀਰਤ ਸੀਰਤ ਤੂੰ ਗਲਤ ਸਮਝ ਰਹੀ ਹੈ ਮੇਰੇ ਸਾਹਮਣੇ ਕੱਪੜੇ ਪਾ ਰਿਹਾ ਗਲਤ ਮੈਂ ਸਮਝ ਰਹੀ ਹਾਂ ਏਦਾਂ ਦੀ ਕੋਈ ਗੱਲ ਨਹੀਂ ਉਹ ਤੈਨੂੰ ਉਲਟੀ ਕਰਤੀ ਸੀ ਹਾਏ ਰੱਬਾ ਗੱਲ ਉਲਟੀਆਂ ਤੱਕ ਪਹੁੰਚ ਚੁੱਕੀ ਹੈ ਉਲਟੀ ਮੇਰੇ ਕਰਕੇ ਨਹੀਂ ਕੀਤੀ ਹੈਗੀ ਤੇਰੇ ਕਰਕੇ ਕੀਤੀ ਤੇਰੇ ਕਰਕੇ ਕੀਤੀ ਉਹ ਸੜਿਆ ਕੁਖੜਾ ਜਾ ਤੂੰ ਵੀ ਬੋਲ ਪੈ ਖੜਾ ਕੋਲੇ ਸੜਿਆ ਹਾਂਜੀ ਮੈਡਮ ਸਭ ਸਹੀ ਕਹਿ ਰਹੇ ਨੇ ਇਹਨਾਂ ਨੇ ਮੈਨੂੰ 500 ਰੁਪਏ ਦਿੱਤਾ ਔਰ ਕਿਹਾ ਤੂੰ ਕੁਝ ਨਹੀਂ ਦੇਖਿਆ ਸਭ ਦੇਖ ਗਿਆ ਸਭ ਦੇਖ ਗਿਆ ਤੇਰੀ ਸੜਿਆ ਗੇਟ ਆਊਟ ਮੇਰੀ ਗੱਲ ਸੁਣ ਮੈਂ ਦੱਸਦਾ ਦੇਖ ਸਿਰਤ ਜਿਹਨੂੰ ਇਹ ਪਿਆਰ ਕਰਦੀ ਉਹ ਇਹਨੂੰ ਛੱਡ ਕੇ ਕਿਸੇ ਹੋਰ ਦਾ ਹੋ ਗਿਆ ਤੇ ਤੈਨੂੰ ਕੀ ਲੋੜ ਸੀ ਇਹਨੂੰ ਛੱਡ ਕੇ ਮੇਰਾ ਹੋਣ ਦੀ ਜਾ ਰਹੀ ਹਾਂ ਮੈਂ ਦੁਬਾਰਾ ਮੈਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕਰੀ ਧੋਖੇਬਾਜ਼ ਸਿਰਤ ਚਲੀ ਗਈ ਕੌਣ ਸੀ ਵੀਰੇ ਵੀਰਾ ਉਹਦੇ ਮੂਹਰੇ ਨਹੀਂ ਬੋਲ ਸਕਦੀ ਤੂੰ ਪਰ ਜਦ ਸੀਰਤ ਨੇ ਤੈਨੂੰ ਦੇਖਿਆ ਤੂੰ ਜੈਕਟ ਕਿਉਂ ਪਾ ਰਿਹਾ ਸੀ ਕਿਉਂਕਿ ਲਾਹੀ ਸੀ ਜੀ ਭਾਜੀ ਮੇਰੀ ਪੂਰੀ ਗੱਲ ਤਾਂ ਸੁਣ ਲਓ ਪੂਰੀ ਗੱਲ ਆਪਣੇ ਹਾਣਦਿਆਂ ਨੂੰ ਜਾ ਕੇ ਸੁਣਾ ਭਾਜੀ ਮੈਂ ਸੱਚ ਕਹਿ ਰਿਹਾ ਵਾਂ ਇਹਦੇ 'ਚ ਬਸ ਮੇਰੀ ਇੱਕੋ ਗਲਤੀ ਆ ਕਿ ਇਹੀ ਕਿ ਤੂੰ ਅੰਦਰੋਂ ਕੁੰਡੀ ਲਾਉਣੀ ਭੁੱਲ ਗਿਆ ਨਹੀਂ ਜੀ ਕਿ ਮੈਂ ਉਸ ਕੁੜੀ ਨੂੰ ਬਚਾਉਣ ਚਲੇ ਗਿਆ ਤੇ ਆਪ ਮਾਰਿਆ ਗਿਆ ਹਾਂਜੀ ਨਹੀਂ ਮੈਂ ਸਭ ਸੱਚ ਦੱਸਦਾ ਜੇ ਤੂੰ ਇੰਨਾ ਹੀ ਸੱਚਾ ਹੈ ਤਾਂ ਤੂੰ ਵੇਟਰ ਨੂੰ ਇਹ ਕਿਉਂ ਕਿਹਾ ਕਿ ਉਹਨੇ ਕੁਝ ਨਹੀਂ ਦੇਖਿਆ ਮੈਂ ਹੁਣ ਕੀ ਦੱਸਾਂ ਜੀ ਹੁਣੇ ਤਾਂ ਤੂੰ ਕਹਿ ਰਿਹਾ ਸੀ ਮੈਂ ਸਭ ਦੱਸਦਾ ਸਭ ਦੱਸਦਾ ਪਰ ਮੈਂ ਕੀ ਦੱਸਾਂ ਬਾਈ ਉਫ ਕਿਉਂ ਬਦਲਾਉਂਦੇ ਹੋ ਵੀਰ ਜੀ ਦੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਹੈ ਭਾਜੀ ਮੇਰੀ ਗੱਲ ਤਾਂ ਸੁਣੋ ਸੌਰੀ ਭਾਜੀ ਕਿਹੜੀਆਂ ਕਿਹੜੀਆਂ ਗੱਲਾਂ ਦੀ ਮਾਫੀ ਮੰਗੇਗਾ ਯਾਰ ਦੇਖ ਤੇਰੀਆਂ ਗੱਲਾਂ ਤੋਂ ਤਾਂ ਨਹੀਂ ਲੱਗਦਾ ਕਿ ਤੂੰ ਸੱਚਾ ਹੈ ਪਰ ਤੇਰੀ ਆਵਾਜ਼ ਦਾ ਦਰਦ ਦੇਖ ਕੇ ਲੱਗਦਾ ਕਿ ਤੂੰ ਕਿਸਮਤ ਦਾ ਮਾਰਿਆ ਮੈਂ ਕੁਛ ਨਹੀਂ ਕਰ ਸਕਦਾ ਗੁੱਸਾ ਸੀਰਤ ਦੇ ਸਿਰ ਚੜ ਚੁੱਕਿਆ ਜਦ ਤੱਕ ਉਹਦਾ ਗੁੱਸਾ ਠੰਡਾ ਨਹੀਂ ਹੋ ਜਾਂਦਾ ਨਾ ਤੂੰ ਸ਼ਾਂਤੀ ਨਾਲ ਸੌਂ ਹਮ
ਆਓ ਸਨੀ ਜੀ ਆ ਗਏ। ਹਾਂਜੀ ਆ ਗਏ ਜੀ, ਆ ਗਏ, ਸਮਾਨ ਵੀ ਆ ਗਿਆ ਸਰ। ਸਾਡਾ ਵੀ ਤਕਰੀਬਨ ਥੱਲਿਓਂ ਸਮਾਨ ਉੱਤੇ ਸ਼ਿਫਟ ਹੋ ਚੁੱਕਿਆ, ਤੁਸੀਂ ਥੱਲੇ ਆਪਣੇ ਸਮਾਨ ਦੀ ਸੈਟਿੰਗ ਕਰ ਲਓ। ਇਹ ਮੇਰੀ ਵਾਈਫ ਹੈ ਜੀ ਸ਼ਾਂਤੀ। ਅੱਛਾ ਅੱਛਾ, ਸਤਿ ਸ਼੍ਰੀ ਅਕਾਲ ਜੀ। ਇਹ ਵੀ ਨਾਲ ਹੀ ਰਹਿਣਗੇ? ਅਲੱਗ ਅਲੱਗ ਤਾਂ ਫਿਰ ਕਿਰਾਏ ਤੇ ਰਹਿਣਾ ਮਹਿੰਗਾ ਪੈ ਜੂ ਭਾਜੀ। ਹਾਂਜੀ ਹਾਂਜੀ, ਆ ਜਾਓ। ਤੁਸੀਂ ਇਹਨੇ ਗਿੱਲੇ ਕਿਉਂ ਹੋਏ? ਮੀਂਹ ਆਇਆ ਸੀ? ਮੀਂਹ ਨਹੀਂ ਜੀ, ਜਵਾਈ ਆਇਆ ਸੀ। ਆ ਜਾਓ। ਲੱਕੀ ਅੱਜ ਵਰਗੀ ਕਦੇ ਨਹੀਂ ਹੋਣੀ, ਉਂਝ ਭਾਵੇਂ ਨਿੱਤ ਹੁੰਦੀ ਹੈ। ਓਏ ਮਾੜੀ ਜੀ, ਮਾੜੀ ਹੈ ਤਾਂ ਜਲਾਲ ਤਾਲੀ ਗੱਲ, ਪਰ ਉਹ ਸੱਚੀ ਦੱਸ, ਤੈਨੂੰ ਸੱਚੀ ਨੇ ਅੰਦਰ ਵਾੜੇ ਉਹਨਾਂ ਨੇ? ਲੈ ਉਹ ਤਾਂ ਮੈਨੂੰ ਅੰਦਰ ਤੱਕ ਲੈ ਕੇ ਗਏ, ਮੈਨੂੰ ਕਹਿੰਦੇ ਵੀ ਸੱਚੀ ਗੱਲ ਤਾਂ ਇਹ ਆ, ਤੁਹਾਡੇ ਵੀਰ ਨੂੰ ਇਹਨਾਂ ਨੇ ਅੰਦਰ ਵਾੜਿਆ ਹੀ ਨਹੀਂ ਬਈ। ਓਏ ਅਸੀਂ ਪਰਮਾਨੈਂਟ ਜੋ ਆਈਆਂ, ਸਾਡੇ ਸਹੁਰੇ ਅਜੇ ਤੱਕ ਸਾਨੂੰ 10 ਮਿੰਟ ਦੋਜੀ ਵਾਂਗੂ ਬਾਹਰ ਗੇਟ ਤੇ ਖੜਾ ਕਰੀ ਰੱਖਦੇ ਆ, ਤੂੰ ਤਾਂ ਅਜੇ ਫੇਰ ਅੜਾਉਕਦੇ ਆ। ਓਏ ਤੂੰ ਇਹਨੂੰ ਆਪਣੀ ਇੱਜ਼ਤ ਹੀ ਸਮਝ। ਸਾਲਿਓ ਇਹਨੂੰ ਇੱਜ਼ਤ ਕਹਿੰਦੇ ਹੋ ਤੁਸੀਂ? ਉਹ ਵਿਆਹੇ ਬੜੇ ਬੰਦੇ ਤਾਂ ਜੇ ਗਲਤੀ ਨਾਲ ਇੱਜ਼ਤ ਹੋ ਜਾਣਾ ਤਾਂ ਹੈਰਾਨ ਹੋਈਦਾ, ਬੇਇੱਜ਼ਤੀ ਬੂਤੀ ਤਾਂ ਰੂਟੀਨ ਦਾ ਮੈਟਰ ਆ ਯਾਰ। ਇਹ ਯਾਰ ਲੱਕੀ ਬਾਈ, ਇਹ ਸਾਰੇ ਤੇਰੇ ਤੱਫੜੇ ਨਾ ਮੇਰੇ ਪਾਏ ਹੋਏ ਰੱਫੜਦੇ ਆ। ਇਹ ਠੀਕ ਵੀ ਹੁਣ ਮੈਂ ਆਪ ਹੀ ਕਰੂੰ, ਮੈਂ ਤੇ ਸਿੱਧਾ ਹੀ ਜਾ ਕੇ ਨਾ ਮਾਫ਼ੀ ਮੰਗ ਲੈਣਾ। ਮੈਂ ਕਹਿੰਦਾ ਬਲਬੀਰੋ ਭਾਬੀ ਮਾਫ ਕਰੀ, ਤੂੰ ਠੀਕ ਨੀ ਨਿਕਲੀ, ਅਸੀਂ ਆਪਣੇ ਲੱਕੀ ਭਰਾ ਦਾ ਵਿਆਹ ਹੁਣ ਕਿਤੇ ਹੋਰ ਹੀ ਕਰ ਲੈਣਾ। ਪਰ ਸਾਲਿਓ ਇਸ ਗੱਲ ਦੀ ਕੀ ਗਰੰਟੀ ਵੀ ਗਾਹਾਂ ਵਾਲੀ ਠੀਕ ਨਿਕਲੂ? ਓਏ ਹੁਣ ਇਹਦੇ ਲਈ ISI ਮਾਰਕਾ ਜਨਾਨੀ ਕਿੱਥੋਂ ਲੱਭ ਕੇ ਦਈਏ? ਨਾਲੇ ਸਾਰੀਆਂ ਜਨਾਨੀਆਂ ਦੀ ਮੱਤ ਇੱਕੋ ਜਿਹੀ ਹੁੰਦੀ ਆ, ਉਹ ਤਾਂ ਆਪਣੇ ਹਿਸਾਬ ਨਾਲ ਮਾੜੀ ਮੋਟੀ ਰਿਪੇਅਰ ਉਹਨਾਂ ਦੀ ਆਪ ਹੀ ਕਰਨੀ ਪੈਂਦੀ ਆ। ਪੁਆਇੰਟ 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 ਕਿਉਂ ਹੈ ਨਾ ਪੁਆਇੰਟ ਪੁਆਇੰਟ ਤੈਨੂੰ ਹੈਪੀ ਬਰਥਡੇ। ਲੋ ਜੀ ਦੇਖੋ, ਇਹ ਭਰਜਾਈ ਨੂੰ ਖੱਜਲ ਨੀ ਕਰਨਾ, ਆਪਾਂ ਸਾਰੇ ਹੀ ਬਹਿੰਦੇ ਆ ਗੱਡੀ ਚ, ਰਾਤ ਦੇ 12 ਵਜੇ ਸਿੱਧੇ ਭਰਜਾਈ ਦੇ ਦਰਾਂ ਚ ਜਾ ਵਜੀਏ। ਮੰਗਣੀ ਤੋਂ ਅਸਤੀਫਾ ਹੀ ਦੇ ਹੁਣ ਯਾਰ, ਮਾਫ਼ੀ ਮੰਗੇ ਨਾਲ ਮੰਨ ਤਾਂ ਜਾਊਗੀ ਨਾ, ਸਾਡੇ ਵੀਰ ਦਾ ਬਰਥਡੇ ਹੋਊਗਾ ਅਗਲੀ ਮਹੀਨੇ ਦਾ। ਮੈਨੂੰ ਇੱਕ ਗੱਲ ਦੱਸੋ, ਇਹ ਸਾਲਾ ਦਰਵਾਜ਼ਾ ਹੁਣ ਮੈਨੂੰ ਟੱਪ ਕੇ ਜਾਣਾ ਪੈਣਾ? ਨਹੀਂ ਤਾਂ ਹੋਰ ਸਾਲਿਆ, ਉਹਨਾਂ ਨੇ ਚੂਨੇ ਨਾਲ ਤੀਰ ਬਣਾਏ ਦੇ ਰਿਹਾ ਤੇ ਬਈ ਜਵਾਈ ਸਾਹਿਬ ਇੱਧਰ ਦੀ ਲੰਘੋ ਜੀ, ਇਹ ਟੱਪ ਕੇ ਜਾਣਾ ਪੈਣਾ। ਟੱਪੋ ਜਾਓ ਮੁੜ ਜਾਓ, ਹੁਣ ਜੱਟ ਜਾਓ ਗੱਲ ਆਈ ਖੁੱਲਾ ਹੀ ਆ। ਉਹ ਆ ਜਾਓ ਸਾਲਿਓ, ਲਾ ਲਓ ਮੈਨੂੰ ਕੋਦੋਂ ਲਾਓਗੇ ਜਦੋਂ ਦੋ ਪਾੜ ਹੋ ਗਿਆ। ਉਹ ਸਾਲਿਓ ਕਦੇ ਤਾਂ ਮੁਰਤੀ ਦਿਖਾ ਲਓ, ਲਾ ਦੋ ਸਾਲਿਓ।
ਸ਼ਾਂਤੀ ਸ਼ਾਂਤੀ, ਤੇ ਵਾਲ ਕਿੰਨੇ ਸੋਹਣੇ। ਜੇ ਦਾਰੂ ਪੀ ਕੇ ਮੈਨੂੰ ਐਂ ਤੰਗ ਕਰਨਾ ਹੈ ਨਾ, ਮੈਂ ਸਵੇਰੇ ਹੀ ਬੌਬ ਕੱਟ ਕਰਾ ਲੈਣਾ। ਸੌਰੀ 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 ਸੌਰੀ, ਮੈਂ ਜਾਇਆ ਵਾਂ। ਕਿੱਥੇ? ਸੁਸੂ। ਹਾਇਓ ਰੱਬਾ, ਮੈਥੋਂ ਕਿਹੋ ਕਿਹੋ ਜਿਹੀਆਂ ਪਰਮਿਸ਼ਨਾਂ ਲੈਂਦੇ ਹੋ। ਜਾਓ। ਓਕੇ, ਥੈਂਕ ਯੂ, ਕਮਿੰਗ ਸੂਨ ਸੁਸੂ। ਇੰਨੀ ਜਲਦੀ ਆ ਵੀ ਗਏ? ਸੌਰੀ। ਕਿਉਂ ਇੰਨੀ ਦਾਰੂ ਪੀਂਦੇ ਹੋ ਕਿ ਬਾਰ ਬਾਰ ਸੌਰੀ ਕਹਿਣਾ ਪਵੇ? ਇਹਨੂੰ ਕਿਵੇਂ ਪਤਾ ਲੱਗਿਆ ਮੈਂ ਪੀਤੀ ਹੈ? ਸੌਰੀ। ਜੇ ਹੁਣ ਇੱਕ ਵਾਰੀ ਵੀ ਹੋਰ ਸੌਰੀ ਕਿਹਾ ਨਾ, ਮੇਰਾ ਮਰੀ ਦਾ ਮੂੰਹ ਵੇਖੋਗੇ। ਪੈ ਜਾਓ। ਪੈ ਜਾਓ, ਪੀਤੀ ਮੈਂ ਹਾਂ, ਗੱਲਾਂ ਟੇਡੀਆਂ ਜੀਆਂ ਕਰੀ ਜਾਂਦੀ ਆ। ਇਸ ਨਤੀਆ ਨਾ ਸੌਰੀ। ਮੈਂ ਮਨਾ ਕੀਤਾ ਨਾ ਸੌਰੀ ਕਹਿਣ ਨੂੰ। ਕਦੋਂ ਮਨਾ ਕੀਤਾ? ਤੁਸੀਂ ਆਪ ਪਹਿਨਦੇ ਹੋ ਕਿ ਮੈਂ ਪਾਵਾਂ? ਪਹਿਨਣਾ ਨਾ ਜਾਨੂ। ਉਹ ਸ਼ਾਂਤੀ, ਤੂੰ ਬੌਬ ਕੱਟ ਕਰਾ ਵੀ ਲੈ। ਕਿਹਦੀ ਮਾਂ ਨੇ ਬੌਬ ਕੱਟ ਕਰਾਇਆ? ਸੁਣਦਾ ਮੈਨੂੰ ਨਾਰਾਜ਼ ਕਿਉਂ ਹੁੰਦੀ ਆ? ਆਪਾਂ ਹੱਗੀ ਕਰਕੇ ਸੁਣਾਂਗੇ, ਫੇਰ ਨਹੀਂ ਆ ਜਾਓ। ਚੰਗਾ, ਆ ਲਓ ਕਰਨਾ ਹੱਗੀ। ਉਹ ਕੀਤੀ ਤਾਂ ਹੋਈ ਹੈ, ਹੁਣ ਗਲਾ ਦੱਬ ਦੇਵਾਂ? ਦੱਬ ਦੇ, ਤੈਨੂੰ ਮੈਂ ਨਾ ਲੱਡ ਲੈ ਆ ਲੈ ਹੁਣ ਦੱਬਾਂ। ਗਲਾ ਦੱਬਿਆ ਪੀਤੀ, ਪਤਾ ਨਹੀਂ ਲੱਗਿਆ ਸਾਲਾ। ਸ਼ਾਂਤੀ, ਲਵ ਯੂ, ਤੇਰੇ ਕੰਨ ਵੀ ਸੋਹਣੇ ਆ। ਓਏ, ਤੇਰੇ ਟੋਪਸ ਕਿੱਥੇ ਗਏ? ਕੰਨਾਂ ਚ ਤੇ ਨੇ। ਹਨੀ, ਕੱਲ ਤਾਂ ਤੁਸੀਂ ਦਾਰੂ ਦੀ ਬੋਤਲ ਨੂੰ ਹੱਥ ਲਾਇਓ, ਮੈਂ ਹੱਥ ਵੜ ਦੂੰ ਤੁਹਾਡੇ। ਅੱਛਾ, ਤੂੰ ਮੈਨੂੰ ਆਪਣਾ ਦੂਜਾ ਹੱਥ ਦੇ। ਸ਼ਾਂਤੀ, ਤੂੰ ਤੀਜਾ ਹੱਥ ਕਦੋਂ ਲਵਾ ਲਿਆ? ਟੋਪਸ ਤੁਹਾਨੂੰ ਦਿਖਦੇ ਨਹੀਂ ਹੈ, ਹੱਥ ਤੁਹਾਨੂੰ ਤਿੰਨ ਤਿੰਨ ਦਿਖੀ ਜਾਂਦੇ ਆ। ਉਹ ਨਹੀਂ, ਤੀਜਾ ਹੱਥ ਹੈ। ਹੁਣ ਥੋੜੇ ਚਿਰ ਨੂੰ ਕਹੋਗੇ ਚੌਥਾ ਹੱਥ ਵੀ ਹੈ। ਚੌਥਾ ਵੀ ਹੈ। ਸ਼ਾਂਤੀ, ਕੋਈ ਹੈ? ਕੋਈ ਹੈ? ਘਰੇ ਬੰਦੇ ਬੁਲਾ ਲਿਆ, ਜਦ ਮੈਂ ਦਫ਼ਤਰ ਜਾਂਦਾ ਹੋਊਗਾ ਉਦੋਂ ਕੀ ਕਰਦੀ ਹੋਣੀ ਆ ਤੂੰ? ਤੂੰ ਚੱਲ ਮੇਰੇ ਨਾਲ, ਚੱਲ ਮੇਰੇ ਨਾਲ, ਤੈਨੂੰ ਮੈਂ ਦੱਸਾਂ। ਪ੍ਰੇਮੀ ਜੋੜਾ ਰੰਗੇ ਅਤੇ ਰੰਗ ਰਲੀਆਂ ਮਨੋ ਤੋਂ ਬਾਈ, ਸੌਰੀ, ਗਲਤੀ ਹੋ ਗਈ। ਇਹ ਮੰਨਦਾ ਆਪਣੀ ਗਲਤੀ, ਤੂੰ ਨਾ ਮੰਨੀ ਲੁੱਚੀ ਹੈ। ਦੇਖ ਵੀਰੇ, ਮੈਂ ਸਾਰੀ ਗੱਲ ਸ਼ੁਰੂ ਤੋਂ ਦੱਸਦਾ ਜੇ ਬਾਈ। ਕਿੰਨੀ ਕੁ ਦੇਰ ਤੋਂ ਚੱਲਦਾ ਸਾਰਾ ਕੁਝ ਜਿਹੜਾ ਸ਼ੁਰੂ ਤੋਂ ਦੱਸਣ ਨੂੰ ਫਿਰਦਾ? ਮੈਂ ਸੱਚੀ ਨਹੀਂ ਜਾਣਦੀ ਇਹ ਕੌਣ ਹੈ। ਜਦੋਂ ਜੱਫੀਆਂ ਪਾਈਆਂ ਜਾ ਰਹੀਆਂ ਸੀ ਉਦੋਂ ਜਾਣਦੀ ਸੀ। ਤੈਨੂੰ ਮੈਂ ਲੈ ਕੇ ਜਾਣਾ ਥਾਣੇ। ਵੀਰ ਜੀ, ਘਰ ਦਾ ਮਸਲਾ ਥਾਣੇ ਲੈ ਕੇ ਜਾਓਗੇ, ਉਹੀ ਆਂਢ ਗੁਆਂਢ 'ਚ ਗੱਲਾਂ ਬਣਨਗੀਆਂ। ਭਾਜੀ, ਪੁਲਿਸ ਦੀ ਕੀ ਲੋੜ ਹੈ? ਤੁਸੀਂ ਭਾਜੀ ਹੋਰਾਂ ਨੂੰ ਧੱਕੇ ਧੁੱਕੇ ਮਾਰ ਕੇ ਬਾਹਰ ਕੱਢ ਦਿਓ।
ਜੀ ਸ਼ਾਂਤੀ ਜੀ ਨਿਕਲ ਮੇਰੇ ਘਰ ਤੋਂ ਗੰਦਾ ਆਸ਼ਿਕ ਸਾਲਾ ਲੋਕਾਂ ਦੇ ਘਰਾਂ 'ਚ ਵੜਦਾ। ਇਹਨੂੰ ਕਿਹਾ ਸੀ ਸ਼ਾਂਤੀ ਨਾਲ ਸੌਂ, ਇਹ ਇਸ ਸ਼ਾਂਤੀ ਨਾਲ ਆ ਕੇ ਸੌਂ ਗਿਆ, ਕੀ ਬਣੂ ਇਹਦਾ। ਸਾਲਾ ਬਾਬਾ ਗੁੱਡ ਗਿਆ ਓਏ, ਇਹ ਲੱਕੀ ਆ ਕਿ ਮੈਨੂੰ ਇਹ ਭੁਲੇਖਾ ਪਿਆ। ਭੁਲੇਖਾ ਤਾਂ ਮੈਨੂੰ ਪਿਆ ਸੀ, ਅਗਲਿਆਂ ਨੇ ਭੁਲੇਖਾ ਕੱਢਤਾ। ਸੱਚ ਗਿਆ ਨੈਲਸਨ ਮੰਡੇਲਾ ਨੇ 362 ਚ ਲਿੱਤਰ ਨਾੜ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ। ਯਾਰ ਨੈਲਸਨ ਮੰਡੇਲਾ ਗੁਰਮੁਖੀ ਕਿਹੜੇ ਵੇਲੇ ਸਿੱਖ ਗਿਆ? ਉਹ ਫਿਰੇਮੂ ਤੁਹਾਡੇ ਏਦਾਂ ਕੋਈ ਮਰਿਆ ਚੂਹਾ ਨੀ ਘਰੋਂ ਬਾਹਰ ਸੁੱਟਦਾ, ਜਿੱਦਾਂ ਤੁਸੀਂ ਜਿੰਦਾ ਜਵਾਈ ਸੁੱਟਿਆ। ਯਾਰ ਜੇ ਸਹੁਰੇ ਥੋੜਾ ਹੋਰ ਫੈਂਟ ਦਿੰਦੇ ਸਾਰਾ ਹੱਥਾਂ ਦੀ ਥਾਂ ਮੋਢਿਆਂ ਤੇ ਜਾਂਦਾ ਹੋਣਾ ਸੀ ਆਰਾਮ ਨਾਲ। ਹਾਸੀ ਭਰਾ ਓਏ, ਦੇਖੋ ਜੀ ਜੋ ਵੀ ਹੈ ਆਪਾਂ ਨੂੰ ਇਹਦੇ ਸਹੁਰਿਆਂ ਦਾ ਜਵਾਈ ਨੂੰ ਸੀ ਆਫ ਕਰਨ ਦਾ ਸਟਾਈਲ ਨਹੀਂ ਚੰਗਾ ਲੱਗਦਾ। ਸੀ ਆਫ ਕਾਹਨੂੰ ਕੀਤਾ, ਸਾਲਿਆਂ ਨੇ ਸਵਿੱਚ ਆਫ ਹੀ ਕਰਤਾ। ਆਹ ਜਦੋਂ ਦੀ ਸੀਰ ਤੇ ਦੀ ਲਾਈਫ 'ਚ ਆਈ ਹੈ, ਆਪਣਾ ਸ਼ੇਰ ਸਾਲਿਆਂ ਨੇ ਕੁੱਤਾ ਬਣਾ ਕੇ ਰੱਖਤਾ। ਯਾਰ ਇੰਨੀ ਮਾੜੀ ਤਾਂ ਸਾਲੀ ਟਰੱਕ ਥੱਲੇ ਆਏ ਕੁੱਤੇ ਨਾਲ ਨਹੀਂ ਹੁੰਦੀ ਜਿੰਨੀ ਸਹੁਰਿਆਂ ਥੱਲੇ ਆਏ ਜਵਾਈ ਨਾਲ ਹੋ ਗਈ। ਟਰੱਕ ਥੱਲੇ ਤਾਂ ਆ ਕੇ ਸਾਲਾ ਕੱਲਾ ਕਚੁੰਬਰ ਹੀ ਨਿਕਲ ਆਏ ਤਾਂ ਸਾਲੇ ਦਾ ਨਾਲ ਜਲੂਸ ਵੀ ਨਿਕਲਿਆ ਪਿਆ। ਉਹ ਗੱਲ ਸੁਣੋ ਓਏ, ਚਾਹੇ ਸਹੁਰਿਆਂ ਥੱਲੇ ਆਇਆ ਚਾਹੇ ਟਰੱਕ ਥੱਲੇ, ਕੁੱਤਾ ਤਾਂ ਆਪਣਾ ਹੀ ਆਉਣਾ। ਹੁਣ ਕਮੇਟੀ ਵਾਲੇ ਆ ਕੇ ਥੋੜਾ ਚੁੱਕਣਗੇ, ਚੁੱਕਣਾ ਤਾਂ ਆਪ ਹੀ ਪੈਣਾ। ਮਤਲਬ ਮਤਲਬ ਇਹ ਜੀ ਮੰਗਣੀ ਤੋਂ ਬਾਅਦ ਹੀ ਜਦ ਇਹ ਹਾਲ ਆ, ਸਾਡੇ ਵਿਆਹ ਤੋਂ ਬਾਅਦ ਕਿੰਨੀ ਕੁੱਤੇ ਖਣੀ ਕਰਨਗੇ। ਦੇਖੋ ਜੀ ਆਪਾਂ ਨੂੰ ਆਪਣਾ ਕੁੱਤਾ ਦੁਬਾਰਾ ਸ਼ੇਰ ਬਣਾਉਣਾ ਪੈਣਾ। ਸਾਲੇ ਬੰਦਾ ਨਾ ਬਣਾਇਓ, ਘੜੀ ਮੁੜੀ ਇਹਨੂੰ ਜਾਨਵਰ ਹੀ ਬਣਾਈ ਹੈ। ਉਹ ਮਤਲਬ ਤਾਂ ਇੱਕੋ ਹੀ ਆ ਤਾਇਆ। ਤਾਇਆ ਆਹੋ ਸਾਲਿਆ, ਭਰਜਾਈ ਤੇਰੀ ਤੇ ਲੋਕ ਅੱਜ ਟਰਾਈਆਂ ਮਾਰਦੇ ਆ, ਮੈਂ ਤੇਰਾ ਤਾਇਆ ਕਿਵੇਂ ਲੱਗਿਆ ਹੁਣ? ਤੈਨੂੰ ਹੀ ਤਾਇਆ ਕਹਿੰਦੇ ਆ, ਭਰਜਾਈ ਨੂੰ ਥੋੜਾ ਤਾਈ ਸਮਝਦੇ ਆ। ਸਾਲਾ ਡੈਡੀ ਮਾਈਂਡ, ਤੁਸੀਂ ਆਪਣੀ ਨਿਬੇੜ ਕੇ ਮੇਰੇ ਲਈ ਆ ਜਿਓ। ਆ ਗਏ ਆ ਗਏ ਆ ਗਏ ਆ ਗਏ। ਪਰ ਇੱਕ ਗੱਲ ਹੈ ਯਾਰ, ਇਹਨੂੰ ਸਿਰ ਤਲੇ ਚੱਕਰ ਚੋਂ ਕਿਵੇਂ ਕੱਢੀ ਆਪਾਂ? ਕਿਸੇ ਨਵੀਂ ਦੇ ਚੱਕਰ ਚ ਪਾ ਗਏ। ਮੈਂ ਇੱਕ ਘਰੇਲੂ ਮਾਡਲ ਨੂੰ ਜਾਣਦਾ। ਆਪਾਂ ਇਹਨੂੰ ਉਹਦੇ ਗੇਟ ਚ ਪਾ ਦੇਣਾ ਤੇ ਤਿਲਕ ਨਿਆਪੀ ਜਾਣਾ। ਲੈ ਮੈਂ ਸਮਝ ਗਿਆ, ਯੈਸ। ਮਤਲਬ ਆਪਾਂ ਆਪਣੇ ਬਾਈ ਨੂੰ ਸ਼ਿਕਾਰੀ ਬਣਾ ਕੇ ਯੈਸ ਹਰੇ ਭਰੇ ਜੰਗਲ ਦੇ ਵਿਚਕਾਰ ਸੁੱਟ ਦੇਣਾ ਯੈਸ, ਤੇ ਫਿਰ ਕੰਨ ਚ ਮਾਰ ਲਿਆ ਫੂਕ ਯੈਸ, ਹੁਣ ਇੱਥੇ ਖੁੱਲ ਕੇ ਕਰ ਜੰਗਲ ਪਾਣੀ। ਬੜਾ ਬੋਤ ਤੇਰਾ ਜੰਗਲ ਪਾਣੀ ਨਹੀਂ ਨਿਸ਼ਾਨੇ ਬਾਜੀ, ਤੁਸੀਂ ਆਪਣੀ ਨਿਬੇੜ ਕੇ ਮੇਰੇ ਲਈ ਆ ਜਿਓ। ਆ ਗਏ ਆ ਗਏ ਆ ਗਏ। ਸ਼ੈਫੀ ਡਾਰਲਿੰਗ, ਗੱਲ ਇਹ ਡਾਰਲਿੰਗ, ਸਾਡਾ ਯਾਰ ਲੱਕੀ, ਉਹਨੂੰ ਤੂੰ ਆਪਣੇ ਲਪੇਟੇ 'ਚ ਲੈਣਾ। ਜੇ ਤੂੰ ਸਾਡੇ ਯਾਰ ਲੱਕੀ ਨੂੰ ਪਟਾਉਣ 'ਚ ਕਾਮਯਾਬ ਹੋ ਗਈ ਨਾ, ਸਾਰੀ ਜ਼ਿੰਦਗੀ ਕੋ ਕੰਮ ਕਰਨ ਦੀ ਲੋੜ ਨਹੀਂ। ਕੱਲ ਮਿਲਣਾ ਤੂੰ। ਕੱਲ ਤਾਂ ਮੇਰੀ ਲੁਧਿਆਣੇ ਬਹੁਤ ਇੰਪੋਰਟੈਂਟ ਮਾਡਲਿੰਗ ਅਸਾਈਨਮੈਂਟ ਹੈ। ਤਾਂ ਫੇਰ ਕੀ ਹੋ ਗਿਆ, ਅਸੀਂ ਲੁਧਿਆਣੇ ਆ ਜਾਵਾਂਗੇ। ਲੁਧਿਆਣਾ ਕਿਤੇ ਵੈਸਟ ਇੰਡੀਜ਼ 'ਚ ਆ? ਕਿਉਂ ਜੀ? ਆ ਗਏ ਆ ਗਏ ਆ ਗਏ। ਫੋਨ ਚੁੱਕੋ। ਸੁਖੀ ਤੁਸੀਂ ਕੀ ਕਰਦੇ ਪਏ ਹੋ? ਮੈਂ ਐਕਸਰਸਾਈਜ਼ ਕਰ ਰਿਹਾ, ਤੈਨੂੰ ਪਤਾ ਐਕਸਰਸਾਈਜ਼ ਮੈਂ ਕਦੇ ਮਿਸ ਨਹੀਂ ਕੀਤੀ, ਹਲੇ ਕੱਲ ਹੀ ਤਾਂ ਸ਼ੁਰੂ ਕੀਤੀ। ਹੈਲੋ ਹੈਲੋ ਭਾਬੀ ਜੀ, ਸਤਿ ਸ਼੍ਰੀ ਅਕਾਲ ਡਿੰਪੀ ਭਾਜੀ।
ਸੌਰੀ ਸੌਰੀ, ਕੌਣ ਮਿਸਿਸ ਸਿੱਧੂ? ਹਾਂਜੀ ਬੋਲ ਰਹੀ ਹਾਂ, ਤੁਸੀਂ ਕੌਣ ਬੋਲ ਰਹੇ ਹੋ? ਆਪਣਾ ਮੈਂ ਸੰਧੂ ਬੋਲ ਰਿਹਾ ਜੀ, ਆਪਣੇ ਸਿੱਧੂ ਸਾਹਿਬ ਹੈਗੇ ਨੇ? ਹਾਂਜੀ ਹਾਂਜੀ ਹੈਗੇ ਨੇ। ਜੱਸੀ, ਹਾਂਜੀ, ਕਿਸੇ ਸੰਧੂ ਸਾਹਿਬ ਦਾ ਫੋਨ ਹੈ। ਸੰਧੂ ਦਾ ਫੋਨ ਆ ਗਿਆ? ਕੀ ਕੰਮ ਪੈ ਗਿਆ ਮੇਰੇ ਨਾਲ? ਹੈਲੋ ਸੰਧੂ ਸਾਹਿਬ। ਓਏ ਹੁਣ ਜੋ ਜੀ ਕਰਦਾ ਬੋਲੀ ਚੱਲ, ਚੱਲ ਹੋ ਜਾ ਸ਼ੁਰੂ। ਨੋ ਨੋ, ਸੈਟਰਡੇ ਸੰਡੇ ਤਾਂ ਮੇਰੇ ਘਰ ਅੱਗ ਲੱਗ ਜੇ, ਮੈਂ ਤਾਂ ਨਾ ਘਰੋਂ ਬਾਹਰ ਨਿਕਲਾਂ। ਓ ਨਹੀਂ ਭਾਅ ਜੀ, ਕੀ ਹੋ ਜਾਏਗਾ, 15-20 ਲੱਖ ਰੁਪਈਆ ਮੈਨੂੰ ਪਤਾ ਹੁੰਦਾ ਤੇ ਵੈਸੇ ਬਹੁਤ ਹੈ, ਪਰ ਕੋਈ ਗੱਲ ਨਹੀਂ ਭਾਅ ਜੀ, ਪੈਸਾ ਸਭ ਕੁਝ ਥੋੜਾ ਹੁੰਦਾ ਹੈ। ਕੀ ਹੋ ਜਾਏਗਾ, ਵੱਧ ਤੋਂ ਵੱਧ ਗਰੀਬ ਹੋ ਜਾਵਾਂਗੇ, ਘਰ ਬਾਹਰ ਵਿਕ ਜਾਏਗਾ, ਸੜਕਾਂ 'ਤੇ ਆ ਜਾਵਾਂਗੇ ਨਾ। ਕੋਈ ਗੱਲ ਨਹੀਂ, ਮੈਂ ਆਪਣੇ ਹੋਣ ਵਾਲੇ ਬੱਚੇ ਨੂੰ ਨਹੀਂ ਪੜ੍ਹਾਵਾਂਗਾ ਕਾਨਵੈਂਟ ਵਿੱਚ, ਸਰਕਾਰੀ ਸਕੂਲ 'ਚ ਪੜ੍ਹਾ ਲਵਾਂਗਾ। ਯਾਰ ਮੈਂ ਪੜ੍ਹ ਲਿਖ ਕੇ ਵੀ ਤਾਂ ਉਹਨੇ ਵੀਕਐਂਡ 'ਤੇ ਘਰੇ ਹੀ ਰਿਹਾ ਕਰਨਾ ਵਾਈਫ ਕੋਲ ਹੀ। ਨਹੀਂ ਭਾਅ ਜੀ ਕੋਈ ਗੱਲ ਨਹੀਂ ਯਾਰ, ਮੇਰੀ ਵਾਈਫ ਲੋਕਾਂ ਦੇ ਸਵੈਟਰ ਬੁਣ ਲਿਆ ਕਰੇਗੀ, ਲੋਕਾਂ ਦੇ ਸੂਟ ਸੀ ਲਿਆ ਕਰੇਗੀ, ਲੋਕਾਂ ਦੇ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾ ਲਿਆ ਕਰੇਗੀ। ਯਾਰ ਸੈਟਰਡੇ ਸੰਡੇ ਨੋ ਕੰਮ, ਓਕੇ ਬਾਏ। ਸੁਣੋ ਜੀ, ਇੰਜ ਕੰਮ ਨੂੰ ਥੋੜੀ ਮਨਾ ਕਰੀਦਾ, ਕੰਮ ਤੇ ਕੰਮ ਹੁੰਦਾ ਹੈ, ਤੁਸੀਂ ਲੁਧਿਆਣੇ ਜਾ ਕੇ ਮੀਟਿੰਗ ਕਰ ਆਓ। ਮੈਂ ਫਿਰ ਛੇਤੀ ਆ ਜਾਣਾ, ਮੁੜ ਕੇ ਤੈਨੂੰ ਮੈਂ ਦੱਸਾਂ, ਮੀਟਿੰਗ ਵਿੱਚ ਰਹਿੰਦੀ ਰਹਿ ਜਵੇ। ਸੋ ਸਵੀਟ। ਅਤੁਲ ਸੀ, ਹਾਂਜੀ ਅਤੁਲ ਸੀ, ਚੱਕ ਚੱਕ ਚੱਕ, ਜਲਦੀ ਚੱਕ, ਫੋਨ ਕੱਟਿਆ ਨਾ ਜਾਵੇ। ਹਾਂਜੀ ਹਾਂਜੀ। ਮੈਨੂੰ ਦੱਸਿਆ ਸੀ ਬਰਾੜ ਸਾਹਿਬ ਨੇ ਕਿ ਆਪਣੇ ਬੱਚੇ ਨੂੰ ਦੌਰੇ ਪੈਂਦੇ ਨੇ। ਹਾਂਜੀ। ਤੁਸੀਂ ਤਾਂ ਕਰੋ, ਬਰਾੜ ਸਾਹਿਬ ਨੂੰ ਸਾਰੀਆਂ ਮੈਡੀਕਲ ਰਿਪੋਰਟਾਂ ਦੇ ਕੇ ਅੱਜ ਹੀ ਮੇਰੇ ਕਲੀਨਿਕ ਭੇਜੋ ਲੁਧਿਆਣੇ, ਮੈਂ ਸਾਰਾ ਵੇਖ ਲੈਣਾ। ਅੱਜ ਹੀ ਭੇਜਣਾ ਪੈਣਾ? ਉਹ ਕੱਲ ਨਾ, ਦਰਅਸਲ ਕੰਜਕਾਂ ਬਿਠਾ ਲੈਣੀ ਆ ਕਲੀਨਿਕ ਚ। ਕਲੀਨਿਕ ਤੇ ਕੰਜਕਾਂ? ਦੇਖੋ ਤੁਸੀਂ ਮੈਡੀਕਲ ਲਾਈਨ ਬਾਰੇ ਬਹੁਤਾ ਨਹੀਂ ਜਾਣਦੇ, ਕੰਜਕਾਂ ਪਠਾਣੀਆਂ ਪੈਂਦੀਆਂ। ਪਰ ਸਾਡਾ ਬੱਚਾ ਤਾਂ ਠੀਕ ਹੋ ਜਾਏਗਾ ਨਾ ਜੀ? ਇਹ ਤਾਂ ਜੀ ਕੋਈ ਡਾਕਟਰ ਹੀ ਦੱਸ ਸਕਦਾ ਜੀ। ਹਾਂ ਜੀ। ਨਹੀਂ ਨਹੀਂ, ਮੈਂ ਹੀ ਦੱਸਣਾ ਜੀ, ਡਾਕਟਰ ਤੇ ਮੈਂ ਹੀ ਹਾਂ, ਦੌਰੇ ਤੋਂ ਉਹਦੇ ਇਹੋ ਜਿਹੇ ਠੀਕ ਕਰਾਂਗੇ ਨਾ ਜੀ। ਵੱਡਾ ਹੋ ਕੇ ਭਾਵੇਂ ਮੰਤਰੀ ਵੀ ਬਣ ਜੇ, ਦੌਰੇ ਤਾਂ ਨਹੀਂ ਜਾਇਆ ਕਰੇਗਾ। ਠੀਕ ਹੈ ਜੀ। ਕੀ ਦੱਸੀ? ਬਰਾੜ ਸਾਹਿਬ, ਲੁਧਿਆਣੇ ਤੋਂ ਡਾਕਟਰ ਦਾ ਫੋਨ ਸੀਗਾ, ਹੁਣ ਆਪਣੇ ਚੱਪੂ ਦੀ ਮਿਰਗੀ ਬਿਲਕੁਲ ਠੀਕ ਹੋ ਜਾਣੀ ਆ। ਆਹੋ ਮੰਮੀ, ਮੈਂ ਵੀ ਪਾਪਾ ਦੀਆਂ ਜੁੱਤੀਆਂ ਸੁੰਘ ਸੁੰਘ ਕੇ ਅੱਕਿਆ ਪਿਆ ਸੀ। ਬੇਟੇ ਤੈਨੂੰ ਸਮੈਲ ਨਾ ਆਵੇ, ਇਸ ਕਰਕੇ ਹਰ ਹਫ਼ਤੇ ਮੈਂ ਨਵੀਂ ਜੁੱਤੀ ਲੈਂਦਾ, ਨਾਲੇ ਇੰਨਾ ਤੇਰਾ ਦਵਾਈਆਂ ਦਾ ਖਰਚਾ ਨਹੀਂ ਜਿੰਨਾ ਸਾਲਾ ਮੇਰੀਆਂ ਜੁੱਤੀਆਂ ਦਾ। ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਇਹ ਡਾਕਟਰ ਕਲੀਨਿਕ ਤੇ ਕੰਜਕਾਂ ਬਿਠਾਉਣ ਦੀ ਗੱਲ ਕਿਉਂ ਕਰ ਰਿਹਾ ਸੀ? ਕੰਜਕਾਂ ਤਾਂ ਆਪੇ ਬਿਠਾਉਣੀਆਂ, ਭਰੂਣ ਹੱਤਿਆ ਕਰ ਕਰਕੇ ਥੋੜੇ ਪਾਪ ਕਮਾਇਆ ਕਲੀਨਿਕ ਤੇ। ਚਲੋ ਫਿਰ ਚੱਲੀਏ। ਤੂੰ ਕਿੱਥੇ ਜਾਣਾ? ਹਾਂ, ਨਾਲੇ ਕੰਜਕਾਂ ਐਡੀਆਂ ਐਡੀਆਂ ਹੁੰਦੀਆਂ, ਐਡੀਆਂ ਐਡੀਆਂ ਨਹੀਂ। ਸ਼ਾਬਾਸ਼। ਮੈਂ ਕਿਹਾ ਜੀ ਸੁਣਦੇ ਹੋ? ਕੀ ਹੈ? ਆ ਫੋਨ ਚੱਕੋ, ਮੈਂ ਗੇਮ ਖੇਡ ਰਿਹਾ ਸੀ ਤੇ ਮੈਂ ਟੀਵੀ ਦੇਖ ਰਹੀ ਹਾਂ। ਹੈਲੋ। ਸਾਲੇ ਆਪ ਹੀ ਚੱਕ ਲਿਆ ਫੋਨ, ਉਹ ਮੈਂ ਕੀ ਕਰਾਂ, ਅਗਲੀ ਸੁਣਦੀ ਹੋ ਨਹੀਂ ਮੇਰੀ। ਸਾਡਾ ਚਾਹ ਤਾਂ ਵਿੱਚੇ ਰਹਿ ਗਿਆ ਨਾ ਭਰਜਾਈ ਨਾਲ ਗੱਲ ਕਰਨ ਦਾ। ਸਕੀਮ ਸ਼ੁਰੂ। ਇੰਨੀ ਪਤੀਲੇ ਕਿ ਸਾਲੀ ਦਾਲ ਨਹੀਂ ਥੱਲੇ ਲੱਗਦੀ ਜਿੰਨਾ ਤੂੰ ਜਨਾਨੀ ਥੱਲੇ ਲੱਗਿਆ ਹੋਇਆ। ਸਾਨੂੰ ਤਾਂ ਸਾਲੀ ਸ਼ਰਮ ਆਉਂਦੀ ਹੈ ਤੈਨੂੰ ਦੋਸਤ ਕਹਿੰਦਿਆਂ ਨੂੰ, ਹੁਣ ਆਪੇ ਬਕਵਾਸ ਕਰੀ ਚੱਲ ਜਿਹੜਾ ਕਰ। ਕੀ ਕਿਹਾ? ਕੱਲ ਨੂੰ ਜੌਬ ਦੀ ਇੰਟਰਵਿਊ ਵਾਸਤੇ ਮੈਨੂੰ ਲੁਧਿਆਣੇ ਆਉਣਾ ਪੈਣਾ, ਸਰਦਾ ਹੀ ਨਹੀਂ। ਚਲੋ ਮੈਂ ਇਹਨਾਂ ਨਾਲ ਸਲਾਹ ਕਰਦਾ, ਮੇਰਾ ਮਤਲਬ ਵਾਈਫ ਨਾਲ ਸਲਾਹ ਕਰਦਾ ਯਾਰ। ਜਿੱਥੇ ਜਾਣਾ ਜਾਓ, ਪਰ ਹੌਲੀ ਬੋਲੋ। ਜੀਜਾ ਜੀ ਲੁਧਿਆਣੇ ਜਾ ਰਹੇ ਤੁਸੀਂ? ਮੈਨੂੰ ਵੀ ਲੈ ਚੱਲੋ ਨਾਲ ਹੀ, ਮੇਰੀ ਵੀ ਕੱਲ ਤਰੀਕ ਹੈ ਲੁਧਿਆਣੇ, ਐਵੇਂ ਬੱਸਾਂ 'ਚ ਕਿੱਥੇ ਧੱਕੇ ਖਾਂਦਾ ਜਾਊ ਮੈਂ। ਹੈਂ, ਇੰਟਰਵਿਊ ਤਾਂ ਮੈਨੂੰ ਚੇਂਜ ਹੋ ਗਿਆ, ਹੁਣ ਦਿੱਲੀ ਰੱਖਤਾ? ਕਮਾਲ ਆ, ਮਿੰਟ ਮਿੰਟ 'ਚ ਚੇਂਜ ਕਰੀ ਉਹਨੇ ਯਾਰ ਤੁਸੀਂ। ਐਨੀਵੇਜ਼ ਮੈਂ ਦਿੱਲੀ ਪਹੁੰਚ ਰਿਹਾ, ਠੀਕ ਹੈ, ਓਕੇ ਬਾਏ। ਇੰਟਰਵਿਊ ਦਾ ਵੈਨਿਊ ਚੇਂਜ ਹੋ ਗਿਆ, ਹੁਣ ਮੈਂ ਦਿੱਲੀ ਜਾ ਰਿਹਾ। ਆ ਬਾਹ ਤਾਂ ਥੋੜੀ ਲੁਧਿਆਣੇ ਜਾ ਰਹੀ ਹੈ, ਇੱਥੇ ਬਹਿ ਕੇ ਚਲਾ ਜਾ ਫਿਰ। ਠੀਕ ਹੈ, ਆਪਾਂ ਬੱਸ 'ਤੇ ਚਲੇ ਜਾਵਾਂਗੇ, ਆਪਾਂ ਕਿਹੜਾ ਕਿਸੇ ਘੈਂਟ ਬੰਦੇ ਦੇ ਸਾਲੇ ਹਾਂ।
ਇਹਨੂੰ ਦੱਸਿਆ ਕੀ ਆ ਕਿ ਕਿੱਥੇ ਚੱਲੇ ਆ? ਇੰਪੋਰਟ ਐਕਸਪੋਰਟ ਦੀ ਇੰਪੋਰਟੈਂਟ ਮੀਟਿੰਗ ਤੇ ਲੈ ਕੇ ਚੱਲੇ ਆ, ਹੋਰ ਇਹਨੂੰ ਕੀ ਦੱਸਣਾ ਸੀ? ਸਾਲੇ ਉਹ ਲੱਡੂ ਜੇ ਕੱਛੇ ਪਾਈ ਕਿਹੜੀ ਮੀਟਿੰਗ ਤੇ ਜਾਣਾ ਹੈ? ਇਹ ਚ ਕੀ ਹਰਜ? ਮੈਂ ਤਾਂ ਥੋੜੀ ਭਰਜਾਈ ਨੂੰ ਵੇਖਣ ਵੀ ਕੱਛੇ ਚ ਗਿਆ ਸੀ। ਇਹ ਵੱਖਰੀ ਗੱਲ ਹੈ, ਭਰਜਾਈ ਅਗਲਿਆਂ ਨੇ ਵਿਖਾਈ ਨਹੀਂ ਸੀ, ਕਹਿੰਦੇ ਮੁੰਡੇ ਦੀਆਂ ਲੱਤਾਂ ਪਤਲੀਆਂ ਨੇ। ਸਾਲੇ ਉਹ ਪਤਲੀਆਂ ਲੱਤਾਂ ਨੂੰ ਉਹਨਾਂ ਨੇ ਮੇਰੇ ਕੋਲੋਂ ਸਾਈਕਲ ਚਲਵਾਉਣਾ ਸੀ। ਉਹ ਦਫਾ ਹੋ ਯਾਰ, ਮੈਂ ਨਹੀਂ ਜਾਣਾ ਤੁਹਾਡੇ ਨਾਲ। ਲੈ ਤੂੰ ਤਾਂ ਐਂ ਗੱਲ ਕਰਦਾ ਜਿਵੇਂ ਸਾਡੇ ਕੱਛੇ ਪਾਏ ਨਹੀਂ, ਲਾਹੇ ਹੁੰਦੇ ਨੇ। ਤੂੰ ਇੱਕ ਵਾਰੀ ਮੀਟਿੰਗ ਤੱਕ ਤਾਂ ਚੱਲ, ਉੱਥੇ ਜਾ ਕੇ ਕੱਪੜੇ ਵੀ ਬਦਲ ਲਾਂਗੇ। ਉਹ ਸਾਲਿਓ, ਸਵੇਰੇ ਸਵੇਰੇ ਤੁਹਾਡੀ ਸ਼ਕਲ ਦੇਖ ਲਈ ਪਤਾ ਨਹੀਂ ਦਿਨ ਕਿਹੋ ਜਿਹਾ ਲੰਘਣਾ। ਅੱਛਾ, ਰਾਤ ਤੇ ਮਾਮਾ ਦਾਰੂ ਚ ਟੋਨ ਹੋ ਕੇ ਸਾਡੀਆਂ ਪੱਪੀਆਂ ਲਈ ਜਾਂਦਾ। ਮੇਰੇ ਵੀਰ ਵੱਡੇ, ਮੇਰੇ ਭਰਾ, ਸਵੇਰੇ ਸ਼ਕਲਾਂ ਮਾੜੀਆਂ ਲੱਗਦੀਆਂ ਸਾਡੀਆਂ। ਉਹ ਇੰਨੀਆਂ ਮਿਹਨਤਾਂ ਕਰਾਈ ਜਾਂਦਾ, ਤੇਰੇ ਕੰਮ ਚੱਲੇ ਆ। ਬੈਠ, ਉਹ ਚਲੋ ਬਾਓ ਬਾਓ ਨਿਕਲੋ ਯਾਰ, ਆ ਜਾ ਹੁਣ ਅਟੈਚੀ ਸੋਟੇ ਦਾ ਪਿੱਛੇ ਪਿਛੜ। ਇਹੀ ਸਾਲਾ ਹੀਰੋ ਬਣਿਆ ਫਿਰਦਾ। ਚਲੋ ਬਾਈ, ਸਾਰੇ ਵੀਰਾ ਪੀ ਕੇ ਮੀਟਿੰਗ ਤੇ ਜਾਓਗੇ? ਤੂੰ ਨਾਰਾਜ਼ ਕਿਉਂ ਹੁੰਦਾ ਯਾਰ? ਨਹੀਂ ਜਾਂਦੇ ਮੀਟਿੰਗ ਤੇ? ਮੈਨੂੰ ਥੱਲੇ ਲਾਓ। ਥੱਲੇ ਲੱਗਾ ਤੇ ਮੈਂ ਆਪਣੀ ਹੋਣ ਵਾਲੀ ਜਨਾਨੀ ਤੇ, ਹੋਰ ਕਿੰਨਾ ਕੁ ਥੱਲੇ ਲੱਗਣਾ ਈ ਮਾਮਾ। ਨਾਲੇ ਰਾਜੇ, ਕਈ ਵਾਰੀ ਮੀਟਿੰਗ 'ਚ ਨਾ ਬੰਦੇ ਦੀ ਲੱਸੀ ਜੀ ਹੋ ਜਾਂਦੀ, ਫਿਰ ਖਾਧੀ ਪੀਤੀ 'ਚ ਨਾ ਜ਼ਿਆਦਾ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ। ਆ ਲੱਭੜ, ਤੂੰ ਵੀ ਖਿੱਚ ਲੱਭੜ। ਮੈਨੂੰ ਸੱਚ ਸੱਚ ਦੱਸੋ, ਮੈਨੂੰ ਲੈ ਕੇ ਕਿੱਥੇ ਚੱਲੇ ਹੋ? ਲੁਧਿਆਣੇ, ਤੇਰਾ ਬਰਥਡੇ ਸੈਲੀਬ੍ਰੇਟ ਕਰਨ। ਸਾਲਿਓ, ਕੱਲ੍ਹ ਰਾਤ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ, ਰਾਤ ਦਾ ਹੁਣ ਤੱਕ ਮੈਂ ਜੰਮੀ ਹੋ ਜਾਣਾ? ਨਾਲੇ ਮੈਂ ਸੀਰਤ ਨੂੰ ਨਹੀਂ ਦੱਸ ਕੇ ਆਇਆ। ਰਾਤੀ ਗਿਆ ਤੇ ਆਇਆ ਸੀ ਦੱਸਣ, ਸਹੁਰਿਆਂ ਨੇ ਫਿਰ ਠੁੱਡਾਂ ਨਾਲ ਸਾਗਣ ਪਾ ਤੋੜਿਆ। ਗੱਡੀ ਰੋਕੋ ਸਾਲਿਓ, ਮੈਂ ਕਿਹਾ ਸੀ ਗੱਡੀ ਰੋਕੋ, ਨੱਕ ਠੋਕੋ। ਆਇਓ, ਠੋਕਤਾ ਠੋਕਤਾ ਮੇਰਾ ਆਟੋ। ਗੱਲ ਸੁਣ, ਸਾਲਾ ਤੇਰਾ ਆਟੋ ਚਲਾਉਂਦਾ? ਤੂੰ ਤਾਂ ਕਹਿੰਦਾ ਸੀ ਤੇਰੀ ਸਹੁਰਿਆਂ ਦੀ ਲਿਬੜੇ ਵਾਲਿਆਂ ਨਾਲ ਸਾਂਝ ਆ। ਅੱਜ ਪਤਾ ਲੱਗਿਆ ਲਿਬੜੇ ਵਾਲਿਆਂ ਨੇ ਆਟੋ ਵੀ ਪਾਏ ਹੋਏ। ਕੋਈ ਆਟੋ ਵਾਲਾ ਹੌਲੀ ਚਲਾਉਂਦਾ ਸੀ, ਮੈਂ ਕਿਹਾ ਮੈਂ ਜਲਦੀ ਜਾਣਾ, ਮੈਨੂੰ ਫੜਾ। ਪਰ ਤੁਸੀਂ ਤਾਂ ਦਿੱਲੀ ਇੰਟਰਵਿਊ ਤੇ ਜਾ ਰਹੇ ਸੀ। ਸਾਲਿਆ, ਜੇ ਤੇਰੇ ਚ ਨਾ ਵੱਜਦੇ ਹੁਣ ਨੂੰ ਕਦੇ ਪਹੁੰਚ ਜਾਣਾ। ਪਰ ਇੱਧਰ ਤਾਂ ਲੁਧਿਆਣਾ ਹੈ। ਨਹੀਂ, ਅੱਛਾ ਸਾਨੂੰ ਕਿਸੇ ਨੇ ਦੱਸਤਾ ਲੁਧਿਆਣਾ ਇੱਧਰ, ਲੋਕੀ ਵੀ ਸਾਲੇ ਪਾਗਲ। ਪਰ ਇਹਨਾਂ ਸੱਜ ਧੱਜ ਕੇ ਚੱਲੇ ਕਿੱਥੇ ਹੋ, ਮੈਨੂੰ ਤਾਂ ਸੱਚ ਦੱਸ ਦਿਓ। ਉਹ ਸੱਚ ਤੈਨੂੰ ਕੀ ਦੱਸਾਂ, ਸੱਚ ਤਾਂ ਮੈਨੂੰ ਆਪ ਨਹੀਂ ਪਤਾ। ਦਰਅਸਲ ਇਹਨੇ ਦੱਸਣਾ ਵੀ ਨਹੀਂ, ਇਹਦੀ ਅਸਲ 'ਚ ਮੰਗੇਤਰ ਨਾਰਾਜ਼ ਹੋ ਗਈ ਹੈ ਤੇ ਲੁਧਿਆਣੇ ਇਹਦੀ ਮੰਗੇਤਰ ਨੂੰ ਮਨਾਉਣ ਚੱਲ ਰਿਹਾ। ਅੱਛਾ, ਫਿਰ ਮੈਨੂੰ ਵੀ ਨਾਲ ਹੀ ਲੈ ਚੱਲੋ, ਮੈਂ ਵੀ ਵਕੀਲ ਨੂੰ ਲੈ ਕੇ ਕਚਹਿਰੀ ਜਾਣਾ ਸੀ ਲੁਧਿਆਣੇ, ਮੈਂ ਲੇਟ ਹੋ ਰਿਹਾ। ਮੈਂ ਕਿਹੜਾ ਦੀਦੀ ਨੂੰ ਦੱਸਣਾ ਵੀ ਤੁਸੀਂ ਇੰਟਰਵਿਊ ਤੇ ਨਹੀਂ ਗਏ? ਯਾਰ ਮੈਂ ਆਲਮੋਸਟ ਤਾਂ ਕਿਉਂ ਸਮਝੋ ਯਾਰ, ਪਤਾ ਮਿੰਤ ਵਾਲੀ ਗੱਲ ਹੀ ਆ, ਨਹੀਂ ਤਾਂ ਮੁੜ ਕੇ ਜਾ ਕੇ ਨਾ ਘਰੇ ਮੇਰੀ ਰੇਲ ਬਣਾ ਦੇਣੀ ਹੈ। ਬੋਲਦੇ ਨਹੀਂ ਉਹ, ਬੋਲੀਏ ਕਿ ਸਵਾ ਇਹਦੇ ਪਿੱਛੇ ਮਿੰਤਾ ਕਰਦਾ, ਉਹ ਤਾਂ ਸਾਡਾ ਪਿੱਛੇ ਚੱਪ ਮਾਰ ਕੇ ਬਹਿ ਗਿਆ। ਚਲੋ ਯਾਰ, ਨਿਕਲੋ ਯਾਰ, ਬਸ ਰੁਕਦੇ ਹੀ ਰੁਕਦੇ ਆ ਕੇ ਵਕੀਲ ਤਾਂ ਕਰ ਇੱਥੇ ਤਾਂ ਨਾ। ਹਾਂ ਬਸ, ਥੈਂਕ ਯੂ, ਓਕੇ ਜੀ, ਮਿਲਦੇ ਹਾਂ। ਤਾਂ ਮਾਡਲ ਸਾਡੇ ਨਾਲ ਰਹੂਗੀ? ਆਹੋ, ਕਿਉਂ? ਉਹ ਕੰਪਲੀਮੈਂਟਰੀ। ਦਰਅਸਲ ਮਿੱਤਰ ਪਿਆਰਿਆ, ਰਾਤੀ ਤੈਨੂੰ ਭਾਬੀ ਵਾਸਤੇ ਰੋਂਦਿਆਂ ਵੇਖ ਕੇ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੋਇਆ, ਬਸ ਅਸੀਂ ਆਪਣਾ ਸੁੱਤਾ ਜ਼ਮੀਰ ਜਗਾ ਲਿਆ ਤੇ ਨਾਲ ਹੀ ਸ਼ੈਫੀ ਨੂੰ ਫੋਨ ਲਾ ਲਿਆ। ਬਸ ਤੈਨੂੰ ਇੱਕ ਵਾਰੀ ਆਪਣਾ ਜ਼ਮੀਰ ਮਾਰਨਾ ਪੈਣਾ, ਫਿਰ ਵੇਖੀ ਸ਼ੈਫੀ ਦੀ ਸੂਰਤ 'ਚੋਂ ਤੇਰੀ ਸੀਰਤ ਕਿਵੇਂ ਦਿਖਦੀ ਆ। ਜੇ ਨਾ ਦੇਖੀ ਆਪਾਂ ਸਾਰੀ ਇੱਕ ਮਿੰਟ ਨਹੀਂ ਖੜਨ ਦੇਣੀ, ਮਗਰੇ ਦੂਜੀ ਰਿਕੁਐਸਟ ਕਰ ਲੈਣੀ। ਮੈਂ ਆਪਣਾ ਜ਼ਮੀਰ ਨਹੀਂ ਮਾਰ ਸਕਦਾ। ਜੇ ਨਹੀਂ ਮਾਰ ਸਕਦਾ ਸਾਡਾ ਮਰਿਆ ਮਰਾਇਆ ਲੈ ਜਾ। ਸਾਲਿਓ, ਤੁਸੀਂ ਮੇਰਾ ਘਰ ਵਸਾਉਣਾ ਵਾ ਕਿ ਉਜਾੜਨਾ ਵਾ? ਉਹ ਗੱਲ ਤਾਂ ਸੁਣ ਵੀਰੇ, ਜਦੋਂ ਦੀ ਅਗਲੀ ਨੇ ਤੇਰੀ ਫੋਟੋ ਦੇਖੀ ਹੈ ਉਹ ਤਾਂ ਪਿੱਛੇ ਪੈ ਗਈ, ਕਹਿੰਦੀ ਫੋਟੋ 'ਚ ਮੁੰਡਾ ਸਾਫ਼ ਦਿਖਾਈ ਨਹੀਂ ਦਿੰਦਾ, ਸਾਹਮਣੇ ਮਿਲਾਓ। ਬਸ ਸਾਹਮਣੇ ਮਿਲ ਕੇ ਨਾਲ ਦੀ ਨਾਲ ਨਿਕਲ ਜੀ ਤੂੰ। ਉਹ ਤੁਮਾਰ ਪਰੇ, ਕਮਿੰਗ ਜੱਸੀ। Hey Shafi, how are you? How my are love you? Good to see you. Meet my friend Guri. Hi Guri Brad. Hi. And actually he's named
ਜੱਸੀ ਕਿੱਥੇ ਗਾਇਬ ਰਹਿੰਦੇ ਤੁਸੀਂ? ਨਾ ਤੁਹਾਡਾ ਫੋਨ ਮਿਲਦਾ ਨਾ ਕੋਈ ਅਤਾ ਪਤਾ। ਆਮ ਸੋ ਸੌਰੀ ਡਾਰਲਿੰਗ, ਦਰਅਸਲ ਨਾ ਨਵੇਂ ਨਵੇਂ ਸਟਰਗਲਰ ਮਾਡਲ ਜਿਹੜੇ ਫੋਨ ਕਰ ਕਰਕੇ ਤੰਗ ਬਹੁਤ ਕਰਦੇ, ਮੈਂ ਆਪਣਾ ਮੋਬਾਈਲ ਨੰਬਰ ਹੀ ਬਦਲਦਾ ਰਹਿੰਦਾ। ਬਾਏ ਦ ਵੇ ਆਪਣਾ ਨਵਾਂ ਆਫਿਸ ਬਣਾਇਆ, ਇਹਦੇ 'ਚ ਮੇਰੇ ਸਾਰੇ ਨਵੇਂ ਨੰਬਰ ਹੈਗੇ ਆ। ਮੀਟ ਮਾਈ ਫਰੈਂਡ ਲੱਕੀ, ਅੱਜ ਹੀ ਜੰਮੇ ਨੇ। ਅੱਜ ਜੰਮੇ ਨੇ? ਇਹਨੇ ਵੱਡੇ ਵੀ ਹੋ ਗਏ। ਅੱਜ ਦੇ ਦਿਨ ਜੰਮਿਆ ਸੀ। ਓ ਇਟਸ ਯੋਰ ਬਰਥਡੇ, ਹੈਪੀ ਬਰਥਡੇ। ਲੱਗਦਾ ਸ਼ਾਇਦ ਮੇਰਾ ਬਰਥਡੇ ਵੀ ਅੱਜ ਹੀ ਹੈ। ਰੂਮ ਬੜਾ ਸੋਹਣਾ ਹੈ। ਅਸੀਂ ਜੀ ਸਪੈਸ਼ਲ ਰਿਕੁਐਸਟ ਤੇ ਲਿਆ, ਉਹਨਾਂ ਨੂੰ ਕਿਹਾ ਸਾਨੂੰ ਹਨੀਮੂਨ ਕਮਰਾ ਦੇ ਦਿਓ, ਅਸੀਂ ਬਰਥਡੇ ਵਾਂ ਆਪਾਂ ਕੇਕ ਕੱਟੀ ਇੱਥੇ ਚੱਲੀਏ। ਅਸੀਂ ਕਿਤੇ ਹੋਰ ਵੀ ਜਾਣਾ ਜੀ? ਆਵਾ ਇਹਨੇ ਜਾਣਾ ਤਿੰਨ ਚਾਰ ਥਾਵਾਂ ਤੇ, ਅਜੇ ਹੋਰ ਕੇਕ ਕੱਟਣ ਜਾਣਾ। ਜਿੱਦਾਂ ਮੰਤਰੀ ਨਹੀਂ ਜਾਂਦੇ ਹੁੰਦੇ ਰੀਬਨ ਕੱਟਣ ਵਾਸਤੇ, ਇਹ ਜੇ ਮੁੰਡਾ ਖੁੰਡਾ ਨਾ, ਇਹਨੂੰ ਫਿਰ ਕੇਕ ਕੱਟਣ ਵਾਸਤੇ ਬੁਲਾ ਲੈਂਦੇ ਹੁੰਦੇ ਨੇ। ਕੇਕ ਦਾ ਤਾਂ ਮੈਨੂੰ ਪਤਾ ਨਹੀਂ, ਪਰ ਅੱਜ ਤਿੰਨ ਚਾਰ ਗਰਦਣਾਂ ਜ਼ਰੂਰ ਘੱਟ ਹੋਣਗੀਆਂ। ਤੂੰ ਤਾਂ ਗੁੱਸੇ ਕਰ ਗਿਆ ਯਾਰ, ਬਸ ਤੇਰਾ ਕੇਕ ਕੱਟ ਦਈਏ, ਨਾਲ ਹੀ ਨਿਕਲ ਲਓ। ਮੇਲਾ ਤਾਂ ਵੀਰਾਂ ਲੈ ਕੇ ਆ ਗਿਆ। ਜੀਜਾ ਜੀ, ਸਾਰੇ ਕਹਿ ਰਹੇ ਸੀਗੇ ਤੁਹਾਡੀ ਗੱਡੀ ਵੇਖ ਕੇ ਗੱਡੀ ਵਾਲੇ ਨੂੰ ਮਿਲਣਾ, ਤੁਸੀਂ ਪਛਾਣਦੇ ਉਹਨਾਂ ਨੂੰ? ਪਛਾਣੋ? ਹਾਂ ਹਾਂ, ਲੱਗਦਾ ਸਾਲੇ ਵਾਲੀ ਗੱਲ ਤਾਂ ਇਹਨੂੰ ਹੀ ਵੇਖ ਕੇ ਬਣਾਈ ਹੋਣੀ ਕਿਸੇ ਨੇ। ਪੱਕੀ ਗੱਲ, ਤੂੰ ਇੱਥੇ ਕੀ ਲੈਣ ਆਇਆ? ਮੇਰਾ ਤਾਂ ਗੱਡੀ 'ਚ ਬੈਗ ਰਹਿ ਗਿਆ ਸੀ, ਪਰ ਆਹ ਕੌਣ ਹੈ? ਇਹ ਤਾਂ ਆਪਣੇ ਦਿਮਾਗ 'ਚ ਸਲਿਪ ਕਰ ਗਿਆ, ਆਪਣੇ ਲੱਕੀ ਦੀ ਮੰਗੇਤਰ। ਮੰਗੇਤਰ? ਉਹ ਨਹੀਂ ਨਹੀਂ, ਆ ਜਿਹਦੀ ਮੰਗੇਤਰ ਹੈ ਉਹ ਤਾਂ ਮੰਨਦਾ ਨਹੀਂ। ਨਹੀਂ ਨਹੀਂ, ਰੁੱਸੀ ਹੋਈ ਨਾ ਉਹਦੇ ਨਾਲ, ਤੇ ਉਹਨੂੰ ਲੱਗਦਾ ਵੀ ਰਿਸ਼ਤਾ ਟੁੱਟ ਗਿਆ। ਏਦਾਂ ਨਹੀਂ ਰਿਸ਼ਤੇ ਟੁੱਟਦੇ ਹੁੰਦੇ, ਮੰਗੇਤਰ ਨਾਲ ਖੂਨ ਦੇ ਸੰਬੰਧ ਹੁੰਦੇ ਨੇ। ਮੰਗੇਤਰ ਮੰਗੇਤਰ ਹੀ ਹੁੰਦੀ ਹੈ, ਜੋ ਮਰਜ਼ੀ ਹੋ ਜੇ। ਅੱਛਾ, ਜਿਨ੍ਹਾਂ ਨੂੰ ਤੁਸੀਂ ਮਨਾਉਣ ਆਏ ਸੀ, ਤੁਸੀਂ ਮੰਨ ਲਈ ਟੁੱਟੇ ਛਿੱਤਰ ਵਾਂਗੂ ਸਾਲੇ ਗਾ ਵਧੀਆ ਨੇ, ਉਹਨਾਂ ਦੀ ਮਸਾ ਸੁਲਾ ਹੋਈ ਆ, ਤੂੰ ਲੜਾਈ ਕਰਾ ਕੇ ਹਟੇਗਾ ਹੁਣ? ਯਾਰ ਅਗਲੇ ਦਾ ਜਨਮ ਦਿਨ ਆ, ਉਹ ਕੇਕ ਕੱਟਣ ਨੂੰ ਬੈਠਿਆ, ਤੂੰ ਆ ਕੇ ਆਪਣੇ ਝੱਜੂ ਪਾਲਿਆ ਵਿੱਚ। ਚਲੋ ਉਹ ਕੱਟੀਏ, ਹੋਰ ਇਹ ਗੱਲ 'ਚ ਘੁਸ ਜਾਏਗਾ, ਤੇਰੀ ਇਸੇ ਇੰਟਰਫੀਰੈਂਸ ਕਰਕੇ ਸਾਲੇ ਅੱਜ ਤੱਕ ਮਾਮਾ ਨਹੀਂ ਬਣਿਆ ਤੂੰ। ਚਲੋ ਬਾਹਰ ਲੈ ਕੇ ਚੱਲੋ ਉਹਨੂੰ। ਅੱਛਾ ਚੱਲ ਚੱਲ। ਬਈ ਯਾਰ ਤੁਸੀਂ ਸਾਰੇ ਕਿੱਥੇ ਚੱਲੇ ਯਾਰ? ਤੁਸੀਂ ਉਹਨੂੰ ਪੇਸਟਰੀ ਖਾਣ ਚੱਲੇ ਆ, ਤੁਸੀਂ ਕੇਕ ਖਾ ਲਓ। ਵੈਸੇ ਇਹੋ ਜਿਹੇ ਸਾਲੇ ਨਾਲੋਂ ਨਾ ਬੰਦਾ ਛੜਾ ਮਰ ਜੇ ਤੇ ਕੀ ਮਾੜਾ। ਉਹ ਡੈਂਪੀ ਮਾਰ ਸਾਲੇ, ਚਾਪੜ ਜਾਂਦੇ ਮੂੰਹ ਤੇ ਬੈਗ। ਆ ਫੜ ਤੇ ਫੜੀ ਹੋ ਜਾ ਸਾਲਾ। ਜੇ ਭੈਣ ਨਾ ਬਹਿੰਦੀ ਤੁਹਾਡੇ ਨਾਲ ਤਾਂ ਮੈਂ ਦੱਸਦਾ ਕਿਹਨੂੰ ਕਹੀਦਾ ਸਾਲਾ। ਨਾ ਭੈਣ ਵਾਪਸ ਲੈ ਜਾ, ਮੈਨੂੰ ਕਹਿਲਾ ਸਾਲਾ, ਹੁਣ ਤਾਂ ਖੁਸ਼ ਹੈ? ਉਹ ਤੁਰ ਜਾ ਹੁਣ, ਘੱਟਾ ਡੀਕਦਾ ਜਾਣ ਕੇ ਤੇ ਸਾਲਾ ਚੱਲ ਚੱਲ ਸਾਲਾ ਹੀ। ਸੋ ਕਿੰਨੀਆਂ ਗਰਲਫ੍ਰੈਂਡਸ ਨੇ ਤੁਹਾਡੀਆਂ ਜੀ? ਇੱਕ। ਸਿਰਫ ਇੱਕ? ਦੋ ਕਿਉਂ ਨਹੀਂ? ਅੱਜ ਕੱਲ ਤਾਂ ਮੋਬਾਈਲ ਫੋਨਸ ਵੀ ਤਰੱਕੀ ਕਰ ਗਏ ਨੇ, ਉਹਨਾਂ ਵਿੱਚ ਵੀ ਦੋ ਦੋ ਸਿਮ ਪੈਂਦੇ ਨੇ। ਉਹ ਤਾਂ ਜੀ ਵੇਲੇ ਵੇਲੇ ਦੀ ਗੱਲ ਆ, ਕਿਸੇ ਟਾਈਮ ਮੈਂ ਵੀ ਆਪਣੇ ਦੇਸੀ ਜੇ ਮੋਬਾਈਲ ਦੇ ਵਿੱਚ ਜੀ 6-7 ਸਿਮ ਪਸਾ ਲੈਂਦਾ ਸੀ। ਨੱਚੀ ਦੁਨੀਆ 'ਚ ਦੇਖੋ, ਯਾਰ ਦੋਸਤ ਤਾਂ ਬਥੇਰੇ ਹੁੰਦੇ ਨੇ, ਪਰ ਆਪਣੇ ਵਰਗੇ ਯਾਰ ਅਨਮੁੱਲੇ ਘੱਟ ਹੀ ਮਿਲਦੇ ਨੇ। ਦੇਖੋ ਆਪਾਂ ਕਿੰਨੀ ਕਮੀਨਗੇ ਦੇ ਨਾਲ ਆਪਣੇ ਯਾਰ ਨੂੰ ਸੀਰਤ ਵਾਲੀ ਮੁਸੀਬਤ 'ਚੋਂ ਕੱਢ ਕੇ ਉਹ ਮਾਰਿਆ ਆਪਣਾ ਕਿ ਨਹੀਂ? ਯਾਰ ਮੈਨੂੰ ਲੱਗਦਾ ਆਪਾਂ ਸੰਸੈਰਟੀ ਕੁਝ ਜ਼ਿਆਦਾ ਨਹੀਂ ਦਿਖਾਤੀ। ਉਹ ਕਿਵੇਂ? ਐਡੀ ਸੋਹਣੀ ਕੁੜੀ ਤਾਂ ਕਦੇ ਜ਼ਿੰਦਗੀ 'ਚ ਆਪਣੇ ਲਈ ਨਹੀਂ ਲੱਭੀ ਜਿੰਨੀ ਆਪਾਂ ਮਨ ਮਾਰ ਕੇ ਉਹਦੇ ਲਈ ਲੱਭਤੀ। ਨਹੀਂ, ਇਹ ਸੀਰਤ ਕੌਣ ਹੁੰਦੀ ਹੈ ਸਾਡੇ ਯਾਰ ਦੀ ਜ਼ਿੰਦਗੀ ਬਰਬਾਦ ਕਰਨ ਵਾਲੀ? ਅਸੀਂ ਮਰ ਗਏ, ਆਪ ਕਰਾਂਗੇ ਯਾਰ ਦੀ ਜ਼ਿੰਦਗੀ ਬਰਬਾਦ। ਯਾਰ ਹੁਣ ਤਾਂ ਵਾਹਵਾ ਚਿਰ ਹੋ ਗਿਆ ਉਹਨੂੰ ਇਕੱਲੇ ਨੂੰ ਛੱਡਿਆ, ਹੁਣ ਤੱਕ ਤਾਂ ਪਿਆਰ ਦਾ ਨਗਮਾ ਛੇੜ ਲਿਆ ਹੁਣ। ਜਦਾ ਸਮਾਨ ਸਮਰ ਇਸ ਕੀ ਉੱਤੋਂ ਸਾਲੀ ਪੂਰ ਜੀ ਪਵੇ, ਹੁਣ ਨੱਚਦੀ ਦੇ ਪੈਰ ਜਾਂਦਾ ਦਿਲ ਕੀ ਹੜੋ ਬੜੋ ਡਿੱਗ ਨਾ ਪਵੇ।
ਇੱਕ ਕੁੜੀ ਵੇ ਕੱਕੇ ਵਾਲਾਂ ਵਿੱਚ ਫੁੱਲ ਗਏ ਕਲਿੱਪ ਕੁੜੀ ਦੇ ਉਹ ਮੁੰਡਿਆਂ ਨੂੰ ਚੱਕੀ ਜਾਂਦੇ ਜੈਕ ਕੁੜੀ ਵੇ ਉਹ ਸੱਤ ਰੰਗੀ ਚੁੰਨੀ ਰੰਗ ਮਿਲਕੀ 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 ਮੋਰਾਂ ਦਾ ਭੁਲੇਖਾ ਜਾ ਪਵੇ ਸੁਪਨਾ ਦਾ ਲੱਕੀ ਬਾਰੇ ਬੜਾ ਪੋਜ਼ਿਟਿਵ ਦੇਖਿਆ ਜੀ ਆਪਾਂ ਬਸ ਹੁਣ ਸਾਕਾਰ ਹੋ ਜਾਵੇ ਸਾਕਾਰ ਕਿਵੇਂ ਨਹੀਂ ਹੋਊ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਕਮ ਔਨ ਲੱਕੀ ਬੀ ਮਾਡਰਨ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੀ ਮੈਨੂੰ ਦੇਸੀ ਰਹਿਣ ਦਿਓ ਲੱਕੀ ਸਿੱਕੀਵੀਂ ਸਦੀ ਐ ਤਾਂ 19ਵੀਂ ਸਦੀ 'ਚ ਮੇਰੇ ਦਾਦੇ ਦੀਆਂ ਪੰਜ ਸਹੇਲੀਆਂ ਸੀ ਪਰ ਮੇਰੀ ਇੱਕ ਹੀ ਠੀਕ ਆ ਲੱਕੀ ਤੇ ਲਾਈਫ ਬਣਾ ਦੂੰ ਮੇਰੀ ਬਗੇਤਰ ਮੇਰੀ ਰੇਲ ਬਣਾ ਦੂੰ ਕਿੰਨਾ ਡਰਦੇ ਹੋ ਤੂੰ ਉਹਦੇ ਤੋਂ ਵੱਧ ਤਾਂ ਤੁਹਾਡੇ ਤੋਂ ਡਰ ਲੱਗ ਰਿਹਾ ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਜੋ ਸਮਝਾਉਣਾ ਇੱਧਰ ਬੈਠ ਕੇ ਸਮਝਾਓ ਇੱਧਰ ਬੈਡ ਮੁੱਕਣ ਵਾਲਾ ਆਈ ਰੀਅਲੀ ਲਾਈਕ ਯੂ ਕਮਾਲ ਦੀ ਗੱਲ ਹੈ ਜੀ ਇੰਨੀ ਸ਼ਰੀ ਤਾਂ ਕੋਈ ਫੇਸਬੁੱਕ ਦਾ ਸਟੇਟਸ ਨਹੀਂ ਲਾਈਕ ਕਰਦਾ ਜਿੰਨੀ ਸ਼ਰੀ ਤੁਸੀਂ ਮੈਨੂੰ ਕਰ ਲਿਆ ਮੈਨੂੰ ਲੱਗਦਾ ਮੈਨੂੰ ਜਾਣਾ ਚਾਹੀਦਾ ਜੀ ਸਤਿ ਸ੍ਰੀ ਅਕਾਲ ਜੀ ਇੰਜੀ ਚਲੇ ਜਾਓਗੇ ਤੂੰ ਪਰੇ ਮਾਰੇ ਕਮਾਲ ਦੀ ਗੱਲ ਆ ਤੂੰ ਮੈਨੂੰ ਧੱਕਾ ਮਾਰਿਆ ਗੈਟ ਲੋਸਟ ਮੈਨੂੰ ਕੀ ਲੱਗਦਾ ਸੀ ਮੈਂ ਆਪਣੀ ਜ਼ਮੀਰ ਸੁੱਟ ਦੂ ਜਿਹਨੂੰ ਮੇਰੇ ਪਿੱਛੇ ਪਾ ਕੇ ਆਇਆ ਸੀ ਧੱਕਾ ਮਾਰ ਕੇ ਆਇਆ ਉਹਨੂੰ ਮੈਂ ਸਾਲਿਆ ਸ਼ੈਫੀ ਨੂੰ ਧੱਕਾ ਨੀ ਤੂੰ ਆਪਣੀ ਕਿਸਮਤ ਨੂੰ ਧੱਕਾ ਮਾਰ ਕੇ ਆਇਆ ਗ੍ਰਾਂਦੀ ਨਾਲ ਦੀ ਬੇਇੱਜ਼ਤੀ ਉਹ ਇੱਧਰ ਗੱਲ ਕਰ ਯਾਰ ਮੇਰੀ ਬੇਇੱਜ਼ਤੀ ਹੋਈ ਹੈ ਹਾਂ ਸੱਚ ਇਹਦੀ ਬੇਇੱਜ਼ਤੀ ਕੁੜੀ ਤਾਂ ਇਹਨੂੰ ਲਾਂਬਾ ਦਊ ਨਾ ਹੁਣ ਮਾਂ ਪਿਓ ਨੇ ਬਚਪਨ 'ਚ ਕਿਹਾ ਸੀ ਕਿ ਬੇਟਾ ਹੋਰ ਜ਼ਿੰਦਗੀ 'ਚ ਜੋ ਮਰਜ਼ੀ ਕਰਿਓ ਪਰ ਕਦੇ ਕਿਸੇ ਕੁੜੀ ਵਾਲੇ ਪਾਸੇ ਲਾਂਬਾ ਨਹੀਂ ਆਉਣਾ ਚਾਹੀਦਾ ਸਾਲੇ ਮਾਂ ਪਿਓ ਦੀਆਂ ਸਿਆਣੀਆਂ ਗੱਲਾਂ ਨੂੰ ਵੀ ਆਪਣੇ ਹਿਸਾਬ ਨਾਲ ਮੋਡੀਫਾਈ ਕਰ ਲੈਂਦੇ ਨੇ ਮੈਂ ਮਨਾ ਕੇ ਆਉਣਾ ਯਾਰ ਉਹਨੂੰ ਕੁੜੀ ਦੀ ਬਹੁਤ ਬੇਇੱਜ਼ਤੀ ਹੋਈ ਕਿੱਧਰ ਮੈਨੂੰ ਜਾਣ ਦੇ ਕਿਹੜੀ ਗੱਲੋਂ ਤੂੰ ਜਾਏਗਾ ਮੈਨੂੰ ਡਾਕਟਰ ਨੇ ਬੈਡ ਰੈਸਟ ਦੱਸੀ ਓ ਵੀਰੇ ਤੇਰੇ ਨਾਲ ਉਹ ਨਾਰਾਜ਼ ਹੈ ਤੈਨੂੰ ਪਤਾ ਇਹ ਜੀ ਸਿਚੁਏਸ਼ਨ ਮੈਂ ਚੰਗੀ ਤਰ੍ਹਾਂ ਟੈਕਲ ਕਰ ਲੈਣਾ ਮੈਨੂੰ ਜਾਣ ਦੇ ਇਹ ਕਰੂਗਾ ਸਾਲਾ ਉਹਨੂੰ ਟੈਕਲ ਸਾਲੇ ਤੂੰ ਆਪਣੀ ਰੈਗੂਲਰ ਟੀਮ ਹੀ ਟੈਕਲ ਨਹੀਂ ਹੁੰਦੀ ਟੈਂਪਰੇਰੀ ਨੂੰ ਕਰ ਲੂਗਾ ਇਹ ਹੁਣ ਤੁਹਾਨੂੰ ਗਾਲ ਆ ਜੇ ਮੈਨੂੰ ਰੋਕੂ ਮੈਂ ਚੱਲੇ ਓ ਤਾਇਆ ਇਧਰ ਇਧਰ ਅਸੀਂ ਮਰ ਗਏ ਅਸੀਂ ਮਰ ਗਏ ਦੱਸ ਅਸੀਂ ਮਰ ਗਏ ਮੈਂ ਹੀ ਜਾਣਾ ਯਾਰ ਓ ਦਫਾ ਹੋਵੋ ਜਿਹਨੇ ਜਾਣਾ ਜਾਓ ਯਾਰ ਕਿਉਂ ਬੱਚਿਆਂ ਵਾਂਗੂ ਹਰਕਤਾਂ ਕਰਨ ਡਾਇਓ ਨਿਆਣੇ ਹੋ ਤੁਸੀਂ ਮੈਚਿਓਰਟੀ ਨਾਲ ਫੈਸਲਾ ਕਰੀਦਾ ਹੁੰਦਾ ਦੱਸ ਕਿਹੜਾ ਮੈਚਿਓਰਟੀ ਵਾਲਾ ਫੈਸਲਾ ਮੈਂ ਕਰਦਾ ਮੈਚਿਓਰਟੀ ਨਾਲ ਫੈਸਲਾ ਚਲ ਇਧਰ ਹਾਂ
ਉੱਕੜ ਦੁੱਕੜ ਪੰਬਾ ਪੌ 80 90 ਪੂਰਾ 100 100 ਗਲੋਟਾ ਤਿੱਤਰ ਮੋਟਾ ਚੱਲ ਮਦਾਰੀ ਪੈਸਾ ਖੋਟਾ 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 ਮੈਂ ਜਿੱਤ ਗਿਆ ਮੈਂ ਜਿੱਤ ਗਿਆ ਮੈਂ ਜਿੱਤ ਗਿਆ ਬੈਠੋ ਬੈਠੋ ਯਾਰ ਬੈਠੋ ਆ ਜਲਿਆ ਯਾਰ ਇਹ ਉੱਕੜ ਦੁੱਕੜ ਵਾਲਾ ਆਈਡੀਆ ਕਿਸ ਬੇਵਕੂਫ ਦਾ ਤੇਰਾ ਸ਼ੈਫੀ 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 ਨਹੀਂ ਨਹੀਂ ਕੋਈ ਨਹੀਂ ਡਿੱਗਿਆ ਨਾਲੇ ਕਦੇ ਥੋੜਾ ਮੋਟਾ ਝਗੜਾ ਹੋਇਆ ਇੱਥੇ ਤਾਂ ਵੱਡੀ ਉਲੜਾਈ ਹੋਈ ਲੱਗਦੀ ਹੈ ਸ਼ੈਫੀ ਜੀ ਸ਼ੈਫੀ ਸਾਲਿਆ ਕਿਤੇ ਵਹੁਟੀਆਂ ਨੇ ਛਾਪਾ ਤਾਂ ਨਹੀਂ ਮਾਰ ਲਿਆ ਸਾਲਿਆ ਕਿਵੇਂ ਰਾਟ ਪਾਇਆ ਦਰਵਾਜ਼ੇ 'ਚ ਹੱਥ ਆ ਗਿਆ ਉਹ ਸਾਲਿਆ ਤੇਰੇ ਢੜ ਚਾਲ ਸਰਦਾ ਨਹੀਂ ਫੜ ਗਿਆ ਮਾਰਤੀ ਮਾਰਤੀ ਸ਼ੈਫੀ ਮਾਰਤੀ ਤੂੰ ਸ਼ੈਫੀ ਮਾਰਤੀ ਸਾਲਿਆ ਤਾਂ ਮਾਰੀ ਆ ਉਹ ਮੇਰਾ ਦਿਮਾਗ ਹਿੱਲ ਗਿਆ ਮੈਂ ਤਾਂ ਸਿਰਫ ਉਹਨੂੰ ਧੱਕਾ ਮਾਰਿਆ ਸੀ ਮੈਂ ਮਰੀ ਪਈ ਦੀ ਲਾਸ਼ ਦੇਖ ਕੇ ਆਉਂ ਤੇ ਸਾਲਿਆ ਤੂੰ ਕਿਵੇਂ ਕਹਿ ਸਕਦਾ ਉਹ ਮਰ ਗਈ ਤੂੰ ਉਹਦੀ ਕਬਜ਼ ਚੈੱਕ ਕੀਤੀ ਸੀ ਉਹ ਕਬਜ਼ ਨਹੀਂ ਨਬਜ਼ ਹੁੰਦੀ ਆ ਜੋ ਵੀ ਆ ਚੈੱਕ ਕੀਤੀ ਸੀ ਯਾਰ ਤੇਰੀ ਫੇਸ ਟੂ ਫੇਸ ਗੱਲ ਹੋਈ ਲਾਸ਼ ਨਾਲ ਤੈਨੂੰ ਲਾਸ਼ ਨੇ ਕਿਹਾ ਕਿ ਮੈਂ ਮਰ ਗਈ ਉਹ ਖੂਨ ਦਾ ਚੱਪੜ ਲੱਗਿਆ ਚੱਪੜ ਕਿਵੇਂ ਲੱਗ ਸਕਦਾ ਦੇਖਣ ਨੂੰ ਤਾਂ ਸਾਲੀ ਦੀ ਹੋਮੋਗਲੋਬਿਨ 7 ਲੱਗਦੀ ਹੈ ਉਹ ਪਤਾ ਤੁਹਾਨੂੰ ਉਦੋਂ ਲੱਗੂ ਜਦੋਂ 302 ਲੱਗੀ ਉਹ ਵੀ ਆਪਣੇ ਸਾਰਿਆਂ ਤੇ ਹਾਂ ਅਗਲੀ ਖੂਨ ਨਾਲ ਲੱਤ ਪਤ ਹੋਈ ਪਈ ਹੈ ਓਏ ਬਾਂਦਰਾ ਉਹਦੀ ਨਕਸੀਰ ਫੁੱਟ ਗਈ ਹੋਣੀ ਹੈ ਸਾਰਾ ਹੋਟਲ ਸਿਰ ਤੇ ਚੁੱਕ ਲਿਆ ਤੂੰ ਨਕਸੀਰ ਨਹੀਂ ਫੁੱਟੀ ਤਕਦੀਰ ਫੁੱਟ ਗਈ ਉਹ ਵੀ ਆਪਣੇ ਸਾਰਿਆਂ ਦੀ ਮਰ ਗਏ ਮਰ ਗਏ ਓ ਮੈਨੂੰ ਲੱਗਦਾ ਇਹਨੇ ਸਾਲੇ ਨੇ ਕੋਈ ਚੰਦ ਚੜਾਤਾ ਜਾ ਕੇ ਦੇਖ ਲਓ ਕਿਤੇ ਕੋਈ ਪੰਗਾ ਹੀ ਨਾ ਪਤਾ ਹੋਵੇ ਕਰ ਲਓ ਫਨ ਚਲੋ ਫਨ ਦੇ ਲੱਗਦਾ ਮੇਰੇ ਸਾਲੇ ਨੇ ਕੀ ਪੰਗਾ ਪਤਾ ਜਿਹੜਾ ਜਿਹੜਾ ਵੀ ਆਪਣੇ ਚਾਹੁੰਦਾ ਵੀ ਪੁਲਿਸ ਨਾ ਆਵੇ ਆਪਣੇ ਆਪਣੇ ਹੱਥ ਖੜੇ ਕਰੋ ਆ ਲਓ 1 2 3 4 ਇਹਦਾ ਮਤਲਬ ਆਪਾਂ ਸਾਰੀ ਚਾਹੁੰਦੇ ਪੁਲਿਸ ਨਾ ਆਵੇ ਗੱਲ ਖਤਮ ਮੈਂ ਤਾਂ ਹੱਥ ਖੜਾ ਕੀਤਾ ਹੀ ਨਹੀਂ ਸਾਲਿਆ ਹਰੇਕ ਗੱਲ ਤੋਂ ਮੁੱਕਰ ਜਾਣਾ ਤੂੰ ਤਾਂ ਕਤਲ ਕਰਕੇ ਵੀ ਮੁੱਕਰ ਗਿਆ ਓਏ ਸਾਲਿਓ ਕਿਹੋ ਜਿਹੇ ਯਾਰ ਹੋ ਤੁਸੀਂ ਆਪਣੇ ਯਾਰ ਦੇ ਸਿਰ ਧੱਕੇ ਨਾਲ ਕਤਲ ਦਾ ਇਲਜ਼ਾਮ ਲਈ ਜਾਂਦੇ ਹੋ ਨਹੀਂ ਪੁਲਿਸ ਨੂੰ ਕੀ ਕਹਾਂਗੇ ਬਈ ਉੱਤੋਂ ਪੱਖੇ ਦੇ ਨੱਟ ਖੁੱਲ ਗਏ ਤੇ ਕੁੜੀ ਊਸ਼ਾ ਦੇ ਪੱਖੇ ਥੱਲੇ ਆ ਕੇ ਮਰ ਗਈ ਉਹ ਕੁੜੀ ਆ ਕਿ ਚਿੜੀ ਆ ਜਿਹੜੀ ਪੱਖੇ 'ਚ ਆ ਕੇ ਮਰ ਗਈ ਨੱਟ ਤਾਂ ਸਾਡੇ ਹੁਣ ਪੁਲਿਸ ਖੋਲੂਗੀ ਉਹ ਵੀ ਬਿਨਾਂ ਗ੍ਰੀਸ ਕੀਤੇ ਮੈਨੂੰ ਇੱਕ ਗੱਲ ਦੱਸੋ ਇੱਕ ਕਤਲ ਦੀ ਸਜ਼ਾ ਕਿੰਨੀ ਆ ਆਲਮੋਸਟ ਫਾਂਸੀ ਤੇ 11 ਦੀ ਉਹ ਵੀ ਆਲਮੋਸਟ ਜਾਰਾਂ ਕੀ ਮਤਲਬ ਵੀਰ ਜੀ ਹੈਲੋ ਗੱਲ ਸੁਣੋ ਅਸੀਂ ਇਹ ਤਾਂ ਨਹੀਂ ਕਹਿ ਰਹੇ ਵੀ ਕਤਲ ਤੁਸੀਂ ਕੀਤਾ ਹਨਾ ਪਰ ਇਹ ਗੱਲ ਹੁਣ ਪੁਲਿਸ ਨੂੰ ਕਿੱਦਾਂ ਮਨਾਵਾਂਗੇ ਤੁਸੀਂ ਆਪ ਦੱਸੋ ਤੁਸੀਂ ਆਪ ਸਿਆਣੇ ਹੋ ਸਾਡੇ ਜਦੋਂ ਕਿਸੇ ਨੂੰ ਲਾਸ਼ ਮਿਲ ਕੋਣੀ ਨਹੀਂ ਆਉਂਦੀ ਸਾਡੇ ਘਰੇ ਤਾਂ ਜਦੋਂ ਵੀ ਕਦੇ ਬੁੜਾ ਮਰਿਆ ਇਸ ਤਾਂ ਸਿੱਧਾ ਸਿਵੇਂ 'ਚ ਲੈ ਕੇ ਗਏ ਆ ਲੋਕੀ ਰੋਜ਼ ਗਾਰਡਨ ਲੈ ਕੇ ਜਾਂਦੇ ਬੁੱਗ ਅੱਛਾ ਮੇਰੀ ਗੱਲ ਸੁਣੋ ਜਦ ਤੱਕ ਅਸੀਂ ਲਾਸ਼ ਨੂੰ ਟਿਕਾਣੇ ਲਾਉਣ ਦਾ ਇੰਤਜ਼ਾਮ ਕਰਕੇ ਆਉਂਦੇ ਆ ਨਾ ਉਦੋਂ ਤੱਕ ਪੂਰੀ ਮੁਸਤੈਦੀ ਨਾਲ ਲਾਸ਼ ਦੇ ਕੋਲ ਬਹਿਣਾ ਤੂੰ ਉਹ ਸਾਲਿਆ ਤੈਨੂੰ ਕਹਿ ਰਿਹਾ ਉਹ ਸਾਲਿਓ ਮੈਂ ਤੂੰ ਲਾਸ਼ ਕੋਲ ਬੈਠਾ
ਤੇ ਉੱਕੜ ਦੁੱਕੜ ਭੰਬਾ ਪੋਚ ਤੇਰਾ ਪਿਓ ਜਿੱਤਿਆ ਸੀ ਉਦੋਂ ਤਾਂ ਸਾਲਿਆ ਬੜੇ ਭੰਗੜੇ ਪਾਉਂਦਾ ਸੀ ਜਿੱਤ ਕੇ ਕੁੱਤਾ ਹੋਵੇ ਸਾਲਾ ਜਿਹੜਾ ਅੱਗੇ ਤੋਂ ਇੱਕੜ ਦੁੱਕੜ ਭੰਬਾ ਪੋਖੇਦੇ ਚਲੋ ਯਾਰ ਇੰਤਜ਼ਾਮ ਕਰੀਏ ਗੱਲ ਸੁਣੋ ਹੈਲੋ ਸਾਡੇ ਆਉਂਦਿਆਂ ਤੱਕ ਨਾ ਲਾਸ਼ ਲਪੇਟ ਕੇ ਤੇ ਸਮਾਨ ਸਮੇਟ ਕੇ ਰੱਖੀ ਪਾਗਲ ਕੀਤਾ ਹੋਇਆ ਮਗਰੋਂ ਕਿਤੇ ਲਾਸ਼ ਤੇ ਨੀ ਪਾਗਲ ਕਰਤੀ ਓਏ ਮੂਰਖਾ ਇਹਦੇ ਅੰਦਰ ਲਾਸ਼ ਲੁਕੋ ਕੇ ਬਾਹਰ ਲੈ ਕੇ ਜਾਣੀ ਆ ਪੁਲਿਸ ਦਾ ਫੋਨ ਤੇ ਨੀ ਆ ਗਿਆ ਪੁਲਿਸ ਦਾ ਹੁਣ ਤਾਂ ਚੱਕਣਾ ਹੀ ਪੈਣਾ ਕਹਿੰਦੀ ਮੈਂ ਨੀ ਹੈਲੋ ਹਾਂਜੀ ਗੁਰਿੰਦਰ ਬਰਾੜ ਬੋਲ ਰਿਹਾ ਤੁਸੀਂ ਕੌਣ ਮਨਾਕਸ਼ੀ ਕਿੱਥੋਂ ਬੈਂਕ ਤੋਂ ਕੀ ਕੰਮ ਸੀ ਸ਼ਟ ਅਪ ਕੀ ਹੋਇਆ ਇੱਥੇ ਸਾਲੀ 302 ਲੱਗਣ ਨੂੰ ਫਿਰਦੀ ਹੈ ਸਾਲੀ ਕਹਿੰਦੀ ਲੋਨ ਲੈ ਲਓ ਤੇ ਲੈ ਲੈਣਾ ਸੀ ਲੋਨ ਮਾਮਾ ਕੱਲ ਨੂੰ ਕੇਸ ਲੜਨ ਦੇ ਕੰਮ ਆਣਾ ਸੀ ਉਹ ਸਾਲਿਓ ਜਿਹੜੇ ਆਪਣੇ ਹਾਲਾਤ ਨੇ ਲੋਨ ਦਾ ਡਰ ਤਾਂ ਪਰ ਉਹ ਤਿਆੜ ਜੇਲ੍ਹ ਜਾ ਕੇ ਮਿਲੂਗਾ ਟਰਾਲੀ ਰੋੜੋ ਚਲੋ ਭਾਂਡੇ ਟੁੱਟ ਗਏ ਨਾ ਤਾਂ ਘਬਰਾਏ ਹੋਏ ਸਾਰੇ ਡਰੇ ਹੋਏ ਤਾਂ ਐ ਲੱਗਦੇ ਜਿਵੇਂ ਭਾਂਡੇ ਤੋੜ ਕੇ ਨੀ ਚੱਕ ਕੇ ਭੱਜੇ ਹੋਣੇ ਹੋਟਲ ਦੇ ਅੱਜ ਤੇ ਭਾਵੇਂ ਭਾਜੀ ਤੁਸੀਂ ਨਾ ਸਾਡੇ ਤੇ ਇਲਜ਼ਾਮ ਲਾ ਦੋ ਵੀ ਅਸੀਂ ਹੋਟਲ ਚ ਸਾਬਣ ਦਾ ਨਹੀਂ ਚੁੱਕ ਕੇ ਭੱਜੇ ਆ ਅਸੀਂ ਤਾਂ ਵੀ ਮੰਨ ਲੈਣਾ ਭਾਜੀ ਭਾਬੀ ਜੀ ਕਿੱਥੇ ਨੇ ਪਿੱਛੇ ਇੱਧਰ ਨਾ ਮਤਲਬ ਇਹਦਾ ਕਹਿਣ ਦਾ ਮਤਲਬ ਤੁਹਾਡੇ ਜਾਣ ਪਿੱਛੇ ਉਹ ਵੀ ਚਲੇ ਗਏ ਕਮਾਲ ਹੈ ਤੁਹਾਡੇ ਜਾਣ ਪਿੱਛੋਂ ਤਾਂ ਕਈ ਵਾਰ ਸੁਣਿਆ ਸੀ ਆ ਪਹਿਲੀ ਵਾਰ ਸੁਣਿਆ ਤੁਹਾਡੇ ਜਾਣ ਪਿੱਛੇ ਚਲੇ ਗਏ ਯਾਰ ਤੂੰ ਪੰਜਾਬੀ ਦਾ ਮਾਸਟਰ ਲੱਗਾ ਸਾਡੀਆਂ ਗਲਤੀਆਂ ਕੱਢੀ ਜਾਣਾ ਪੰਜਾਬੀ ਜੀ ਯਾਰ ਕਰਨ ਕੀ ਆਇਆ ਤੂੰ ਇੱਥੇ ਯਾਰ ਕੋਰਟ ਚ ਕੰਮ ਬਣਿਆ ਨਹੀਂ ਤਾਂ ਆਇਆ ਮੈਂ ਤਾਂ ਲੈ ਤੂੰ ਰੁਕ ਫਿਰ ਇੱਥੇ ਅਸੀਂ ਤੇ ਜੱਲੀਏ ਤਾਂ ਹੀ ਤਾਂ ਆਇਆ ਮੈਂ ਇੱਥੇ ਕੀ ਕਰੂੰ ਤੁਹਾਡੇ ਨਾਲ ਹੀ ਚੱਲਦਾ ਕੱਲ ਨੂੰ ਫੇਰ ਆ ਜਾਊ ਸਾਲਿਓ ਮੇਰੇ ਨਾਲ ਕੀ ਵੇਖਦੇ ਹੋ ਮੇਰਾ ਸਾਲਾ ਹੁਣ ਬਿਠਾਓ ਸਾਲੇ ਨੂੰ ਅੰਦਰ ਚਲੋ ਮੈਂ ਪਿੱਛੇ ਬੈਠ ਜਾਂਦਾ ਪਿੱਛੇ ਕਿਉਂ ਆਇਆ ਵੀ ਪਿੱਛੇ ਬੈਠ ਕੇ ਸੀ ਸਾਲਿਓ ਸਾਰੀ ਜ਼ਿੰਦਗੀ ਕਦੇ ਤਰੱਕੀ ਨਾ ਕਰਿਓ ਚਲ ਕੇ ਬੈਠ ਚਲ ਦੇਖੋ ਜੀ ਸਾਲਾ ਤਾਂ ਸਾਲਾ ਸਾਲਾ ਹੀ ਰਹਿੰਦਾ ਹੈ ਸਾਲਾ ਜੀ ਉਹਦੀ ਜਗ੍ਹਾ ਤਾਂ ਪਿੱਛੇ ਹੀ ਹੁੰਦੀ ਹੈ ਤੁਸੀਂ ਮੈਨੂੰ ਮੂਰੇ ਬਿਠਾਈ ਜਾਂਦੇ ਹੋ ਚਲੋ ਠੀਕ ਹੈ ਜੇ ਦੇ ਲਈ ਅਬ ਚਲੋ ਬਈ ਮਿੱਤਰੋ ਫਿਰ ਤੁਸੀਂ ਉਹ ਬਾਥਰੂਮ ਨਬੇੜ ਲਓ ਲਾ ਲਓ ਟਿਕਾਣੇ ਬਾਥਰੂਮ ਨੂੰ
ਹਾਂ ਇੱਧਰ ਉੱਧਰ ਦੇਖ ਕੇ ਬਾਥਰੂਮ ਜਾਇਓ ਜ਼ਰਾ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹਨਾਂ ਨੂੰ ਬਾਥਰੂਮ ਹੈ? ਓ ਕਹਿੰਦੇ ਨਹੀਂ ਹੁੰਦੇ ਲਾਲੀ ਮੇਰਿਆਂ ਨੈਣਾਂ ਦੇ ਵਿੱਚ ਰੜ ਗਏ ਜੇ ਅੱਖ ਮੇਰੇ ਯਾਰ ਦੀ ਦੁਖੇ। ਲਓ ਜੀ ਸਾਡੇ ਯਾਰਾਂ ਨੂੰ ਬਾਥਰੂਮ ਦਾ ਪ੍ਰੈਸ਼ਰ ਹੋਵੇ, ਸਾਡੀ ਧੁਨੀ 'ਚ ਖੁਰਕ ਨਾ ਹੋਵੇ, ਲਾਹਣ ਤਾਂ ਇਹੋ ਜੀ ਯਾਰੀ ਦੇ। ਯਾਰ ਦਿਲਾਂ ਦੀਆਂ ਜਾਣਦੇ ਹੁੰਦੇ ਨੇ, ਅਸੀਂ ਗੁਰਦਿਆਂ ਦੀ ਵੀ ਜਾਣਦੇ ਹਾਂ। ਆ ਭਾਅ ਜੀ ਆਪਾਂ ਵੀ ਥੋੜ੍ਹਾ ਜਿਹਾ ਬਾਥਰੂਮ ਕਰਾਈਏ ਜਾ। ਪਰ ਮੈਨੂੰ ਤਾਂ ਆਏ ਨਹੀਂ ਭਾਅ ਜੀ। ਭਾਅ ਜੀ ਥੋੜ੍ਹੀ ਜਿਹੀ ਹਿੰਮਤ ਕਰੋਗੇ ਆ ਵੀ ਜਾਏਗਾ। ਭਾਅ ਜੀ ਮਾਣ ਹੀ ਹੁੰਦਾ ਭਰਾਵਾਂ 'ਤੇ। ਲੈ ਆਪਾਂ ਜੰਗ ਨੂੰ ਚੱਲਿਆ ਮਾਣ ਨੂੰ, ਅੱਜ ਮਿਲੇ ਫਿਰ ਕਦੋਂ ਮਿਲਣਾ। ਚਲੋ ਜੀ। ਹਾਂ ਬੰਟੀ ਵੀਰੇ, ਬੰਟੀ ਵੀਰੇ ਉੱਧਰ ਨਹੀਂ ਇੱਧਰ ਇੱਧਰ ਜਾ ਕੇ ਆਉਂਦੇ। ਪਰ ਉਹ ਤਾਂ ਇੱਧਰ ਗਏ ਆ। ਪਤਾ ਕੀ ਆ, ਇੱਧਰ ਤੁਹਾਡੇ ਜੀਜਾ ਜੀ ਵੀ ਗਏ ਆ। ਵੇਖੋ ਜੀਜੇ ਦੇ ਬਰਾਬਰ ਖਲੋ ਕੇ ਸਾਰਾ ਬਾਥਰੂਮ ਚੰਗਾ ਨਹੀਂ ਲੱਗਦਾ। ਇੱਧਰ ਚੱਲਦੇ ਆਪਾਂ। ਬਈ ਤੁਸੀਂ ਆਪਣਾ ਕਰੋ, ਮੈਨੂੰ ਕਰਕੇ ਕਰਾਉਂਗੇ ਤੁਸੀਂ? ਉਹ ਭਾਜੀ ਭਾਜੀ ਕੰਪਨੀ ਹੁੰਦੀ ਯਾਰ, ਆਓ ਦੱਸ। ਅੱਛਾ ਨਾਲੇ ਕਹਿੰਦੇ ਬੰਦਾ ਮਰਨ ਤੋਂ ਬਾਅਦ ਹਲਕਾ ਹੋ ਜਾਂਦਾ, ਇਹ ਕਿੰਨੀ ਭਾਰੀ ਪਈ ਆ। ਚਲੋ ਸਲਿਆ ਕੀ ਕੀਤਾ? ਤੂੰ ਆਪੀ ਤਾਂ ਕਿਹਾ ਸੀ ਚਲੋ ਮੈਂ ਛੱਡਦੀ। ਉਹ ਸਲਿਆ ਮੈਂ ਕਿਹਾ ਸੀ ਸਾਹਮਣੇ ਚੱਲੋ, ਉੱਥੇ ਇੱਟਾਂ ਦਾ ਭੱਠਾ ਲਾਸ਼ ਨੂੰ ਫੂਕ ਕੇ ਉਹਦਾ ਅੰਤਿਮ ਸੰਸਕਾਰ ਕਰ ਦਈਏ। ਸਲਿਆ ਅੰਤਿਮ ਸੰਸਕਾਰ ਨੂੰ ਆਪਣੀ ਭੈਣ ਲੱਗਦੀ ਸੀ। ਸਲਿਆ ਇੰਨੀ ਜ਼ਿੰਮੇਵਾਰੀ ਤਾਂ ਕਦੇ ਮੈਂ ਸਕੀ ਭੈਣ ਦੀ ਨਹੀਂ ਨਿਭਾਈ, ਜਿੰਨੀ ਐਡੀ ਨਿਭਾਉਣੀ ਪੈ ਰਹੀ ਆ। ਹੁਣ ਮਰੀ ਪਈ ਨੂੰ ਭੈਣ ਹੀ ਸਮਝੋ। ਆਹੋ ਉਹ ਸਲਿਓ ਜਿਉਂਦੀ ਨੂੰ ਜੱਫੀਆਂ ਪਾਉਣ ਨੂੰ ਫਿਰਦੇ ਸੀ, ਮਰ ਗਈ ਤਾਂ ਹੁਣ ਭੈਣ ਹੀ ਸਮਝੋ। ਉਹ ਸਲਿਓ ਐਂ ਦੱਸੋ ਹੁਣ ਇਹਦਾ ਕਰਨਾ ਕੀ ਆ? ਸਲਿਆ ਪਹਿਲਾਂ ਸੁੱਕੀ ਨਹਿਰ 'ਚ ਸਿੱਟਦੀ, ਹੁਣ ਪੁੱਛਦਾ ਕਰਨਾ ਕੀ ਆ? ਜੇ ਕਿਸੇ ਨੇ ਇੱਥੇ ਲਾਸ਼ ਵੇਖ ਲਈ ਫੇਰ ਮੀਂਹ ਪੈਣ ਵਾਲਾ, ਨਹਿਰ ਭਰ ਜਾਣੀ ਆ, ਰੁੜ ਜਾਣਾ ਨੇ, ਕਿਸੇ ਨੇ ਦੇਖਣਾ ਇਹਨੂੰ। ਪਰ ਜੇ ਕਿਸੇ ਨੇ ਹੁਣੇ ਦੇਖ ਲਈ ਰਾਈਟ ਵੇ, ਫੇਰ ਆਤਮ ਹੱਤਿਆ ਵੀ ਤਾਂ ਕਰ ਸਕਦੀ ਆ। ਆਪਣੇ ਆਪ ਨੂੰ ਕੱਪੜੇ 'ਚ ਲਪੇਟ ਕੇ ਆਤਮ ਹੱਤਿਆ ਕੌਣ ਕਰਦਾ? ਕੁੜੀ ਆ ਕੁਛ ਵੀ ਕਰ ਸਕਦੀ ਆ। ਸਲਿਆ ਪਹਿਲਾਂ ਜਨਾਨੀ ਮਾਰਤੀ, ਹੁਣ ਤਾਂ ਸਿਆਣਾ ਹੋ ਜਾ। ਸਲਿਓ ਮੈਂ ਮਾਰੀ ਆ, ਨਾ ਮੈਂ ਮਾਰੀ ਆ, ਨਾ ਹੋ ਸਲਿਓ ਕਾਰਗਿਲ 'ਚੋਂ ਸ਼ਹੀਦ ਹੋ ਕੇ ਆਈ ਆ। ਭਾਜੀ ਖੇਤਾਂ ਨੂੰ ਪਾਣੀ ਲਾ ਰਹੇ ਹੋ ਹੈ? ਆ ਕੋਈ ਜ਼ਿਆਦਾ ਹੀ ਨਹੀਂ ਹੋ ਗਿਆ? ਵੀਰੇ ਮੇਰੇ ਨਾ ਦਰਅਸਲ ਪੱਥਰੀ ਦੀ ਸ਼ਿਕਾਇਤ ਹੈ, ਉਹ ਰੁਕ ਰੁਕ ਕੇ ਫਿਰ ਆਉਂਦਾ ਜਿੱਦਾਂ। ਜੱਸੀ ਖਿੱਚ ਦੇ ਗੱਡੀ। ਕੁਛ ਰਿਹਾ ਤਾਂ ਨਹੀਂ? ਨਹੀਂ। ਕਮਾਲ ਹੈ, ਉਹ ਬੱਚੇ ਨੇ ਵੀ ਜਿਹੜਾ ਅੱਧਾ ਹੀ ਕਰਕੇ ਆਉਣਗੇ। ਕਿਹੋ ਜਿਹੇ ਸਵਾਲ ਪੁੱਛਦੇ ਤੁਸੀਂ? ਨਾਲੇ ਅੱਗੇ ਵਧੀਆ ਜੀ ਜਗ੍ਹਾ ਦੇਖ ਕੇ ਗੱਡੀ ਰੋਕ ਵੀ ਲਈ, ਬਾਥਰੂਮ ਆਇਆ ਨਾ। ਰੰਗ ਕਿ ਉੱਡੇ ਹੋਏ ਨੇ? ਧੁੱਪ ਕਰਕੇ ਉੱਡ ਗਿਆ ਜੀ, ਬਰਸਾਤਾਂ ਆ ਗਈਆਂ ਨਾ, ਸੁੱਤੇ ਨਹੀਂ ਹੈਗੇ ਜੀ। ਸਲਾਬ ਜੀ ਖਾਸੀ ਚੜੀ ਪਈ ਹੈ ਜੀ। ਤੁਹਾਡੀ ਕੱਢਦਾ ਸਲਾਬ। ਓਏ ਗੱਡੀ ਚੈੱਕ ਕਰੋ ਉਹਨਾਂ ਦੀ, ਖੋਲੋ ਗੱਡੀ ਵਿੱਚੋਂ। ਗੱਡੀ ਤਾਂ ਕੁਝ ਵੀ ਨਹੀਂ ਜੀ, ਜਿਹੜਾ ਕੋ ਸੀਗਾ ਡਿੱਗੀ ਜੀ ਸਿੱਟਤਾ ਜੀ। ਕੀ ਸਿੱਟਤਾ? ਸ਼ੈਫੀ। ਸ਼ੈਫੀ ਸਟੈਪਨੀ। ਯੈਸ ਯੈਸ। ਚਲੋ ਛੱਡੋ ਗੱਲਾਂ, ਇਹ ਦੱਸੋ ਕਰਦੇ ਕਿਉਂ ਤੁਸੀਂ? ਮੇਰੀ ਆਪਣੀ ਐਡਜੈਂਸੀ ਹੈ ਜੀ। ਇੱਧਰ ਆ, ਤੂੰ ਕਿੱਥੇ ਭੱਜਿਆ ਫਿਰਨ ਲਿਆ? ਇੱਕ ਸਾਡਾ ਵੀ ਕੰਮ ਹੈ ਛੋਟਾ ਜਿਹਾ। ਓਏ ਆ ਕਿ ਮੇਰੀ ਇੱਕ ਸਾਲੀ ਆ, ਉਹਨੂੰ ਐਕਟਿੰਗ ਦਾ ਬੜਾ ਸ਼ੌਕ ਹੈ, ਕਦੀ ਉਹਨੂੰ ਵੀ ਐਡ 'ਚ ਲੈ ਲਿਓ। ਵਿਜ਼ਿਟਿੰਗ ਕਾਰਡ ਰੱਖੋ ਜੀ ਮੇਰਾ, ਤੁਸੀਂ ਆ ਲਓ ਫੋਟੋ, ਜਦੋਂ ਮਰਜ਼ੀ ਕੰਟੈਕਟ ਕਰ ਲਓ। ਲੈ ਮੈਂ ਫਿਰ ਕਰਦਾ ਫੋਨ ਤੈਨੂੰ। ਮੈਂ ਚਲੋ ਜਾਣ ਦਿਓ ਇਹਨਾਂ ਨੂੰ, ਲੱਭ ਦਿਓ ਗੱਡੀ। ਅੱਜ ਤਾਂ ਮੇਰੇ ਵਿਜ਼ਿਟਿੰਗ ਕਾਰਡ ਨਹੀਂ ਬਚਾ ਲਏ ਸਾਲੇ। ਭੈੜੇ ਭੈੜੇ ਆਈਡੀਆ ਵੀ ਤੇਰੇ ਹੀ ਸੀ। ਨਵਾਂ ਆਫਿਸ ਬਣਾਇਆ, ਇਹਦੇ 'ਚ ਮੇਰੇ ਸਾਰੇ ਨਵੇਂ ਨੰਬਰ ਹੈਗੇ ਆ। ਹੁਣ ਕੀ ਹੋ ਗਿਆ? ਇਹੋ ਜਿਹਾ ਕਾਰਡ ਮੈਂ
ਸ਼ੈਫੀ ਨੂੰ ਵੀ ਦਿੱਤਾ ਸੀ। ਮੈਂ ਤੇ ਕਹਿੰਦਾ ਯਾਰ ਆਪਾਂ ਕੁੜੀ ਦੇ ਸ਼ਰਾਧ ਹੀ ਕਰਾ ਦਈਏ, ਫਿਰ ਸਾਡੇ ਤੇ ਕਿਸੇ ਨੂੰ ਸ਼ੱਕ ਹੀ ਨਹੀਂ ਹੋਣਾ। ਆਪਣੇ ਮਰਿਆਂ ਦੀ ਤਾਂ ਘਰੇ ਕਦੇ ਫੋਟੋ ਨਹੀਂ ਲਾਈ, ਦੂਜਿਆਂ ਦੇ ਸ਼ਰਾਧ ਕਰਾਉਣ ਚੱਲੇ ਹੋ, ਸਿੱਧਾ ਸ਼ੱਕ ਜਾਊ ਪੁਲਿਸ ਦਾ। ਉਹ ਆਪਾਂ ਨੂੰ ਸੰਭਲ ਕੇ ਚੱਲਣਾ ਪੈਣਾ, ਇਨਕੁਆਇਰੀ ਦਾ ਫੋਨ ਕਿਤੋਂ ਵੀ ਆ ਸਕਦਾ। ਮੈਂ ਤਾਂ ਆਪਣਾ ਫੋਨ ਹੀ ਸਲਾ ਅਗਲੇ ਮੋੜ ਤੇ ਲਾ ਦੇਣਾ। ਵਾਈਬ੍ਰੇਸ਼ਨ ਮੋੜ ਤੇ ਹੁੰਦਾ ਹੋਏ, ਵਾਈਬ੍ਰੇਸ਼ਨ ਮੋੜ ਤੇ ਤਾਂ ਮੈਂ ਆਪ ਲੱਗਿਆ, ਜਦੋਂ ਦਾ ਕਤਲ ਹੋਇਆ ਉਦੋਂ ਦਾ ਸਰੀਰ ਕੰਬੀ ਜਾਂਦਾ, ਨਾਲੇ ਮੈਂ ਤਾਂ ਆਪਣਾ ਫੋਨ ਆਪਦੇ ਤੋਂ ਦੂਰ ਹੀ ਸੁੱਟ ਦੇਣਾ ਕਿਤੇ। ਯਾਰ ਤੁਹਾਡੇ ਨਾਲੋਂ ਜ਼ਿਆਦਾ ਮਾੜੀ ਹਾਲਤ ਤਾਂ ਮੇਰੀ ਹੈ, ਪੋਸਟਮਾਰਟਮ ਚੋਂ ਵਿਜ਼ਿਟਿੰਗ ਕਾਰਡ ਤਾਂ ਮੇਰਾ ਹੀ ਨਿਕਲਣਾ। ਓ ਬੇਵਕੂਫਾ, ਪੋਸਟਮਾਰਟਮ ਬੋਡੀ ਦਾ ਹੁੰਦਾ, ਕਲਾੜ ਕੱਪੜਿਆਂ ਸੀ। ਓ ਡਿੰਪੀ, ਉਹ ਸਾਲਿਆ ਤੂੰ ਜਿੰਦਾ ਤੇ ਕਿਸੇ ਕੰਮ ਦਾ ਨਹੀਂ ਹੈਗਾ, ਯਾਰਾਂ ਖਾਤਰ ਫਾਂਸੀ ਚੜ ਜਾ, ਹਸਪਤਾਲਾਂ 'ਚ ਪੱਖੇ ਲਵਾ ਦਿਆਂਗੇ ਤੇਰੇ ਨਾਂ ਦੇ, ਮਰਨ ਤੋਂ ਬਾਅਦ ਵੀ ਘੁੰਮਦਾ ਫਿਰੇਗਾ। ਜੇ ਤੇਰੇ ਨਾਂ 'ਚ ਵੱਜ ਵੱਜ ਕੇ ਚਿੜੀਆਂ ਨਾ ਮਾਰੀਆਂ ਤਾਂ ਮੈਨੂੰ ਫੜ ਲਈ। ਰੱਬ ਦਾ ਵਾਸਤਾ ਮੰਨ ਜਾ ਯਾਰ, ਮੇਰੇ ਮੁੰਡੇ ਨੂੰ ਤਾਂ ਪਹਿਲਾਂ ਹੀ ਦੌਰੇ ਪੈਂਦੇ ਸੀ, ਹੁਣ ਤਾਂ ਸਾਲੇ ਮੈਨੂੰ ਵੀ ਪੈਣ ਲੱਗੇ, ਪਲੀਜ਼ ਯਾਰ। ਉਹ ਮੈਂ ਮਾਰੀ ਐ, ਇਹਨੂੰ ਲੈ ਕੇ ਜਾਣ ਦਾ ਆਈਡੀਆ ਤਾਂ ਇਹਦਾ ਸੀ। ਹੋਰ ਲੈ ਜਾਓ ਮੈਨੂੰ ਝੂਠ ਬੋਲ ਕੇ। ਤੁਸੀਂ ਵਿੱਚ ਨਾ ਬੋਲੋ ਵੀਰ ਜੀ, ਨਾ ਮੈਂ ਤਾਂ ਇਹਦੀ ਜੂਨ ਬਦਲਣ ਗਿਆ ਸੀ ਉੱਥੇ, ਮੈਨੂੰ ਕੀ ਪਤਾ ਸੀਗਾ ਸਾਡੀ ਜੂਨ ਵਿਗੜ ਜਾਣੀ ਹੈ। ਉਹ ਸਾਲਿਓ, ਜਦੋਂ ਮੈਂ ਮਾਰੀ ਨਹੀਂ ਹੈਗੀ। ਤੁਸੀਂ ਵਿੱਚ ਨਾ ਬੋਲੋ ਵੀਰ ਜੀ। ਉਹ ਜਦੋਂ ਕੱਲੀ ਕੁੜੀ ਕੋਲੇ ਮੁੰਡੇ ਨੂੰ ਛੱਡ ਕੇ ਜਾਏਗਾ ਸਾਲਿਆ, ਕੋਈ ਤਾਂ ਭਾਣਾ ਵਰਤਣਾ ਹੀ ਸੀ। ਉਹ ਮੈਂ ਕਹੀ ਜਾਣਾ ਮੈਂ ਮਾਰੀ ਨਹੀਂ। ਤੁਸੀਂ ਵਿੱਚ ਨਾ ਬੋਲੋ ਵੀਰ ਜੀ। ਮੈਂ ਇਹਨੂੰ ਕਿਹਾ ਸੀ ਕੁੜੀ ਮਾਰ ਦੇ। ਸਾਲਿਓ ਕੀ ਪਕਾਈ ਮਾਰੀ ਜਾਂਦੇ ਹੋ, ਮੈਂ ਕਹੀ ਜਾਣਾ ਮੈਂ ਮਾਰੀ ਨਹੀਂ ਗੀ। ਤੁਸੀਂ ਵਿੱਚ ਨਾ ਬੋਲੋ ਵੀਰ ਜੀ, ਕਰ ਕਰੋ। ਹਾਂਜੀ, ਉਹ ਸਾਲੇ ਵੀਰ ਜੀ ਦੇ ਹੋਏ, ਵੀਰ ਜੀ ਕਹਿ ਕੇ ਮੈਨੂੰ ਫਾਂਸੀ ਚੜਾ ਦਿਓ। ਮੇਰੀ ਵੀ ਸੁਣ ਲਓ, ਸਾਲੇ ਜੀ ਨੇ ਸੱਦਿਆ ਤੁਹਾਨੂੰ। ਬੋਲੋ 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 ਲੁਧਿਆਣੇ ਮਿਲੀ ਸੀ ਹੋਟਲ ਚ, ਉਹ ਵੀ ਬਾਏ ਚਾਂਸ, ਉਸ ਤੋਂ ਬਾਅਦ ਉਹ ਨੀ ਮਿਲੀ ਹੈਗੀ, ਸਿੱਧੀ ਉਹਦੀ ਲਾਸ਼ ਹੀ ਮਿਲੀ ਹੈ ਬਸ। ਹੁਣ ਪਤਾ ਲੱਗਾ ਤੁਸੀਂ ਉਸ ਰਾਤ ਪੁਲਿਸ ਨੂੰ ਕਿਉਂ ਨਹੀਂ ਸੀ ਬੁਲਾਉਣ ਦਿੱਤਾ, ਮੰਗੇਤਰ ਸੀ ਉਹ ਸੀਰਤ ਦਾ। ਤੂੰ ਉਸ ਦਿਨ ਥੱਲਿਓ ਸਮਾਨ ਸ਼ਿਫਟ ਕਰਨ ਲੱਗਿਆ ਮੰਗਣੀ ਦੀ ਐਲਬਮ ਨਹੀਂ ਚੱਕ ਸਕਦਾ ਸੀਗਾ। ਹੈਲੋ, ਮੇਰੇ ਨਾਲ ਗੱਲ ਕਰੋ, ਜੇ ਸਾਨੂੰ ਵੀ ਮੰਗਣੀ 'ਚ ਬੁਲਾਇਆ ਹੁੰਦਾ ਨਾ, ਉਸ ਰਾਤ ਮੁੰਡੇ ਨੂੰ ਦੇਖ ਕੇ ਸਾਰੀ ਗੱਲ ਖੁੱਲ ਜਾਣੀ ਸੀ। ਦੇਖੋ, ਇਸ ਗੱਲ ਦਾ ਮੈਨੂੰ ਸੱਚੀ ਬਹੁਤ ਅਫਸੋਸ ਹੈ ਕਿ ਤੁਹਾਨੂੰ ਮੰਗਣੀ ਤੇ ਨਹੀਂ ਬੁਲਾਇਆ ਸੀ। ਖੁਸ਼ ਪੈ ਗਈ ਮੰਗਣੀ ਯਾਰ, ਆ ਜਿਹੜੀ ਐਲਬਮ ਫੜੀ ਗਈ ਇਹਦੀ ਗੱਲ ਕਰ। ਐਲਬਮ ਤੋਂ ਪਹਿਲਾਂ ਭਰਜਾਈ ਫੜੀ ਗਈ, ਉਹਦੀ ਗੱਲ ਤਾਂ ਕਰ ਨਹੀਂ ਰਹੇ ਤੁਸੀਂ। ਓਏ ਮੇਰੇ ਰੱਬਾ, ਉਹ ਦੇਖਿਓ ਵੀਰੇ, ਹੁਣ ਕਿਤੇ ਇਹਨਾਂ ਦੀ ਦਵਾਈ ਬਿਨਾਂ ਚਲਾ ਦਿਓ। ਉਹ ਤੁਹਾਡੇ 'ਚੋਂ ਕੋਈ ਸਿਆਣਾ ਹੈ, ਉਹ ਪਲੀਜ਼ ਸਾਹਮਣੇ ਆ ਕੇ ਗੱਲ ਕਰੀ ਯਾਰ। ਵੀਰ ਜੀ, ਜੋ ਹੋਇਆ ਉਹਦੇ ਲਈ ਮੈਂ ਮਾਫੀ ਮੰਗਦੀ ਹਾਂ। ਦੇਖੋ ਸੀਰਤ, ਮੈਂ ਇੱਥੇ ਕਿਸੇ ਨੂੰ ਗਲਤ ਪ੍ਰੂਵ ਕਰਨ ਨਹੀਂ ਆਇਆ। ਉਸ ਰਾਤ ਉਹ ਮੁੰਡਾ ਮੇਰੀ ਵਾਈਫ ਨੂੰ ਨਹੀਂ, ਤੁਹਾਨੂੰ ਮਿਲਣ ਆਇਆ ਸੀ। ਜੇ ਤੁਹਾਨੂੰ ਇਸ ਗੱਲ ਦਾ ਪਤਾ ਸੀ ਤਾਂ ਤੁਸੀਂ ਉਸ ਰਾਤ ਰੌਲਾ ਕਿਉਂ ਪਾਇਆ ਕਿ ਭਰਜਾਈ ਗਿੱਲੇ ਹੱਥੀ ਫੜੀ ਗਈ? ਰੰਗੇ ਹੱਥੀ? ਹਾਂ ਹਾਂ, ਤੂੰ ਪਿੱਛੇ ਹਟ ਕਮਲਾ ਟੱਬਰ। ਸੀਰਤ, ਹੇਠਲਾ ਕਮਰਾ ਪਹਿਲਾਂ ਤੇਰਾ ਹੁੰਦਾ ਸੀ ਤੇ ਉਸ ਰਾਤ ਲੱਕੀ ਤੈਨੂੰ ਹੀ ਮਿਲਣ ਆਇਆ ਸੀ। ਮੇਰਾ ਦਿਲ ਕਹਿੰਦਾ ਹੈ ਕਿ ਉਹ ਗਲਤ ਨਹੀਂ ਹੈ। ਅੱਛਾ, ਭੈਣ ਤੇਰੀ ਨੂੰ ਉਹ ਵਿਆਹ ਤੋਂ ਪਹਿਲਾਂ ਰਾਤਾਂ ਨੂੰ ਮਿਲਣ ਆਏ ਤੇ ਉਹ ਗਲਤ ਨਹੀਂ ਹੈ? ਹੈ, ਜਨਮ ਦਿਨ ਸੀ ਉਦੋਂ ਉਹਦਾ ਤੇ ਦਿਨੇ ਤੁਸੀਂ ਮਿਲ ਨਹੀਂ ਦਿੱਤਾ। ਛੱਡੋ, ਤੁਸੀਂ ਨਹੀਂ ਇਸ ਗੱਲ ਨੂੰ ਸਮਝੋਗੇ, ਸ਼ਾਇਦ ਤੂੰ ਹੀ ਇਸ ਗੱਲ ਨੂੰ ਸਮਝ ਸਕੇ। ਸੀਰਤ ਛੋਟੂ। ਹਾਂਜੀ ਸਾਹਿਬ। ਚਾਹ ਬਣਾ ਯਾਰ। ਦੁੱਧ ਨਹੀਂ ਸਾਹਿਬ। ਜਾ ਫੜ ਲਿਆ ਮਾਰਕੀਟ ਚੋਂ ਭੱਜ ਕੇ। ਹਾਂਜੀ ਸਾਹਿਬ।
ਲੱਗ ਗਈ। ਸੀਰਤ 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 ਸੀਰਤ, ਕਿੰਨੀ ਵਾਰ ਮਾਫ਼ ਕਰੂੰਗੀ ਹੁਣ ਤੈਨੂੰ, ਪਰ ਮੈਂ ਹੁਣ ਕੀ ਕੀਤਾ? ਇਹਨੇ ਤੂੰ ਕੁਛ ਨਹੀਂ ਕਰਨਾ ਸਮਝਦਾ? ਕੀ ਕਹਿ ਰਹੀ ਹੈ, ਮੈਨੂੰ ਤਾਂ ਕੁਛ ਸਮਝ ਹੀ ਨਹੀਂ ਆ ਰਿਹਾ। ਪਰ ਮੈਨੂੰ ਸਭ ਕੁਝ ਸਮਝ ਆ ਰਿਹਾ। ਇਹ ਦੱਸ ਦੇ ਇਸ ਕੁੜੀ ਨੂੰ ਕੀ ਕਹਿ ਕੇ ਫਸਾਇਆ? ਕਿਹੜੀ ਕੁੜੀ? ਹੋ ਕਿਹੜੀ ਕੁੜੀ? ਉਹੀ ਕੁੜੀ ਜਿਹਦੇ ਨਾਲ ਤੂੰ ਸੋਫਤ ਜੀ ਸੋਫਤ ਹੈ। ਉਹ ਇਹ ਕੁੜੀ ਨਹੀਂ ਹੈ ਤਾਂ ਗਈ ਗਿਆ, ਮਤਲਬ ਸੀਰਤ ਤੇ ਬੰਦਾ ਸੀ। ਅੱਛਾ ਇਹ ਬੰਦਾ ਸੀ। ਇਹ ਵੀ ਦੱਸ ਦੇ ਇਹ ਲੇਡੀ ਸੈਂਡਲਸ ਵੀ ਬੰਦੇ ਦੀ ਹੈ, ਇਹ ਜੀਨਸ, ਇਹ ਲੇਡੀ ਜੀਨਸ ਵੀ ਬੰਦੇ ਦੀ ਹੈ ਤੇ ਲੇਡੀ ਸਟਾਫ ਵੀ ਬੰਦੇ ਦਾ ਹੈ। ਸਮਝਣ ਦੀ ਕੋਸ਼ਿਸ਼, ਸੀਰਤ ਤੂੰ ਗਲਤ ਸਮਝ ਰਹੀ ਹੈ। ਹੁਣ ਵੀ ਮੈਂ ਗਲਤ ਸਮਝ ਰਹੀ ਹਾਂ ਲੱਕੀ? ਮੈਂ ਤਾਂ ਤੈਨੂੰ ਮਾਫ਼ ਕਰਨ ਆਈ ਸੀ। ਤੂੰ ਮੈਨੂੰ ਮਾਫ਼ ਕਰ ਦੇ, ਹੁਣ ਮੈਂ ਮੁੜ ਕੇ ਨਹੀਂ ਆਉਣਾ। ਸੀਰਤ 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 ਇਸ਼ਕੇ ਦੇ ਫੱਟ ਕੁੜੇ ਤੈਨੂੰ ਕਿਵੇਂ ਦਿਖਾਵਾਂ, ਬੂਟਾ ਜੋ ਇਸ਼ਕੇ ਦਾ ਕਿਤੇ ਸੁੱਖ ਨਾ ਜਾਵੇ, ਠੋਕਰ ਨਾ ਮਾਰ ਕੁੜੇ ਦਿਲ ਟੁੱਟ ਨਾ ਛਿੜੇ ਨਾ ਜਾਵੀ, ਸਾਡੇ ਦਿਲ ਦੇ ਵੇੜੇ ਚੋਂ ਕਿਤੇ ਨਿਖੜੇ ਨਾ ਜਾਵੀ, ਡਰ ਲੱਗਦਾ ਸੱਜਣਾ ਵੇ
ਤੇ ਵਿਛੜੇ ਨਾ ਜਾਵੀ ਸਾਡੇ ਦਿਲ ਦੇ ਵੇੜੇ ਚੋਂ ਕਿਤੇ ਨਿਖੜੇ ਨਾ ਜਾਵੀ ਨਾ ਮਾਰ ਕੁੜੇ ਦਿਲ ਟੁੱਟ ਨਾ ਜਾਵੇ ਠੋਕਰ ਨਾ ਮਾਰ ਕੁੜੇ ਦਿਲ ਟੁੱਟ ਨਾ ਜਾਵੇ ਤੇਰਾ ਇਸ਼ਕ ਦੀਵਾਨਾ ਨੀ ਐਵੇਂ ਲੁੱਟ ਨਾ ਜਾਵੇ ਸੁਣਿਆ ਲੱਕੀ ਵਾਲੀ ਸੀਰਤ ਨੇ ਫਿਰ ਕਲੇਸ਼ ਪਾ ਲਿਆ ਹੋਰ ਉਹਨੇ ਭੰਗੜੇ ਪਹਿਨ ਦੇਣੇ ਆ ਵੈਸੇ ਕੀਤਾ ਕੀ ਡਿੰਪੀ ਦੱਸਦਾ ਸੀ ਕਿ ਲੱਕੀ ਦੇ ਘਰ ਲੰਬੇ ਬਾਲਾਂ ਵਾਲਾ ਚੋਰ ਆ ਗਿਆ ਸੀ ਲੱਕੀ ਨੇ ਚੋਰ ਫੜ ਲਿਆ ਤੇ ਸੀਰਤ ਨੇ ਸਮਝਿਆ ਕੁੜੀ ਹੈ ਤੇ ਬਸ ਪੈ ਗਿਆ ਸੀ ਆਪਾਂ ਲੈ ਦੱਸ ਅਸੀਂ ਤਾਂ ਇਹੀ ਸੁਣਿਆ ਸੀ ਵੀ ਬੰਦੇ ਬੰਦੇ 'ਚ ਫਰਕ ਕਰਨਾ ਔਖਾ ਹੋ ਗਿਆ ਅੱਜ ਕੱਲ੍ਹ ਬੰਦੇ ਜਨਾਨੀ 'ਚ ਵੀ ਔਖਾ ਹੋ ਗਿਆ ਪਹਿਲੀ ਵਾਰੀ ਪਤਾ ਲੱਗਾ ਥੈਂਕ ਯੂ ਖੀਰਾ ਅੱਖਾਂ ਦੇ ਲਈ ਹੈ ਸੋਰੀ ਉਹ ਵਿਚਾਰਾ ਤਾਂ ਉਹਨੂੰ ਇੰਨਾ ਪਿਆਰ ਕਰਦਾ ਪਰ ਉਹ ਉਹਦੀਆਂ ਫੀਲਿੰਗਸ ਹੀ ਨਹੀਂ ਸਮਝਦੀ ਚੁੜੀਲ ਕਿਸੇ ਥਾਂ ਦੀ ਨਾ ਹੋਵੇ ਤਾਂ ਭਾਬੀ ਜੀ ਜੀ ਪਛਾਣਿਆ ਨਹੀਂ ਮੈਂ ਸੀਰਤ ਸੋਰੀ ਮੈਂ ਤੁਹਾਨੂੰ ਦੇਖੇ ਬਗੈਰ ਚੁੜੇਲ ਕਹਿ ਦਿੱਤਾ ਪਰ ਤੁਸੀਂ ਮੇਰੀਆਂ ਅੱਖਾਂ ਖੋਲਤੀਆਂ ਭਾਬੀ ਜੀ ਮੈਮ ਪਲੀਜ਼ ਅੱਖਾਂ ਨਹੀਂ ਖੋਲੀਆਂ ਮੈਨੂੰ ਲੱਗਦਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਹੁਣ ਮੈਂ ਕੀ ਕਰਾਂ ਤੁਸੀਂ ਫਿਕਰ ਨਾ ਕਰੋ ਅਸੀਂ ਸਭ ਸੰਭਾਲ ਲਵਾਂਗੇ ਕਿਉਂ ਭਾਬੀ ਜੀ ਹਾਂ ਬਿਲਕੁਲ ਅੱਜ ਸ਼ਾਮੀ ਮੇਰੇ ਬੇਟੇ ਦੀ ਬਰਥਡੇ ਪਾਰਟੀ ਹੈ ਕਸਬਾ ਰਿਜ਼ੋਰਟ 'ਚ ਉੱਥੇ ਲੱਕੀ ਨੇ ਵੀ ਆਉਣਾ ਹੈ ਤੁਸੀਂ ਵੀ ਆ ਜਿਓ ਆਪਾਂ ਤੁਹਾਡੀ ਸੁਲਾ ਕਰਾ ਦੇਣੀ ਆ ਹੋਰ ਕੀ ਦੱਸ ਵਿਚਾਰੀ ਸ਼ੈਫੀ ਛੋਟੀ ਜਿਹੀ ਚੀਜ਼ ਪਿੱਛੇ ਮਰ ਗਈ ਉਹ ਕੋਈ ਆਮ ਪੈਨ ਡਰਾਈਵ ਨਹੀਂ ਸੀ ਮੰਤਰੀ ਮੁਖਤਿਆਰ ਸਿੰਘ ਦੀਆਂ ਕਿਸੇ ਕੁੜੀ ਦੇ ਨਾਲ ਫੋਟੋਆਂ ਸੀ ਉਹ ਵੀ ਗਲਤ ਮੰਤਰੀਆਂ ਮੈਨੂੰ ਲੱਗਦਾ ਬਲੈਕਮੇਲਿੰਗ ਦਾ ਚੱਕਰ ਆ ਪਰ ਉਹ ਪੈਨ ਡਰਾਈਵ ਹੈ ਕਿਤੇ ਮੈਨੂੰ ਸੀਰਤ ਨੇ ਇੱਕ ਤਾਜ ਮਹਿਲ ਦਿੱਤਾ ਸੀ ਉਹ ਚਲਕੋਤੀ ਮੈਂ ਚਲੋ ਇਹਦੇ ਨਾਲ ਇੱਕ ਗੱਲ ਤਾਂ ਕਲੀਅਰ ਹੋਈ ਵੀ ਕਤਲ ਇਹਨੇ ਨਹੀਂ ਕੀਤਾ ਯਾਰ ਸਾਲਿਓ ਤੁਸੀਂ ਮੈਨੂੰ ਹੁਣ ਤੱਕ ਕਾਤਲ ਸਮਝ ਗਏ ਤੂੰ ਸਮਝਣ ਦੀ ਗੱਲ ਕਰਨ ਡਿਆ ਇਹ ਦੋਵੇਂ ਤੇਰੀ ਫਾਂਸੀ ਤੋਂ ਬਾਅਦ ਤੇਰੀ ਲਾਸ਼ ਲਿਆਉਣ ਲਈ ਟੈਂਪੂ ਬੁੱਕ ਕਰਾਈ ਫਿਰਦੇ ਆ ਲੱਕੀ ਕਿਤੇ ਜਾਈ ਨਾ ਹੁਣ ਅਸੀਂ ਸੀਰਤ ਨੂੰ ਵੀ ਇੱਥੇ ਬੁਲਾਇਆ ਅੱਜ ਤੁਹਾਡੇ ਦੋਨਾਂ ਦੀ ਸੁਲਾਹ ਕਰਾ ਕੇ ਹੀ ਰਹਿਣੀ ਹੈ ਸੀਰਤ ਆ ਰਹੀ ਹੈ ਹੋਰ ਕੀ ਜੇ ਪਰਜਾਈਆਂ ਦੇ ਹੁੰਦੇ ਹੋਏ ਤੇਰਾ ਕਰਨਾ ਵਸਿਆ ਤੇ ਅਸੀਂ ਪਰਜਾਈਆਂ ਕਾਦੀਆਂ ਸੁਣ ਲਓ ਦੀਦੀ ਇਹ ਹੈ ਐਰੀ ਜੇ ਕਿਤੇ ਕੇਕ ਕੱਟਦੇ ਆਪਣੇ ਚੱਪੂ ਨੂੰ ਦੌਰਾ ਪੈ ਗਿਆ ਨਾ ਤਾਂ ਇਹ ਤੋਂ ਕੇਕ ਕਟਾ ਲਿਓ ਸਾਲਾ ਮੁਰਦਾ ਬੋਲੂ ਕਫਣ ਪਾੜੂ ਕਦੇ ਨਾ ਚੱਜ ਦੀ ਗੱਲ ਕਰੀ ਕੇਕ ਕੱਟਣਾ ਕੋਈ ਪਰਬਤ ਨਹੀਂ ਕੱਟਣਾ ਦਫਾ ਹੋ ਜਾ ਤੂੰ ਨਹੀਂ ਵੈਸੇ ਜਦੋਂ ਇਹ ਜੰਮਿਆ ਸੀ ਤੇ ਇਹਨੂੰ ਗੁੜਤੀ ਦੇ ਵਿੱਚ ਮੂੰਹ 'ਚ ਸ਼ਹਿਦ ਦੀ ਥਾਂ ਤੇ ਲੁੱਕ ਪਾਈ ਸੀ ਸੌਰੀ ਵੀਰ ਜੀ ਬੰਟੀ ਵੱਲੋਂ ਮੈਂ ਮਾਫੀ ਮੰਗਦੀ ਹਾਂ ਜੱਸੀ ਇੱਕ ਮਿੰਟ ਮੈਂ ਲੱਗਦਾ ਤਿੰਨੇ ਜਾਣੇ ਤੈਨੂੰ ਫੈਂਟਣ ਦੀ ਸਕੀਮ ਬਣਾਉਣ ਲੱਗਿਆ ਸਾਲਿਆ ਕੀ ਕੱਟਾ ਖੁੱਲ ਗਿਆ ਯਾਰ ਤੇਰਾ ਹੱਸ ਕੇ ਕੀ ਹੋਇਆ ਆਪਾਂ ਬੰਟੀ ਨੂੰ ਮੇਰੇ ਮਿੱਤਰ ਕਹਿ ਕੇ ਮਿਲਾਇਆ ਸੀ ਸ਼ੈਫੀ ਨਾਲ ਤੇ ਪਰਜਾਈਆਂ ਨੇ ਉਹਨੇ ਸੀਰਤ ਸੱਦ ਲਈ ਪਰਜਾਈਆਂ ਵੀ ਨਾ ਕੀ ਪਰਜਾਈਆਂ ਵੀ ਨਾ ਇਸ ਤੋਂ ਪਹਿਲਾਂ ਕਿ ਸੀਰਤ ਆਵੇ ਤੂੰ ਬੰਟੀ ਨੂੰ ਇੱਥੋਂ ਲੈ ਕੇ ਦਬਾ ਹੋ ਜਾ ਮਿੰਟ ਤੋਂ ਪਹਿਲਾਂ ਹਾਂ ਮਿੰਟ ਦੇ ਅੰਦਰ 60 69 50 ਤੇਰੇ ਕਤਲ ਦਾ ਪਲਾਨ ਬਣ ਚੁੱਕਾ ਛੇਤੀ ਨਿਕਲੇ ਤੂੰ ਮੈਂ ਸਾਲਾ ਕਿਹੜਾ ਗੁਨਾਹ ਕਰਤਾ
ਸਾਲਾ ਨੀ ਚੀਜ਼ਾ, ਮੈਂ ਪਾਰਕਿੰਗ ਚੋਂ ਗੱਡੀ ਕੱਢ ਚਲਿਆ, ਬਾਹਰ ਮਿਲ ਮੈਨੂੰ ਸਿੱਧਾ, ਛੇਤੀ ਕਰ। ਵਾਕਿਆ ਹੀ ਔਰਤ ਔਰਤ ਹੀ ਹੁੰਦੀ ਆ। ਤੁਸੀਂ ਸਾਲਿਓ ਮੇਰਾ ਘਰ ਤੋੜਨ ਤੇ ਆਏ ਸੀ ਤੇ ਭਰਜਾਈਆਂ ਆਪ ਹੀ ਦੇਖ ਲਓ। ਸਭ ਦੇਖਦਾ, ਆਪਣੇ ਘਰ ਇਹਨਾਂ ਤੋਂ ਸੰਭਾਲੇ ਨਹੀਂ ਜਾਂਦੇ, ਚੱਲੀਆਂ ਦੂਜਿਆਂ ਦੇ ਘਰ ਸੰਭਾਲੋ। ਛੱਡ ਓਏ, ਮੇਰੀ ਘਰ ਵਾਲੀ ਤੋਂ ਮੇਰੀ ਕਮੀਜ਼ ਤੇ ਲਾਏ ਬਟਨ ਨਹੀਂ ਟਿਕਦੇ, ਉਹਦੇ ਮਲਾਏ ਰਿਸ਼ਤੇ ਜ਼ਰੂਰ ਟਿਕਣਗੇ। ਭਾਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੀ ਮੈਂ। ਦੇਖੋ ਭਾਜੀ, ਕਤਲ ਦੀ ਸਜ਼ਾ ਬਹੁਤ ਵੱਡੀ ਹੁੰਦੀ ਹੈ ਜੀ, ਐਵੇਂ ਕਿਤੇ ਜਾ ਜਾਂਦੀ ਨਾ ਹੋ ਜੀ। ਤੈਨੂੰ ਕਿਹਨੇ ਦੱਸਿਆ ਹੋਇਆ? ਜੀਜੇ ਨੇ। ਜੀਜਾ ਕਰ ਲੋ ਕਿ ਉਹਨੂੰ ਭਾਂਡਾ, ਇਹ ਸਾਲਾ ਜੀਜਾ ਮਰਵਾਏਗਾ ਸਾਨੂੰ। ਆ ਗਿਆ ਮੇਰਾ ਸਾਲਾ। ਸਾਲਾ ਨਹੀਂ ਜੀਜਾ ਜੀ। ਤੈਨੂੰ ਕੀ ਹੋਇਆ? ਜੀਜਾ ਜੀ ਘਬਰਾਓ ਨਾ, ਮੈਂ ਇਹਨਾਂ ਨੂੰ ਸਮਝਾਤਾ, ਹੁਣ ਕੁਛ ਨਹੀਂ ਕਹਿੰਦੇ ਮੈਨੂੰ। ਦੱਸੇਗਾ ਵੀ ਕਿ ਯੋਗਾ ਹੀ ਕਰੀ ਜਾਏਗਾ। ਉਹ ਆ ਗਈ। ਸਤਿ ਸ਼੍ਰੀ ਅਕਾਲ ਭਾਬੀ ਜੀ, ਆਓ ਤੁਹਾਨੂੰ ਮੈਂ ਦੀਦੀ ਹੋਰਾਂ ਨਾਲ ਬੁਲਾਉਣਾ। ਆਜੋ 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 ਦੀਦੀ। ਹਾਂ, ਇਹ ਨੇ ਨਵੇਂ ਰਿਲੀਜ਼ ਹੋਣ ਵਾਲੇ ਭਾਬੀ ਜੀ। ਮਤਲਬ ਲੱਕੀ ਦੀ ਮਗੇਤਰ? ਓਹ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਾਰਲਰ 'ਚ ਜਿੱਦਾਂ ਦੀ ਤੁਹਾਡੀ ਬਾਡੀ ਦੇਖੀ ਸੀ ਨਾ, ਬਿਲਕੁਲ ਓਦਾਂ ਦਾ ਹੀ ਫੇਸ ਹੈ। ਅਸੀਂ ਤੁਹਾਡੀ ਵੇਟ ਕਰ ਰਹੇ ਸੀ, ਚਲੋ ਤੁਹਾਨੂੰ ਲੱਕੀ ਨਾਲ ਮਿਲਾ ਦਈਏ। ਚਲੋ ਚਲੋ ਆਓ ਨਾ। ਮੈਂ ਪੈਗ ਲਾ ਲੈਣਾ। ਲੈ ਲੱਕੀ, ਹੁਣ ਜੋ ਵੀ ਗੱਲ ਹੈ ਕਲੀਅਰ ਕਰ ਲੈ, ਛੱਡੀ ਨਾ ਹੁਣ ਇਹਨੂੰ। ਚਲੋ ਵੀ ਆਪਾਂ ਚੱਲੀਏ। ਤੂੰ 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 ਜਿਉਂਦੀ ਆ? ਸੱਚੀ ਭਾਬੀਆਂ ਟੈਂਟ ਸੋਹਣਾ ਲਾਉਂਦੀਆਂ। ਵੀਰ ਜੀ, ਭਾਬੀਆਂ ਟੈਂਟ ਥੋੜੀ ਨਾ ਲਾਉਣਗੀਆਂ। ਇਹ ਕਹਿੰਦਾ ਸੀ ਭਾਬੀਆਂ ਟੈਂਟ ਸੋਹਣਾ ਲਾਉਂਦੀਆਂ। ਮੈਂ ਸੈਂਟ ਕਿਹਾ ਸੀ। ਵੀਰ ਜੀ ਪਲੀਜ਼, ਤੁਸੀਂ ਅੱਜ ਕੁਝ ਨਾ ਬੋਲੋ। ਜੇ ਮੈਂ ਕੁਝ ਬੋਲਣਾ ਨਹੀਂ ਤਾਂ ਮੈਨੂੰ ਇੱਥੇ ਲਿਆਂਦਾ ਕਿਉਂ? ਇਸ ਲਈ ਕਿ ਜਦੋਂ ਭਾਬੀਆਂ ਲੱਕੀ ਨੂੰ ਸਮਝਾਉਣ, ਤੁਸੀਂ ਕੁਝ ਬੋਲੋ। ਹੁਣੇ ਤਾਂ ਤੂੰ ਕਹਿ ਰਹੀ ਸੀ ਕੁਝ ਨਾ ਬੋਲੋ। ਉਦੋਂ ਕੁਝ ਨਾ ਬੋਲੋ, ਉਦੋਂ ਬੋਲੋ। ਦੋਈ ਦੇ ਰਹਿਣੇ। ਦੇਖੀ ਹੁਣ ਇਹਨਾਂ ਨੂੰ ਕਮਲਾ ਨਾ ਕਰਦੀ। ਵੀਰ ਜੀ ਤੁਸੀਂ ਬੈਠੋ, ਮੈਂ ਪਾਣੀ ਲੈ ਕੇ ਆਉਣਾ। ਉਸ ਦਿਨ ਜੇ ਚਾਦਰ 'ਚ ਤੂੰ ਨਹੀਂ ਸੀ ਤਾਂ ਕੌਣ ਸੀ? ਸੋਨੀਆ ਮੇਰੀ ਫਰੈਂਡ, ਵਿਚਾਰੀ ਡਰੱਗਸ ਦੇ ਨਸ਼ੇ 'ਚ ਸੀ, ਤੁਸੀਂ ਉੱਪਰੋਂ ਸਿੱਟ ਕੇ ਮਾਰਤੀ। ਮੈਂ ਨਹੀਂ ਮਾਰੀ ਯਾਰ, ਤੁਸੀਂ ਮੇਰੇ ਕਿਹੜੀ ਦੇਖ ਦੋ। ਮੈਂ ਨਹੀਂ ਮਾਰੀ ਯਾਰ, ਮੈਂ ਨਹੀਂ ਮਾਰੀ ਯਾਰ, ਦੱਸਦਾ। ਆ ਬਣਾਈ ਯਾਰ ਪੈਗ। ਭਾਈ ਸਾਹਿਬ ਇਨਵਾਈਟਡ ਕੌਮਾ? ਉਹ ਮੈਂ ਇਨਵਾਈਟਡ ਕੌਮੇ ਦੀ ਗੱਲ ਨਹੀਂ ਕਰਦਾ, ਮੈਂ ਤਾਂ ਇਹ ਪੁੱਛ ਰਿਹਾ ਵੀ ਕਿਸੇ ਨੇ ਬੁਲਾਇਆ ਵੀ ਜੇ ਉਈ ਮੂੰਹ ਚੁੱਕੀ ਫਿਰਦੇ ਉੱਤੇ। ਬਿਨਾਂ ਬੁਲਾਏ ਗਿਆ ਨੂੰ ਤਾਂ ਬਹੁਤ ਟਾਈਮ ਹੋ ਗਿਆ। ਅੱਛਾ, ਪਹਿਲਾਂ ਜਾਂਦੇ ਰਹਿੰਦੇ ਸੀ? ਮੇਰਾ ਮਤਲਬ ਇੱਥੇ ਲੱਕੀ ਦੀਆਂ ਭਾਬੀਆਂ ਨੇ ਇਨਵਾਈਟ ਕੀਤਾ। ਵੈਸੇ ਭਾਈ ਸਾਹਿਬ ਹੋ ਕੌਣ ਤੁਸੀਂ? ਲੱਕੀ ਦਾ ਸਾਲਾ। ਹੁੱਬ ਕਿਤੇ ਦੱਸ ਰਹੇ ਜਿਵੇਂ ਡੀਜ਼ੀ ਲੱਗੇ ਉਹਨੇ ਭਾਜੀ। ਵੀਰ ਜੀ ਮੈਂ ਲੱਕੀ ਨੂੰ ਲੱਭ ਕੇ ਆਈ। ਹਲੋ ਵੀਰ ਜੀ, ਪਾਣੀ ਤੇ ਆਹ ਦਵਾਈ। ਚੁੱਪ ਚਾਪ ਮੇਰਾ ਬੈਗ ਮੈਨੂੰ ਦੇ ਦਿਓ, ਨਹੀਂ ਤਾਂ ਮੈਂ ਰੌਲਾ ਪਾ ਦੂੰਗੀ ਕਿ ਕਤਲ ਤੁਸੀਂ ਕੀਤਾ। ਬੈਗ ਕੀ ਕਰ ਰਹੇ? ਬੈਗ 'ਚ ਕਿਹੜਾ ਪੈਂਟ ਰਿਹਾ? ਤੁਸੀਂ ਵੀ ਨਾ ਉਦਾਂ ਹੀ। ਸਿਰਤ ਮਰ ਗਏ। ਇਹ ਕੌਣ ਸੀ? ਇਹ ਡਿੰਪੀ ਦੀ ਸਾਲੀ। ਤੁਸੀਂ ਤਾਂ ਕਹਿੰਦੇ ਸੀ ਡਿੰਪੀ ਦੀ ਵਾਹ ਕੱਲੀ ਕੱਲੀ ਕੁੜੀ ਹੈ। ਨਹੀਂ ਨਹੀਂ, ਇਹਦੇ ਸਹੁਰੇ ਨੇ ਦੋ ਵਿਆਹ ਕਰਾਏ ਸੀ ਨਾ, ਤੁਹਾਨੂੰ ਪਤਾ ਨਹੀਂ ਹੈਗਾ। ਦੂਜੀ ਵਾਈਫ ਦੀ ਬੇਟੀ ਸੀ ਇਹ। ਦੋ ਵਿਆਹ ਕਿਉਂ? ਪਹਿਲੀ ਤਾਂ ਦਾਜ ਘੱਟ ਮਿਲਿਆ ਸੀ, ਇਸ ਕਰਕੇ ਉਹਨੇ ਦੂਜਾ ਕਰਾਇਆ ਸੀ। ਸਟ੍ਰੇਂਜ। ਅੱਛਾ ਭਾਬੀਆਂ ਕਿੱਥੇ ਨੇ, ਉਹਨਾਂ ਨੂੰ ਮਿਲਤਾ ਆਵਾਂ ਮੈਂ? ਮਿਲਣਾ ਕਿਉਂ? ਕਿਉਂ ਮਤਲਬ?
ਮਤਲਬ ਇੰਨੀ ਦੇਰ ਬਾਅਦ ਆਪਾਂ ਮਿਲੇ ਆ, ਪਹਿਲਾਂ ਆਪਾਂ ਤਾਂ ਕੋਈ ਮਿੱਟੀਆਂ ਮਿੱਠੀਆਂ ਜਿਹੀਆਂ ਗੱਲਾਂ ਕਰ ਲਈਏ। ਚਲੋ ਮੈਂ ਸਾਲੀ ਨੂੰ ਮੇਰੀ ਸਾਲੀ ਬਣਾਉਣਾ ਸੀ, ਉਹ ਤੂੰ ਸ਼ੁਕਰ ਕਰ ਤੇਰੀ ਭੈਣ ਨਹੀਂ ਬਣਾਈ, ਤੁਹਾਡੀ ਭੈਣ ਨੂੰ ਮੇਰੀ ਭੈਣ ਕਿਉਂ ਬਣਾ ਰਹੇ ਹੋ? ਹੋਰ ਬੀਬੇ ਬਣਾ ਦੀ ਉਹਨੂੰ ਮੈਂ ਨਹੀਂ ਕਰਦੇ ਹੋ। ਆ ਲੱਕੀ ਕਿਹਦੇ ਨਾਲ ਤੁਰਿਆ ਫਿਰਦਾ ਹੈ? ਅਬ ਲੱਕੀ ਦੀ ਨਾ ਫਰੈਂਡ ਹੈ, ਫੇਸਬੁੱਕ ਫਰੈਂਡ। ਅੱਜ ਤੁਹਾਨੂੰ ਪਤਾ ਨੈਟ ਕੰਮ ਨਹੀਂ ਕਰ ਰਿਹਾ, ਫੇਸ ਟੂ ਫੇਸ ਹੀ ਮਿਲਣ ਆ ਗਈ। ਡਿੰਪੀ ਤੈਨੂੰ ਭੁੱਖ ਲੱਗੀ ਹੋਣੀ, ਆਪਾਂ ਕੁਝ ਖਾ ਕੇ ਨਾ ਆਈਏ? ਹਾਂ ਹਾਂ ਚਲੋ ਚਲੋ ਆ ਜਾਓ ਬਈ। ਲੱਕੀ ਆਈ ਐਮ ਰੀਅਲੀ ਵੈਰੀ ਸੌਰੀ, ਜੇ ਮੈਨੂੰ ਭਾਬੀਆਂ ਨਾ ਮਿਲਦੀਆਂ ਮੈਨੂੰ ਸੱਚਾਈ ਦਾ ਕਦੇ ਪਤਾ ਨਾ ਲੱਗਦਾ। ਦੈਟਸ ਓਕੇ। ਹਾਏ ਹਾਏ, ਪੈਗ ਲਾਉਂਗੇ? ਜੀ ਨਹੀਂ। ਐਕਸਕਿਊਜ਼ ਮੀ, ਭਾਬੀ ਜੀ ਕੁਝ ਖਾਣ ਵਾਸਤੇ ਲੈ ਕੇ ਆਵਾਂ? ਨੋ ਥੈਂਕਸ। ਭਾਬੀ ਜੀ ਬੜਾ ਸਿਆਣਾ ਲੱਗਦਾ ਹੈ। ਤੇ ਮੈਂ ਤਾਂ ਹੁਣ ਭਾਬੀ ਜੀ ਕਹੂੰਗਾ ਇਹਨਾਂ ਨੂੰ, ਗੁੱਡ ਛੋਟੇ ਗੁੱਡ। ਵੈਸੇ ਟੋਟਾ ਕਿਹੋ ਜਿਹਾ ਸੀ? ਟੋਟਾ ਲੱਕੀ ਦਾ ਸਾਲਾ, ਬੜੇ ਫਰੈਂਕ ਹੋ ਯਾਰ। ਕਿਉਂ ਤੁਹਾਡੇ ਵੱਲ ਭੈਣਾਂ ਨੂੰ ਵੀ ਟੋਟਾ ਕਹਿ ਲੈਂਦੇ? ਤੇਰੀ ਉਹ ਭੈਣ ਜੀ, ਇੱਥੇ ਹੀ ਬਹਿ ਜਾਂਦੇ ਆ। ਬਹਿ ਜਾ ਬਹਿ ਜਾ, ਬਹਿ ਜੀ ਭਾਈ ਸਾਹਿਬ। ਹਾਂਜੀ। ਲੱਕੀ ਨੂੰ ਚੰਗਾ ਭਲਾ ਪਤਾ ਸੀ ਹਾਂ ਕਿ ਸੀਰਤ ਨੂੰ ਅਸੀਂ ਇੱਥੇ ਬੁਲਾਇਆ, ਫਿਰ ਵੀ ਦੂਜੀ ਨੂੰ ਲਈ ਖੋਪਚੇ 'ਚ ਖੜਾ। ਦੇਖਤਾ ਸਹੀ, ਇਹੋ ਜਿਹੇ ਕਰੈਕਟਰਲੈਸ ਬੰਦੇ ਦਾ ਅਸੀਂ ਰਿਸ਼ਤਾ ਠੀਕ ਕਰਾਉਣ ਚੱਲੀਆਂ ਸੀ। ਸਹੀ ਰਹਿੰਦੀ ਹੈ ਸੀਰਤ, ਜਮਾਨਾ ਕਿਵੇਂ ਦਾ ਆ ਗਿਆ। ਹਾਂ ਯਾਰ ਦੇਖ, ਅਸੀਂ ਵੀ ਤਾਂ ਇੱਦਾਂ ਦਾ ਟਾਈਮ ਲਗਾਇਆ, ਅਸੀਂ ਤਾਂ ਕਦੀ ਨਹੀਂ ਇੱਦਾਂ ਦੀ ਹਰਕਤ ਕੀਤੀ। ਮਾਰਿਆ ਨਾ ਕੰਨ ਤੇ, ਕੰਨ ਟੀਂਡੀ ਕਰਨ ਲਾ ਦੂੰ। ਉਹ ਚੱਲ ਜਾ ਚੱਲ ਜਾ, ਤੇਰੇ ਵਰਗੇ ਮੈਂ ਬੱਤੀ ਵੇਖੇ ਆ। ਭਾਈ ਸਾਹਿਬ ਚਾਰ ਘੱਟ ਦੱਸ ਰਹੇ ਹੋ, ਬੱਤੀ ਨਹੀਂ 36 ਹੁੰਦੇ ਆ। ਨਾ ਹੁਣ ਤੂੰ ਦੱਸੇਗਾ ਮੈਂ ਕਿੰਨੇ ਵੇਖੇ ਆ। ਪਰ ਆਪਾਂ ਸਿਆਣੇ ਦੇ ਕਹਾਵਤਾਂ ਨੂੰ ਵੀ ਇਗਨੋਰ ਨਹੀਂ ਨਾ ਕਰ ਸਕਦੇ। ਸੀਰਤ ਕੀ ਮੈਂ ਸਤਿ ਸ਼੍ਰੀ ਅਕਾਲ ਜੀ, ਇੱਕ ਮਿੰਟ ਗੱਲ ਕਰ ਸਕਦਾ? ਜੀ। ਸੀਰਤ ਤੇਰਾ ਇਹ ਲੱਕੀ ਨਾ ਇੱਥੇ ਵੀ ਦੂਜੀ ਕੁੜੀ ਨੂੰ ਖੋਪਚੇ 'ਚ ਲਈ ਖੜਾ ਸੀ। ਮੈਂ ਸਮਝੀ ਨਹੀਂ। ਖੋਪਚੇ ਦਾ ਮਤਲਬ ਤਾਂ ਮੈਨੂੰ ਵੀ ਨਹੀਂ ਸਮਝ ਆਇਆ। ਖੋਪਚਾ ਤਾਂ ਕੋਨਾ ਹੁੰਦਾ ਹੈ, ਪਰ ਮੈਂ ਗੱਲ ਨਹੀਂ ਸਮਝਦਾ। ਦੱਸ ਗਿਆ ਕੀ ਹੋਇਆ, ਕੋਈ ਟੈਨਸ਼ਨ? ਲੱਗਦਾ ਪੰਗਾ ਪਊ ਯਾਰ। ਪੰਗਾ ਅਜੇ ਤੱਕ ਤਾਂ ਪਿਆ ਨਹੀਂ, ਜੇ ਪੈਨ ਡਰਾਈਵ ਨਹੀਂ ਦਿੱਤੀ ਨਾ ਫਿਰ ਜ਼ਰੂਰ ਪਊ। ਭਾਬੀ ਜੀ ਕੀ ਵੇਖਿਆ ਤੁਸੀਂ? ਕੀ ਵੇਖਿਆ? ਜੋ ਤੂੰ ਵਿਖਾਇਆ ਉਹੀ ਵੇਖਿਆ। ਮੈਂ ਸਮਝੀ ਨਹੀਂ। ਜੇ ਤੂੰ ਸਮਝਣ ਜੋਗੀ ਹੁੰਦੀ ਨਾ ਤੇ ਲੋਕਾਂ ਦੇ ਘਰ ਨਾ ਪਟਦੀ। ਮਤਲਬ? ਓਏ ਜਾ ਜਾਂਦਾ ਰਹਿ, ਇੱਕ ਗੱਲ ਦੱਸ, ਜਾਵਾਂ ਜਾਂ ਰਵਾਂ, ਨਾਲੇ ਜਾਂਦਾ ਨਾਲੇ ਰਹਿ। ਤੂੰ ਮੈਨੂੰ ਹੱਥ ਲਾ ਕੇ ਦਿਖਾ। ਇਹ ਆ ਲੈ ਲਾਤਾ, ਇਹ ਤਾਂ ਕੁੜੀ ਹੈ, ਪਰ ਗੱਲ ਹੱਥ ਦੀ ਹੋਈ ਹੈ ਨਾ, ਹੱਥ ਲਾ ਕੇ ਦਿਖਾ। ਉਹ ਤੂੰ ਮਰ ਜਾਏਗਾ, ਤੂੰ ਮਰ ਜਾਏਗਾ ਮੈਥੋਂ। ਤੂੰ ਹੱਥ ਲਾ ਕੇ ਦਿਖਾ, ਤੂੰ ਲਾ ਕੇ ਦਿਖਾ, ਤੂੰ ਲਾ। ਓਏ ਕੀ ਕਰੀ ਜਾਂਦਾ, ਉੱਧਰ ਤੇਰਾ ਜੀਜਾ ਕਿਸੇ ਹੋਰ ਨੂੰ ਹੱਥ ਲਾਈ ਜਾਂਦਾ। ਵੀਰ ਜੀ ਆਪਣੀ ਭੈਣ ਬਾਰੇ ਗਲਤ ਬੋਲਦਾ ਨਾ। ਹੁਣ ਬੋਲ ਪੁੱਤ, ਆ ਗਿਆ ਮੇਰਾ ਵੱਡਾ ਵੀਰਾ। ਨਾ ਮੈਂ ਕੀ ਬੋਲਾਂ, ਹੁਣ ਤਾਂ ਤੂੰ ਆਪਣੇ ਵੱਡੇ ਭਰਾ ਨੂੰ ਵੀ ਬੋਲਣ ਜੋਗਾ ਨਹੀਂ ਛੱਡਿਆ, ਆਪਣੀਆਂ ਭੈਣ ਨੂੰ ਟੋਟਾ ਦੱਸੀ ਜਾਂਦਾ। ਤੂੰ ਚੱਲ ਇੱਥੋਂ। ਵੀਰ ਜੀ ਮੈਨੂੰ ਕਿਉਂ ਕਹੀ ਜਾਂਦੇ ਹੋ? ਆਹੀ ਕਹਿੰਦਾ, ਮੈਂ ਥੋੜੀ ਕਿਹਾ ਟੋਟਾ। ਇਹਨੂੰ ਕਹਿਣ ਦੇ, ਇਹਦੀ ਕਿਹੜਾ ਭੈਣ ਲੱਗਦੀ ਆ, ਤੂੰ ਨਹੀਂ ਕਹਿਣਾ। ਤੂੰ ਚੱਲ। ਕੋਈ ਨਹੀਂ ਪੁੱਤ, ਤੈਨੂੰ ਦਿਖਾਉਂ ਪੰਬੂ ਤਾਰੇ। ਚੱਲ ਚੱਲ। ਨਾ ਐਸੇ ਕਰਕੇ ਬੁਲਾਇਆ ਪਾਰਟੀ ਤੇ? ਕਿਹੜੇ ਕੁੱਤਿਆਂ ਨੇ ਬੁਲਾਇਆ? ਤੁਸੀਂ ਕੁੱਤਿਆਂ ਨੇ, ਮੈਂ ਮਾਰੂ ਤੇਰੇ ਕੰਨ ਤੇ ਇੱਕ। ਮੈਂ ਹੁਣੇ ਲੱਕੀ ਨੂੰ ਬੁਲਾ ਕੇ ਲਿਆਉਂਦੀ ਆ। ਬੁਲਾਉਣ ਕਿਉਂ ਚੱਲੀ ਆ? ਖੋਪਚੇ 'ਚ ਲੈ ਕੇ ਚਲੀ ਜਾਣਾ ਉਹਨੂੰ। ਮੈਂ ਉਹਨੂੰ ਲੈ ਕੇ ਭਾਵੇਂ ਜਿੱਥੇ ਮਰਜ਼ੀ ਜਾਵਾਂ। ਤੁਸੀਂ ਕੀ ਲੈਣਾ? ਲੈ, ਸਿਰ ਤੇ ਹੀ ਚੜ੍ਹਦੀ ਜਾਂਦੀ ਆ, ਤੂੰ ਖੜ ਇੱਥੇ ਜ਼ਰਾ। ਮੇਰੀ ਮੰਗੇਤਰ ਇੱਥੇ ਆਈ ਹੋਈ ਆ, ਤੁਸੀਂ ਪਲੀਜ਼ ਕੇਕ ਕੱਟਣ ਤੱਕ ਖੜ ਜਾਓ। ਮੈਂ ਲੇਟ ਹੋ ਜਾਊਂ। ਨਾ ਲੇਟ ਨੂੰ ਤੁਹਾਡੇ ਤੋਂ ਆਖਰੀ ਬੱਸ ਫੜਨੀ ਆ। ਸ਼ਟ ਅਪ ਯਾਰ, ਕੋਈ ਆਪਣੀ ਬਗਾਨੀ ਕੁੜੀ ਨਾਲ ਇਦਾਂ ਗੱਲ ਕਰਦਾ ਹੁੰਦਾ? ਦੇਖੋ ਤੁਹਾਡੇ ਨਾ ਪੈਨ ਡਰਾਈਵ ਵਿੱਚ ਵਾਇਰਸ ਬਹੁਤ ਆ ਗਿਆ ਹੋਇਆ ਤੇ ਅਸੀਂ ਨਾ ਸਕੈਨਿੰਗ ਤੇ ਲਗਾਇਆ ਹੁਣ। ਸਿਰਫ 10 ਮਿੰਟ, 10 ਮਿੰਟ ਤਾਂ ਤੇਰਾ ਘਰ ਟੁੱਟ ਜਾਣਾ। ਚੱਲ ਮੇਰੇ ਨਾਲ। ਲੋ ਕਰ ਲੋ ਕਿਉਂ ਨੂੰ ਫਰਾਈ ਪੈਨ। ਫਰਾਈ ਪੈਨ ਨਹੀਂ ਭਾਂਡਾ ਹੁੰਦਾ, ਫਰਾਈ ਪੈਨ ਵੀ ਭਾਂਡੇ ਹੁੰਦਾ। ਉਹ ਤੁਸੀਂ ਸਾਲਿਓ ਬੱਚਾ ਆਪਦਾ ਜਾ ਪਾਏ ਖੜ ਜਾ ਕਰੋ। ਉਹ ਜੱਸੀ ਚੱਲ ਯਾਰ, ਪੰਗੇ ਤੇ ਪੰਗਾ ਪਈ ਜਾਂਦਾ। ਹੁਣ ਦੱਸ ਸੌਂਕਣੇ। ਭਾਬੀ ਜੀ ਮਾਈਂਡ ਯੋਰ ਲੈਂਗੁਏਜ। ਆ ਦੇਖ ਲੈ, ਇਹ ਤੈਨੂੰ ਲੱਕੀ ਨਾ ਜਰ ਵੀ ਨਹੀਂ ਸਕਦੀ। ਜਰਾ ਵੀ ਕਿਉਂ? ਹਿਲ ਗਈ, ਇਹ ਤੇ ਹਿਲ ਗਈ।
ਮਸਾਂ ਲੱਕੀ ਦਾ ਇਹਦੇ ਨਾਲ ਘਰ ਵਸਣ ਲੱਗਿਆ। ਵਸ ਲੈਂਦੇ ਜਾਣੇ ਘਰ ਵਸਣ ਲੱਗਿਆ। ਮੈਂ ਵੀ ਵੇਖਦੀ ਆ ਕਿ ਲੱਕੀ ਇਹਦੇ ਨਾਲ ਘਰ ਕਿਵੇਂ ਵਸਾਉਂਦਾ। ਚਾਹੁੰਦੀਆਂ ਨੇ ਉਹ ਮੈਂ ਕਦੇ ਨਹੀਂ ਹੋਣ ਦੇਣਾ। ਤੂੰ ਦੋਹਾਂ ਦੇ ਵਿੱਚ ਆ ਕੇ ਖੜੀ ਹੋ ਜਾਇਆ ਕਰ, ਚੱਲ ਇੱਥੋਂ। ਭਾਬੀ ਤੁਸੀਂ ਹੱਦ ਪਾਰ ਕਰ ਰਹੇ ਹੋ। ਹਾਏ ਹਾਏ, ਤੂੰ ਤੇ ਬੜੀ ਹੱਦਾਂ 'ਚ ਹੈ ਨਾ। ਗੱਲ ਤਾਂ ਦੱਸੋ ਬੇਟਾ। ਕਿੰਨੀਆਂ ਮਿੰਨਤਾਂ ਕਰਾਉਂਦੇ ਤੁਸੀਂ, ਤਾਂ ਹੀ ਤਾਂ ਤੁਹਾਡੀਆਂ ਜਨਾਨੀਆਂ ਦੁਖੀ ਨੇ। ਇੱਕ ਮਿੰਟ ਖੜੋ ਭਾਬੀ ਜੀ। ਉਹ ਚਲੋ ਯਾਰ, ਚੱਲ ਕੇ ਪੈਨ ਡਰਾਈਵ ਦੇਈਏ। ਜੇ ਕਿਤੇ ਮੈਨੂੰ ਘਰੋਂ ਕੱਢ ਤਾਂ ਮੈਂ ਰਹੂੰ ਕਿੱਥੇ? ਉਹ ਰੱਖ ਤਾਂ ਤੈਨੂੰ ਮੈਂ ਲਊਂ, ਪਰ ਚੱਲੀਏ ਕਿਵੇਂ? ਸੀਰਤ ਭੜਕੀ ਹੋਈ ਆ। ਉਹ ਜੇ ਸਾਲਿਓ ਕੋਈ ਐਪ ਕੀ ਜਾ ਪੈ ਗਿਆ, ਮੈਂ ਤਾਂ ਕਾਸੇ ਜੋਗਾ ਨਹੀਂ ਰਹਿਣਾ। ਜੇ ਇਹਨੇ ਆਪਣੀਆਂ ਜਨਾਨੀਆਂ ਨੂੰ ਦੱਸਤਾ, ਪਹਿਲਾਂ ਤਾਂ ਕੱਲੇ ਚੱਪੂ ਨੂੰ ਦੌਰੇ ਪੈਂਦੇ ਸੀ, ਹੁਣ ਚੱਪੂ ਦੇ ਪਿਓ ਨੂੰ ਵੀ ਨਾਲ ਪੈਣਗੇ। ਤੁਸੀਂ ਚੱਲ ਰਹੇ ਹੋ ਕਿ ਨਹੀਂ? ਕਮਾਲ ਕਰਦੀ ਪਈ ਯਾਰ ਤੂੰ। ਬੱਚੇ ਵਾਸਤੇ ਗਿਫਟ ਤੇ ਕੀ ਲੈ ਗਿਆ ਨਾ, ਬੱਚੇ ਦੇ ਪਿਓ ਨੂੰ ਵੀ ਨਾਲ ਲਿਜਾਣ ਨੂੰ ਫਿਰਦੀਆਂ ਯਾਰ। ਸਾਲਾ ਗਿਫਟ ਦਾ ਹੋਇਆ, ਗਿਫਟ ਨੂੰ ਕਹੇ ਦੌਰੇ ਵਾਲੇ ਚੱਪੂ ਦੀ ਮਾਸੀ ਲੱਗਦੀ ਆ। ਜੀਜਾ ਜੀ, ਉਹਨੂੰ ਦੇਖੋ, ਚੁੱਪ ਚੁੱਪ ਚੁੱਪ। ਇਸ ਰਾਦਾਂ 'ਚ ਜੰਮਿਆ ਲੱਗਦਾ, ਕੋਈ ਟੂਣਾ ਟਾਣਾ ਕਰਾਓ ਇਹਦਾ। ਡੈਡੀ ਜੀ, ਇਹਨੂੰ ਸਮਝਾ ਸਮਝਾ ਕੇ ਥੱਕ ਗਏ ਆ, ਪਰ ਇਹ ਨਹੀਂ ਮੰਨਦੀ। ਭੈਣ ਤੇਰੀ ਮੇਰਾ ਘਰ ਪੱਟਣ ਤੇ ਆਈ ਹੈ ਤੇ ਮੰਨਦੀ ਮੈਂ ਨਹੀਂ। ਹੁਣ ਇਹਦੀ ਭੈਣ ਕਿੱਥੋਂ ਆ ਗਈ? ਮੇਰੀ ਤਾਂ ਇੱਕੋ ਹੀ ਕੁੜੀ ਹੈ। ਕੋਈ ਇੱਕੋ ਇੱਕ ਨਹੀਂ ਹੈ, ਮੈਨੂੰ ਸਭ ਪਤਾ ਹੈ। ਦੋ ਦੋ ਘਰ ਵਾਲੀਆਂ ਰੱਖੀਆਂ, ਤੁਸੀਂ ਮੈਨੂੰ ਸਮਝਾਉਂਦੇ ਹੋ? ਹਾਏ ਮੈਂ ਮਰ ਗਈ, ਤੋ ਤੋ ਆਪਦਾ ਆਪਦਾ ਸੰਭਲ ਤਾਂ ਨਹੀਂ, ਘਰ ਵਾਲੀਆਂ ਦੋ ਦੋ ਰੱਖੀ ਫਿਰ।
ਦੀਦੀ ਤੁਸੀਂ ਲੱਕੀ ਵਾਲਾ ਮਸਲਾ ਸੁਲਝਾਤਾ? ਉਹ ਤਾਂ ਚਲਾ ਵੀ ਗਿਆ। ਕਿੱਥੇ ਗਿਆ? ਆਪਣੀ ਹੋਣ ਵਾਲੀ ਘਰ ਵਾਲੀ ਦੇ ਨਾਲ। ਮੈਂ ਆਵਾਜ਼ ਵੀ ਮਾਰੀ ਸੀ ਪਰ ਰੁਕੇ ਹੀ ਨਹੀਂ। ਜੋ ਤੁਸੀਂ ਸਭ ਚਾਹੁੰਦੇ ਹੋ ਉਹ ਮੈਂ ਕਦੇ ਨਹੀਂ ਹੋਣ ਦੇਣਾ। ਇਹ ਪੱਟੂਗੀ ਘਰ। ਉਹ ਤਾਂ ਹਲੇ ਪੱਟੂਗੀ, ਉਹ ਮੇਰਾ ਤਾਂ ਪੱਟਿਆ ਵੀ ਗਿਆ। ਛੇਤੀ ਦਿਓ ਹੁਣ ਪੈਨ ਡਰਾਈਵ। ਛੇਤੀ ਦਿਓ ਪੈਨ ਡਰਾਈਵ। ਤੂੰ ਸਾਲਿਆ ਪੈਨ ਡਰਾਈਵ ਕੀ ਕਰਨੀ ਆ? ਉਹ ਮੈਂ ਕਦੋਂ ਮੰਗੀ ਐ? ਤੂੰ ਮੈਂ ਮੰਗਿਆ ਕੌਣ ਆ ਬਾਗੜ ਬਿਲਾ ਜਿਆ? ਜੈਕੀ ਦਾਦਾ ਦੱਸ ਇਹਨਾਂ ਨੂੰ ਮੈਂ ਕੌਣ ਆ? ਮੇਰੇ ਡੈਡੀ ਐ। ਓਏ ਮੈਂ ਘਰੇਲੂ ਇੰਟਰੋਡਕਸ਼ਨ ਨਹੀਂ ਕਹੀ, ਪ੍ਰੋਫੈਸ਼ਨਲ ਦੱਸ। ਮਾਈ ਡੈਡੀ ਇਜ਼ ਅ ਵੈਰੀ ਵੈਲ ਸੈਟਲਡ ਡਾਊਨ। ਫਤਿਹ, ਤੁਸੀਂ ਇੱਥੇ ਕਿਵੇਂ ਆ ਗਏ? ਤੇਰੇ ਨਾਲ ਨਾਲ ਚੱਲੇ ਬਾਈਗਰਦਾਰੀ ਲਾਲ। ਸ਼ਾਬਾ ਬਾਈਗਰਦਾਰੀ ਲਾਲ। ਤੈਨੂੰ ਕੀ ਲੱਗਿਆ ਸੀ ਤੂੰ ਇਹ ਪੈਨ ਡਰਾਈਵ ਲੈ ਜਾਏਂਗੀ? ਪੈਨ ਡਰਾਈਵ ਕੱਢੋ। ਜੇ ਪੈਨ ਡਰਾਈਵ ਇਹਨੂੰ ਦਿੱਤੀ ਮੈਂ ਸਾਰਿਆਂ ਦੀਆਂ ਘਰ ਵਾਲਿਆਂ ਨੂੰ ਦੱਸ ਦੇਣਾ ਕਿ ਮੇਰੇ ਕੋਲ ਹੋਟਲ 'ਚ ਆਏ ਸੀ। ਜੈਕੇ ਦਾਦਾ ਦੱਸ ਇਹਨਾਂ ਨੂੰ ਤੇਰਾ ਡੈਡੀ ਕੀ ਕੀ ਕਰ ਸਕਦਾ ਹੈ? ਮੇਰੇ ਡੈਡੀ ਕੜੀ ਬਹੁਤ ਸਵਾਦ ਬਣਾਉਂਦੇ ਆ। ਓਏ ਘਰੇਲੂ ਨਹੀਂ ਪ੍ਰੋਫੈਸ਼ਨਲ ਦੱਸ। ਮੇਰੇ ਡੈਡੀ ਬੰਦਾ ਬਹੁਤ ਬੇਸਵਾਦਾ ਮਾਰਦੇ ਆ ਤੇ ਜਿਹੜੇ ਕਤਲ ਦੇ ਇਲਜ਼ਾਮ ਤੋਂ ਤੁਸੀਂ ਚਾਰੇ ਭੱਜੇ ਫਿਰਦੇ ਹੋ ਉਹ ਵੀ ਡੈਡ ਨੇ ਕੀਤਾ। ਹੁਣ ਇਹ ਸਭ ਕੀ ਆ? ਮੈਂ ਦੱਸਦੀ ਹਾਂ, ਉਸ ਦਿਨ ਜਦ ਹੋਟਲ ਦੇ ਰੂਮ 'ਚ ਤੁਸੀਂ ਮੈਨੂੰ ਧੱਕਾ ਮਾਰ ਕੇ ਗਏ। ਪਰੇ ਮਾਰਿਆ? ਕਮਾਲ ਦੀ ਗੱਲ ਆ, ਤੂੰ ਮੈਨੂੰ ਧੱਕਾ ਮਾਰਿਆ? ਕਿੱਟ ਕਰਦਾ ਤੁਹਾਡੇ ਜਾਣ ਤੋਂ ਬਾਅਦ ਮੈਂ ਪੈਨ ਡਰਾਈਵ ਵਾਲਾ ਮੋਬਾਈਲ ਕੱਢਿਆ ਤੇ ਮੁਖਤਿਆਰ ਸਿੰਘ ਨੂੰ ਪੈਸਿਆਂ ਲਈ ਫੋਨ ਕਰਨ ਦਾ ਸੋਚਿਆ। ਸ਼ੈਫੀ, ਮੈਂ ਸੋਚਿਆ ਵੀ ਨਹੀਂ ਸੀ ਤੂੰ ਮੇਰੇ ਨਾਲ ਐਂ ਕਰੇਂਗੀ। ਤੈਨੂੰ ਪੈਨ ਡਰਾਈਵ ਦੇਣ ਵਾਲੀ ਮੈਂ ਸੀ। ਪੈਸਿਆਂ ਦੇ ਦੋ ਹਿੱਸੇ ਹੋਣਗੇ। ਦੋ ਨਹੀਂ, ਤਿੰਨ। ਤੁਸੀਂ ਮੇਰੀ ਮਦਦ ਦੇ ਨਾਲ ਫੋਟੋਆਂ ਖਿੱਚਿਆ ਤੇ ਮੈਨੂੰ ਹੀ ਧੋਖਾ। ਪੈਨ ਡਰਾਈਵ ਸਾਡੇ ਕੋਲ ਨਹੀਂ ਹੈ। ਕੋਈ ਨਾ, ਸੋਚ ਕੇ ਦੱਸੋ ਪੈਨ ਡਰਾਈਵ ਕਿਹਦੇ ਕੋਲ ਹੈ। ਠੀਕ ਹੈ, ਟਾਈਮ। ਮੈਂ ਤੁਹਾਨੂੰ ਦੋ ਆਪਸ਼ਨ ਦੇਣਾ। ਪਹਿਲੀ ਆਪਸ਼ਨ, ਫੋਨ ਆ ਫ੍ਰੈਂਡ, ਯੂਜ਼ ਕਰ ਸਕਦੇ ਹੋ। ਸਾਨੂੰ ਸੱਚੀ ਨਹੀਂ ਪਤਾ ਪੈਨ ਡਰਾਈਵ ਕਿੱਥੇ ਆ। ਸੈਕੰਡ ਆਪਸ਼ਨ, ਸ਼ੂਟ ਅ ਫ੍ਰੈਂਡ। ਫਤਿਹ, ਪਲੀਜ਼ ਡੋਨਟ ਸ਼ੂਟ ਮਾਈ ਫ੍ਰੈਂਡ। ਪਲੀਜ਼ ਮੈਨੂੰ ਨਾ ਦੱਸ ਕੀ ਕਰਨਾ। ਇੱਥੇ ਬੌਸ ਮੈਂ। ਉਹ ਦੂਜੀ ਕਿੱਥੇ? ਥੱਲੇ ਥੱਲੇ। ਥੈਂਕ ਯੂ ਸੋ ਮਚ। ਨਹੀਂ ਨਹੀਂ ਕੋਈ ਨਹੀਂ ਡਿੱਗਿਆ। ਨਾਲੇ ਕਹਿੰਦੇ ਥੋੜਾ ਮੋਟਾ ਝਗੜਾ ਹੋਇਆ, ਇੱਥੇ ਤਾਂ ਵੱਡੀ ਲੜਾਈ ਹੋਈ ਲੱਗਦੀ ਹੈ। ਸ਼ੈਫੀ ਜੀ, ਸ਼ੈਫੀ, ਕਿਤੇ ਕੁੜੀ ਮਾਰ ਤਾਂ ਨਹੀਂ ਦਿੱਤੀ? ਇਹ ਸੁਣ ਕੇ ਮੈਨੂੰ ਆਈਡੀਆ ਆਇਆ।
ਅਗਲੇ ਤਾਂ ਦਿਸੀ ਨੀ ਮੈਨੂੰ। ਫਿਰ ਨਾ ਸੋਚੀ ਤੇਰਾ ਸੰਸਕਾਰ ਕਰਨ ਆਇਆ, ਪੈਨ ਡਰਾਈਵ ਲੋ ਬਣਾਇਆ। ਮੈਨੂੰ ਨਾ ਮਾਰਿਓ, ਮੈਨੂੰ ਮਾਰ ਕੇ ਜੇ ਤੁਸੀਂ ਪੈਨ ਡਰਾਈਵ ਲੈ ਵੀ ਲਈ ਫਿਰ ਵੀ ਤੁਹਾਨੂੰ ਕੀ ਮਿਲਣਾ ਹੈ? ਹੋਣੀ ਤਾਂ ਤੁਹਾਨੂੰ ਜੇਲ ਹੀ ਹੈ। ਇੱਥੇ ਚਾਰ ਬੇਵਕੂਫ ਆਏ ਨੇ, ਉਹ ਇਸ ਟੋਮੈਟੋ ਸੌਸ ਨੂੰ ਖੂਨ ਸਮਝ ਬੈਠੇ ਨੇ ਤੇ ਸੋਨੀਆ ਦੀ ਜਗ੍ਹਾ ਮੈਨੂੰ ਮਰੀ ਹੋਈ ਸਮਝ ਬੈਠੇ ਨੇ। ਜੇ ਤੁਸੀਂ ਮੇਰਾ ਸਾਥ ਦਿਓ ਤੇ ਆਪਾਂ ਸੋਨੀਆ ਦੇ ਕਤਲ ਦਾ ਇਲਜ਼ਾਮ ਉਹਨਾਂ ਤੇ ਪਾ ਦਈਏ ਤੇ ਪੈਸੇ ਵੰਡ ਲਈਏ। ਮੋੜੋਸ ਤੇ ਮੈਨੂੰ ਕਾਟੀ ਵਿਸ਼ਵਾਸ ਹੁੰਦਾ, ਮਾੜੀ ਚੀਜ਼ ਨੂੰ ਵੀ ਚੰਗਾ ਕਹਿ ਕੇ ਵੇਚਦੇ ਨੇ। ਐਤਕੀ ਮੇਰੇ ਤੇ ਵਿਸ਼ਵਾਸ ਕਰੋ, ਮੈਂ ਤੁਹਾਨੂੰ ਧੋਖਾ ਨਹੀਂ ਦੇਵਾਂਗੀ। ਛੇਤੀ ਕਰੋ, ਇਸ ਤੋਂ ਪਹਿਲਾਂ ਚਾਰੋਂ ਕਮਰੇ ਚਾਹਣ, ਤੁਸੀਂ ਡੈਡ ਬਾਡੀ ਨੂੰ ਲੈ ਕੇ ਕਬਰ ਚ ਰੁਕ ਜਾਓ। ਚਲੋ ਫਟਾਫਟ ਬੋਡੀ ਲਪੇਟ ਦੇਈ, ਮੈਂ ਸੌਸ ਸਾਫ ਕਰਨਾ। ਇਹਨੂੰ ਵੀ ਪਾ ਲਓ ਬੈਗ 'ਚ, ਫੜਾ ਫੜਾ ਫੜਾ। ਲਪੇਟੋ ਲਪੇਟੋ ਲਪੇਟੋ, ਕਬ ਜੇਤੀ ਕਰੋ, ਕੁਛ ਰਹਿ ਨਾ ਜਾਵੇ। ਓ ਨੋ, ਕੀ ਹੋਇਆ? ਪੈਨ ਡਰਾਈਵ ਮੋਬਾਈਲ 'ਚ ਤੇ ਮੋਬਾਈਲ ਮੇਰੇ ਬੈਗ 'ਚ। ਬੈਟਰੀ? ਬੈਟਰੀ ਪਰਸ 'ਚ। ਹਾਏ ਹੋਏ, ਜਿੰਨੇ ਚੱਲੇ ਮੇਰੇ ਪੱਲੇ, ਚੱਲ ਹੁਣ ਥੱਲੇ। ਤੁਹਾਡੇ ਲਾਸ ਸੁੱਟਣ ਤੋਂ ਬਾਅਦ ਅਸੀਂ ਉੱਥੇ ਪਹੁੰਚੇ। ਲਾਸ ਤਾਂ ਮਿਲ ਗਈ ਪਰ ਪੈਨ ਡਰਾਈਵ ਨਹੀਂ। ਤਾੜੀਆਂ ਮਾਰ ਰਹੇ ਹੋ? ਤੁਹਾਡੇ ਨਾਨੇ ਨੇ ਕਹਾਣੀ ਨਹੀਂ ਸੁਣਾਈ? ਚੜੋ ਜਲਦੀ ਪੈਨ ਡਰਾਈਵ ਕੱਢੋ। ਨਹੀਂ ਦੇਣੀ ਇਹਨਾਂ ਨੂੰ ਪੈਨ ਡਰਾਈਵ, ਉਸ ਵਿੱਚ ਮੇਰਾ ਵੀ ਹਿੱਸਾ ਹੈ। ਓਏ, ਇਹਨੇ ਵੈਸੇ ਵੀ ਤੇਰੇ ਦੋ ਹਿੱਸੇ ਕਰ ਦੇਣੇ ਆ, ਦੇ ਲੈਣ ਦੇ। ਨਹੀਂ ਦੇਣੀ। ਜਾ ਕੇ ਦਾਦਾ, ਆਪਾਂ ਪੈਨ ਡਰਾਈਵ ਮੰਗ ਕਿਉਂ ਰਹੇ ਹਾਂ? ਆਈ ਥਿੰਕ ਆਪਾਂ ਨੂੰ ਸ਼ੌਂਕ ਹੈ ਮੰਗਣ ਦਾ। ਚਲੋ ਓਏ, ਪੈਨ ਡਰਾਈਵ ਲੱਭੋ। ਮੈਨੂੰ ਲੱਗਦਾ ਕਿ ਪੈਨ ਡਰਾਈਵ ਇੱਥੇ ਹੀ ਕਿਤੇ ਹੈ। ਓਕੇ, ਟਾਰਚ ਮਾਰ। ਕਿੱਥੇ? ਉੱਥੇ। ਓਕੇ, ਲਾਈਟ ਮਾਰਨ ਨੂੰ ਕਹਿ। ਸੌਰੀ ਡੈਡ, ਲਾਈਟ ਤਾਂ ਹੁਣ ਟੁੱਟ ਗਈ। ਮੈਂ ਵੇਖਿਆ ਬਰਥਡੇਆਂ ਦੇ ਹੀ ਪੰਗੇ ਆ ਸਾਰੇ, ਪਹਿਲਾਂ ਤੇਰੇ ਬਰਥਡੇ ਤੇ ਸਿਆਪਾ ਪੈ ਗਿਆ, ਹੁਣ ਚੱਪੂ ਦੇ ਬਰਥਡੇ ਤੇ ਸਾਡਾ ਡੈਡ ਡੇ ਆ ਗਿਆ। ਆਪਾਂ ਅੱਗੇ ਤੋਂ ਕਿਸੇ ਵੀ ਸਾਲੇ ਦਾ ਬਰਥਡੇ ਨਹੀਂ ਮਨਾਇਆ ਕਰਨਾ, ਪ੍ਰੋਮਿਸ। ਸਾਲਿਓ, ਕਦੇ ਆਪਦੀ ਗਲਤੀ ਨਾ ਮੰਨਿਓ। ਭਾਜੀ ਪਲੀਜ਼, ਮੇਰੀ ਇੱਕ ਰਿਕੁਐਸਟ ਹੈ, ਮੈਨੂੰ ਅੱਡ ਬੰਨ ਕੇ ਮਾਰਿਓ, ਘੱਟੋ ਘੱਟ ਮੇਰੀ ਆਤਮਾ ਤਾਂ ਮਾੜੀ ਸੰਗਤ ਤੋਂ ਦੂਰ ਰਹੇ। ਹੁਣ ਮਰਨ ਲੱਗੇ ਤਾਂ ਗੋਇਓ ਯਾਰ।
ਭਾਜੀ ਸਾਰਾ ਘਰ ਲੱਭ ਲਿਆ, ਪੈਨ ਡਰਾਈਵ ਕਿਤੇ ਨਹੀਂ ਮਿਲੀ। ਪੈਨ ਡਰਾਈਵ ਦੱਸ ਦਿਓ ਕਿੱਥੇ ਹੈ, ਮੈਂ ਸਿਰਫ 5 ਤੱਕ ਗਿਣਾਂਗਾ। 1 ਵੀਰ ਜੀ ਤੁਸੀਂ ਮੇਰਾ ਆਈਪੈਡ, ਆਈਪੋਡ, ਆਈਫੋਨ ਸਾਰਾ ਕੁਝ ਲੈ ਜਾਓ, ਪਰ ਪੈਨ ਡਰਾਈਵ ਦਾ ਲੱਕੀ ਨੂੰ ਪਤਾ ਜੇ ਸਾਂਭ ਵਾਲੀ ਗੱਲ। 2 ਭਾਜੀ ਹੌਲੀ ਹੌਲੀ ਗਿਣੋ, ਕਈ ਵਾਰੀ ਬੰਦੇ ਦਾ ਦੱਸਣ ਦਾ ਮੂਡ ਬਣਦੇ ਆ, ਟਾਈਮ ਲੱਗ ਜਾਂਦਾ। ਹਾਂਜੀ, ਲੋਕੀ ਮਰਨ ਤੋਂ ਪਹਿਲਾਂ ਆਖਰੀ ਇੱਛਾ ਪੁੱਛਦੇ ਆ, ਤੁਸੀਂ ਪੈਨ ਡਰਾਈਵ ਪੁੱਛੀ ਜਾਂਦੇ ਹੋ, ਇੰਨਾ ਵੀ ਕੀ ਐਡਵਾਂਸ ਹੋਣਾ। 3 ਇੱਕ ਮਿੰਟ ਡੈਡੀ, ਇਲੀਗਲ ਕੰਮ ਨਹੀਂ ਕਰਨਾ, ਇਸ ਸਪੈਸ਼ਲ ਦਾ ਲਾਇਸੈਂਸ ਹਲੇ ਕੱਲ ਬਣ ਕੇ ਆਉਣਾ। ਇੰਨਾ ਮਰ, ਗੁੱਡ ਬੋਏ, ਲਾਇਸੈਂਸ ਟੂ ਕਿਲ। 4 ਉਹ ਲੱਕੀ ਤੇਰਾ ਕੱਖ ਨਾ ਰਹੇ, ਉਹ ਦੱਸ ਦੇ ਆ ਨਾਲ ਜਿਹੜੀ ਮੁਸੀਬਤ ਬੰਨੀ ਆ ਆਪਣੇ ਘਰਾਂ 'ਚ ਕਲੇਸ਼ ਪਵਾ ਦੂ। ਕਲੇਸ਼ ਦਾ ਤੇ ਪਤਾ ਨਹੀਂ, ਜੇ ਉਹਨੇ 5 ਗਿਣ ਦਿੱਤੇ ਨਾ ਆਪਣੇ ਘਰਾਂ 'ਚ ਵੈਣ ਜ਼ਰੂਰ ਪੈਣਗੇ। ਹਾਏ ਹਸ਼ੇਰਾ, ਕੋਈ ਨਹੀਂ ਤੇਰਾ। 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 ਭਾਜੀ ਛੱਡੋ ਪਰਾ ਬਲੈਕਮੇਲਿੰਗ ਨੂੰ, ਮੈਂ ਆਪੀ ਮਿਹਨਤ ਕਰਕੇ 2-4 ਕਰੋੜ ਰੁਪਇਆ ਕਮਾ ਕੇ ਤੁਹਾਨੂੰ ਦੇ ਦੇਣਾ, ਮੈਨੂੰ ਇਕੱਲੇ ਨੂੰ ਛੱਡੋ ਪਲੀਜ਼। ਬਕਵਾਸ ਮਾਰਦਾ, ਕੋਈ ਮਿਹਨਤ ਮੂਹਨਤ ਨਹੀਂ ਹੋਣੀ ਇਹ ਤੋਂ, ਇਹ ਤਾਂ ਸਾਲਾ ਪਹਿਲਾਂ ਹੀ ਘਰ ਜੋ ਆਈ ਆ। ਸਾਲਿਓ ਕਿਤੇ ਤਾਂ ਛੱਡ ਜਾਓ, ਮੈਨੂੰ ਨਾਲ ਲਿਜਾਣੋ। ਸਾਲਿਆ ਉਹ ਤਾਂ ਘੁੰਮਣ ਫਿਰਨ ਨੂੰ ਹਰ ਥਾਂ ਸਾਡੇ ਨਾਲ ਜਾਂਦਾ, ਉੱਪਰ ਚੜ੍ਹਨ ਲੱਗੇ ਨੂੰ ਸਾਹ ਚੜ੍ਹਦਾ। ਤੁਸੀਂ ਜਾ ਕੇ ਛੱਡੋ, ਮੈਂ ਬਾਅਦ 'ਚ ਆਉਣਾ। ਸਾਲਿਓ ਇੱਥੇ ਬੈਠੇ ਲੜੀ ਜਾਂਦੇ ਹੋ, ਕੋਈ ਬਚਣ ਦਾ ਹੀ ਜਗਾੜ ਲਾ ਲਓ। ਪਰ ਜਿੰਨਾ ਕੱਸ ਕੇ ਮਾਮਾ ਉਹਨੇ ਬੰਨਿਆ ਨਾ, ਸਾਡੇ ਕੋਲੋਂ ਪਾਸਾ ਨਹੀਂ ਲਿਆ ਜਾਂਦਾ। ਤੂੰ ਜਗਾੜ ਲਾਉਣ ਦੀ ਗੱਲ ਕਰਦਾ ਯਾਰ। ਡੈਡੀ ਇਹਦੇ ਚੁੱਪ ਨਹੀਂ ਹੋਣਾ, 5 ਬੋਲਣ ਦੀ ਥਾਂ ਆਪ ਹੀ ਬਣਾਉਣੀ ਪੈਣੀ ਹੈ। 5 ਲੱਕੀ ਕੁੱਤੇ, ਕਮੀਨੇ, ਘਟੀਆ ਇਨਸਾਨ। ਇੱਕ ਮਿੰਟ, ਹੈਲੋ, ਤੇਰੀ ਹਿੰਮਤ ਕਿਵੇਂ ਹੋਈ ਇਸ ਕੁੜੀ ਕੋਲ ਹੋਟਲ 'ਚ ਜਾਣ ਦੀ? ਜੇ ਤੂੰ ਬੈਠਾ ਵੀ ਉਹਦੇ ਨਾਲ ਚਿੰਬੜ ਕੇ, ਉਹ ਬੈਠਾ ਕਿਤੋਂ? ਮੈਂ ਤਾਂ ਬੰਨਿਆ ਹੋਇਆ, ਨਾਲੇ ਮੈਂ ਉਹ ਡੌਨ ਜੀ ਨੂੰ ਕਿਹਾ ਸੀ ਵੀ ਇਹਨੂੰ ਉਹਨਾਂ ਨਾਲ ਬੰਨ ਦੇ, ਉਹ ਸਾਲੇ ਕਹਿੰਦੇ ਅਸੀਂ ਹੋਰ ਤਰ੍ਹਾਂ ਦੀਆਂ ਗੱਲਾਂ ਕਰ ਰਹੀਆਂ। ਹਾਂ ਤੂੰ ਕੁਛ ਵੀ ਕਰੀ ਜਾ, ਅੱਜ ਤਾਂ ਮੈਂ ਤੈਨੂੰ ਨਹੀਂ ਛੱਡਣਾ। ਉਹ ਡੌਨ ਨੂੰ ਖੜੇ ਕੀ ਦੇਖਦੇ? ਤੁਸੀਂ ਗੋਲੀ ਮਾਰ ਦਿਓ। ਗੋਲੀ ਤਾਂ ਮੈਂ ਤੈਨੂੰ ਮਾਰੂ ਅੱਜ। ਉਹ ਯਾਰ ਤੂੰ ਕਿਉਂ ਮਾਰੇਂਗੀ, ਮੈਨੂੰ ਤਾਂ ਸਾਲੇ ਹੋਟਲ ਵੀ ਇਹੀ ਨਾਲ ਲੈ ਕੇ ਗਏ ਸੀ। ਅੱਜ ਸਾਰਿਆਂ ਨੂੰ ਵੱਡੂ। 5 ਉਹ 5 ਹੋ ਗਏ, ਕੋਈ ਡੈਡੀ ਦੀ ਵੀ ਸੁਣ ਲਓ। ਓਏ ਭਰਜਾਈ ਜੀ, ਪਹਿਲਾਂ ਗੱਲ ਤੇ ਸੁਣ ਲਓ ਸਾਡੀ ਪਿਆਰ ਨਾਲ। ਤੁਸੀਂ ਆਏ ਹੋਏ ਹੋ, ਮੈਂ ਗੋਲੀ ਮਾਰਨੀ ਹੈ। ਥੈਂਕ ਯੂ ਭੂਆ ਜੀ। ਸੀਰਤ ਹੁਣ ਇਹ ਕੌਣ ਹੈ? ਆ ਦੇਖ ਲੋ, ਅਸੀਂ ਤਾਂ ਝੂਠ ਬੋਲਦੀਆਂ ਸੀ ਨਾ। ਇਹ ਸਭ ਕੀ ਚੱਲ ਰਿਹਾ ਲੱਕੀ? ਇੱਥੇ ਤਾਂ ਬਹੁਤ ਕੁਝ ਚੱਲ ਰਿਹਾ ਜੀ, ਹੁਣ ਤੁਹਾਨੂੰ ਮੈਂ ਕਾਹਦੀ ਡਿਟੇਲ ਦੇਵਾਂ? ਤੂੰ ਦੂਸਰੀ ਕੁੜੀ ਨੂੰ ਖੋਪਚੇ 'ਚ ਲੈ ਕੇ ਗਿਆ ਸੀ? ਖੋਪਚੇ 'ਚ ਨਹੀਂ, ਇਹ ਕੁੜੀ ਨੂੰ ਹੋਟਲ 'ਚ ਲੈ ਕੇ ਗਿਆ ਸੀ, ਉਹ ਵੀ ਆਪਣੇ ਬਰਥਡੇ ਵਾਲੇ ਦਿਨ। ਹੋਟਲ ਤਾਂ ਖੋਪਚੇ ਨਾਲੋਂ ਵੀ ਮਾੜਾ ਹੁੰਦਾ। ਪਰ ਬਰਥਡੇ ਵਾਲੇ ਦਿਨ ਤਾਂ ਇਹ ਚੰਗੇ ਹੋਟਲ ਦੇ ਵਿੱਚ ਸੀ। ਇਹ ਕਹਿੰਦਾ ਹੋਟਲ ਚੰਗਾ ਸੀ? ਹੋਟਲ ਚੰਗਾ ਵੀ ਹੋਵੇ ਤਾਂ ਵੀ ਮਾੜਾ ਹੁੰਦਾ। ਵੀਰ ਜੀ ਵਿੱਚ ਨਾ ਪਾਓ, ਮੈਨੂੰ ਅੱਜ ਪੰਗਾ ਵੱਡਾ ਹੀ ਲੱਗਦਾ। ਹੈਲੋ ਰਾਮਲੀਲਾ, ਆਪਣਾ ਬੁਨਿਆਦ ਸੀਰੀਅਲ ਆਪਣੇ ਘਰ ਜਾ ਕੇ ਚਲਾਓ। ਭਾਜੀ ਤੁਸੀਂ ਵਿੱਚ ਨਾ ਬੋਲੋ, ਆਪਣਾ ਕੰਮ ਕਰੋ ਬਸ। ਹਾਂ, ਚੱਕ ਲਓ ਮੇਰੇ ਸਾਲੇ ਨੂੰ। ਛੱਡ ਦੋ ਮੈਨੂੰ, ਮੈਂ ਦੰਦੀ ਵੱਢ ਲੂੰ। ਚੱਕੀ ਦਾਦਾ ਗਲਵੜ ਦੇ ਦਾ, ਰਹਿਣ ਦੋ ਡੈਡੀ ਦਾ ਰਸਤੇ ਚੱਲਦੇ ਆ। ਤੂੰ ਪੰਡਤ ਦਾ ਨਹੀਂ, ਡੌਨ ਦਾ ਮੁੰਡਾ ਹੈ। ਲੱਕੀ ਇਹ ਸਭ ਕੀ ਆ? ਤੁਸੀਂ ਮੁੜਕੁੜ ਮੇਰੇ ਤੇ ਯਾਰਿਆ ਕਰੋ, ਤੁਹਾਨੂੰ ਵੀ ਤਾਂ ਦਿਖਦਾ ਇਹ ਸਭ ਕੀ ਆ? ਬਣ ਲਓ ਇਹਨਾਂ ਸਾਰਿਆਂ ਨੂੰ। ਇੱਕ ਮਿੰਟ ਭਾਜੀ, ਪਹਿਲਾਂ ਐ ਦੱਸੋ ਤੁਹਾਡਾ ਕਾਹਦਾ ਮਸਲਾ? ਮੈਂ ਆਪਣੀ ਪੈਨ ਡਰਾਈਵ ਲੈਣ ਆਇਆ। ਕਿਹੜੀ ਸ਼ੌਪ ਤੋਂ ਆਇਆ? ਓਏ ਮੈਂ ਕੰਪਿਊਟਰ ਹਾਰਡਵੇਅਰ ਦਾ ਕੰਮ ਨਹੀਂ ਕਰਦਾ, ਡੌਨ ਆ। ਕਿਹੜੇ ਜ਼ਿਲ੍ਹੇ ਦੇ? ਓਏ ਡੀਸੀ ਨਹੀਂ ਲੱਗਾ, ਡੌਨ ਆ, ਡੌਨ। ਉਹ ਲੱਕੀ ਸਮਝਾ ਲੈ ਆਪਦੇ ਸਾਲੇ ਨੂੰ, ਨਹੀਂ ਤਾਂ ਸਾਰੇ ਮਾਰੇ ਜਾਵਾਂਗੇ ਤੇਰੇ ਤੋਂ ਸਮੇਂ। ਮੈਨੂੰ ਤਾਂ ਲੱਗਦਾ ਸੀ ਤੇਰਾ ਹੀ ਸਾਲਾ ਕਮਲਾ, ਪਰ ਅੱਜ ਪਤਾ ਲੱਗਿਆ ਦੁਨੀਆ ਦੇ ਸਾਰੇ ਹੀ ਸਾਲੇ ਕਮਲੇ ਹੋਣਗੇ। ਕੋਈ ਮੇਰੀ ਸੁਣੇਗਾ? ਪਾਜੀ ਦੇਖਦੇ ਕੀ ਹੋ, ਆਪਣੇ ਪੈਰ ਦਾ ਘਰ ਬਚਾਓ। ਅੱਛਾ ਦੇਖ ਮੇਰੀ ਗੱਲ ਸੁਣ, ਪਲੀਜ਼ ਕੋਈ ਵਿੱਚ ਨਾ ਆਇਓ, ਅੱਜ ਮੈਂ ਆਪੇ ਹੀ ਸਭ ਠੀਕ ਕਰੂੰ। ਤੁਸੀਂ ਇਹਦੀ ਕਿਉਂ ਸੁਣੀ ਜਾਂਦੇ ਹੋ ਪਾਜੀ? ਆਪਣੀ ਭੈਣ ਦਾ ਘਰ ਬਚਾਓ। ਭੈਣ ਦਾ ਘਰ ਉਜਾੜਨ ਵਾਲੇ ਤਾਂ ਤੁਸੀਂ ਹੋ, ਹੁਣ ਬਚਾਓ ਬਚਾਓ ਲਈ ਹੈ। ਦੇਖ ਤੂੰ ਟੈਨਸ਼ਨ ਨਾ ਲੈ, ਇਹਨਾਂ ਨੇ ਮੈਨੂੰ ਸਭ ਦੱਸਤਾ। ਤੇ ਤੁਸੀਂ ਤਾਂ ਵੀ ਇਹਨਾਂ ਦੇ ਨਾਲ ਹੋ? ਵੈਸੇ ਗੱਲ ਤਾਂ ਸਹੀ ਕਹਿ ਰਹੇ ਨੇ ਇਹ। ਵੀਰ ਜੀ ਹੁਣ ਪਤਾ ਲੱਗਿਆ ਲੱਕੀ ਆਪਣੀਆਂ ਹੱਦਾਂ ਕਿਉਂ ਪਾਰ ਕਰਦਾ ਹੈ, ਕਿਉਂਕਿ ਤੁਸੀਂ ਸਾਰੇ
ਖਾ ਲੋ। ਮੇਰੀ ਪੈਨ ਡਰਾਈਵ ਦੇ ਦਿਓ ਯਾਰ। ਸੀਰਤ ਨੂੰ ਪੜੋ, ਉਹਨੂੰ ਪੜੋ, ਉਹ ਕੋਈ ਪੜ ਲਓ ਯਾਰ ਸੀਰਤ ਨੂੰ ਜੇਤੀ। ਜੈਕੀ ਬਾਹਰ ਜਾ ਕੇ ਦੇਖੀ ਕਿਤੇ ਘਰ ਦੇ ਬਾਹਰ ਪਾਗਲ ਖਾਨਾ ਤਾਂ ਨਹੀਂ ਲਿਖਿਆ। ਓ ਡੈਡੀ ਇੱਥੇ ਕਿੱਦਾਂ ਦੇਖਣ ਵੀ ਆਏ ਓਏ। ਇਹੀ ਹੈ ਨਾ ਸਾਡੀ ਪਿਆਰ ਦੀ ਨਿਸ਼ਾਨੀ, ਇਹਨੂੰ ਨਾਲ ਲੈ ਕੇ ਨਹਿਰ ਛਾਲ ਮਾਰੋ, ਆਪ ਦੇ ਨਾਲ ਨਾਲ ਇਹਨੂੰ ਵੀ ਖਤਮ ਕਰ ਦਿਓ। ਜੈਕੀ ਦਾਦਾ ਆ ਜਾ ਬੈ ਜਾ, ਮੈਂ ਅੱਜ ਤੋਂ ਬਾਅਦ ਇਹ ਕੰਮ ਹੀ ਛੱਡ ਦੇਣਾ। ਆ ਲੈ, ਕੰਮ ਚਲਾਉਣੇ ਤਾਂ ਹੁਣ ਸਾਰੇ ਔਖੇ ਹੁੰਦੇ ਡੈਡੀ। ਵੈਸੇ ਗੱਲ ਗਲਤ ਹੈ, ਇੰਨਾ ਲੇਟਲੀ ਤਾਂ ਕਦੇ ਤੁਹਾਨੂੰ ਮੰਮੀ ਨਹੀਂ ਲੈਂਦੇ ਜਿੰਨਾ ਇਹ ਲਈ ਜਾਂਦੇ। ਖਬਰਦਾਰ ਜੇ ਹਜੇ ਕੁਛ ਕੀਤਾ। ਜਸਟ ਸ਼ਟ ਅਪ ਯੂ ਚੀਟ, ਮੈਨੂੰ ਆਰਡਰ ਨਾ ਦੇ। ਨਹੀਂ ਨਹੀਂ ਪਲੀਜ਼ ਮੇਰੀ ਗੱਲ ਸੁਣ। ਉਹ ਵੇਖ ਲੈ ਮਾਮਾ, ਮਰਨ ਲੱਗੀ ਵੀ ਤੇਰੀ ਬੇਇੱਜ਼ਤੀ ਕਰਕੇ ਗਈ ਹੂੰ। ਗੁੰਡਾ ਜੀ ਪੈਨ ਡਰਾਈਵ ਤਾਜ ਮਹਿਲ ਦੇ ਵਿੱਚ ਆ। ਉਹ ਮਗਰੇ ਜਾਣਾ ਪੈਣਾ। ਨਹੀਂ ਨਹੀਂ ਨਹੀਂ, ਜਿਹੜਾ ਤਾਜ ਮਹਿਲ ਸੀਰਤ ਲੈ ਕੇ ਭੱਜੀ ਉਹਦੇ ਵਿੱਚ ਹੈ। ਤੁਹਾਡੀ ਮਾਂ ਨੂੰ ਮੋਸੀਆਂ ਖਾ, ਫੜ ਲਓ ਕੁੜੀ ਨੂੰ ਚੱਲ। ਉਹ ਫਤਿਹ ਮੈਨੂੰ ਵੀ ਨਾਲ ਲੈ ਜਾਓ। ਉਹ ਹੁਣ ਸਾਡੇ ਵੱਲ ਕੀ ਬਿਟਰ ਬਿਟਰ ਵੇਖਦੀ ਹੋ, ਜਾ ਕੇ ਸੀਰਤ ਨੂੰ ਫੜੋ। ਓਹੋ ਪਹਿਲਾਂ ਇਹ ਤਾਂ ਕਲੀਅਰ ਕਰੋ ਕਿ ਸੀਰਤ ਹੈ ਕੌਣ। ਸੀਰਤ ਤੋਂ ਤੁਹਾਡੀ ਮਾਂ ਜਿਹੜੀ ਭੱਜ ਗਈ ਹੈ। ਹਾਏ ਮੈਂ ਮਰ ਗਈ, ਇਹ ਸਾਰਾ ਸਿਆਪਾ ਇਸ ਬੰਟੀ ਦਾ ਪਾਇਆ ਹੋਇਆ, ਇਹਨੇ ਤਾਂ ਇਹਨੂੰ ਸੀਰਤ ਕਹਿ ਕੇ ਮਲਾਇਆ ਸੀ। ਜੇ ਸਾਲਿਆ ਤੇਰੀ ਭੈਣ ਨਾ ਖੜੀ ਹੁੰਦੀ ਨਾ ਤਾਂ ਮੈਂ ਤੈਨੂੰ ਭੈਣ ਦੀ ਗਾਲ ਕੱਢਣੀ ਸੀ। ਮੈਨੂੰ ਤਾਂ ਇਹਨਾਂ ਨੇ ਇਸੇ ਨੂੰ ਇਹ ਦੀ ਮੰਗੇਤਰ ਕਹਿ ਕੇ ਮਲਾਇਆ ਸੀ। ਲੱਕੀ ਤੇਰਾ ਕੀ ਬਣੂ। ਉਹ ਭਾਜੀ ਪਹਿਲਾਂ ਮੇਰੇ ਹੱਥ ਖੋਲੋ, ਮੈਂ ਜਾ ਕੇ ਸੀਰਤ ਨੂੰ ਬਚਾਵਾਂ, ਇਹ ਗੱਲਾਂ ਬਾਅਦ ਚ ਦੇਖਾਂਗੇ। ਲੋਕ ਤਾਂ ਕੁੱਟ ਖਾ ਕੇ ਚੁੱਪ ਹੋ ਗਏ, ਮੈਂ ਰੋਣ ਲੱਗ ਜਾਣਾ, ਮੈਨੂੰ ਬਸ ਤਾਜ ਚਾਹੀਦਾ ਹੈ। ਚੱਕ ਤਾਜ। ਸੀਰਤ 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 ਤਾਜ ਕਿੱਥੇ ਹੈ? ਹਾਂ ਮੈਨੂੰ ਨਹੀਂ ਪਤਾ। ਅੱਛਾ ਮੈਂ ਤੈਨੂੰ ਦੋ ਆਪਸ਼ਨ ਦੇਣਾ। ਪਹਿਲੀ ਆਪਸ਼ਨ ਫੋਨ ਅ ਫਰੈਂਡ, ਪਰ ਫਰੈਂਡ ਤਾਂ ਤੇਰੀ ਬੇਹੋਸ਼ ਪਈ। ਸੈਕਿੰਡ ਆਪਸ਼ਨ ਸ਼ੂਟ ਦ ਫਰੈਂਡ। ਡੈਡੀ ਪੈਨ ਡਰਾਈਵ ਮਿਲ ਗਈ। ਓਏ ਸਵਾਦ ਆ ਗਿਆ, ਪੈਨ ਡਰਾਈਵ ਸੰਭਾਲ ਲਾ ਤੇ ਤਾਜ ਮਹਿਲ ਦੇ ਦੇ ਸ਼ਾਹਜਹਾਂ ਨੂੰ। ਕਮਾਲ ਕੀਤਾ ਪੁੱਤਰ, ਵੈਰੀ ਗੁੱਡ, ਕਮਾਲ ਕੀਤਾ, ਕਮਾਲ ਕੀਤਾ ਪੁੱਤਰ, ਦੇ ਦੇ ਮੈਨੂੰ। ਸ਼ਾਬਾਸ਼ ਮੇਰੇ ਬੱਚੇ। ਡਾਕਟਰ ਸਾਹਿਬ
ਅਰੈਸਟ ਕਰੋ ਇਹਨਾਂ ਤਿੰਨਾਂ ਨੂੰ। 2 ਮਹੀਨਿਆਂ ਤੋਂ ਤੁਹਾਡੇ ਪਿੱਛੇ ਸੀ। ਇਹ ਉਹੀ ਪੈਨ ਡਰਾਈਵ ਹੈ ਨਾ ਜਿਹਦੇ 'ਚ ਮੰਤਰੀ ਮੁਖਤਿਆਰ ਸਿੰਘ ਦੀਆਂ ਫੋਟੋਆਂ ਨੇ। ਬਲੈਕਮੇਲਿੰਗ ਤੇ ਕਤਲ ਦਾ ਇਲਜ਼ਾਮ ਹੈ ਤੁਹਾਡੇ ਤੇ। ਲੈ ਚਲੋ ਇਹਨਾਂ ਨੂੰ। ਸਿਰਤ 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 ਉੱਠ। ਓ ਵਿੱਕੀ ਰੁਕ 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 ਜਰਾ ਆ ਜਾ ਆ ਜਾ ਯਾਰ। ਗੁਰੀ ਤੂੰ ਭਰਜਾਈ ਅੱਗੇ ਬੁਰਾ ਕਿਉਂ ਬਣਦਾ ਪਿਆ ਹੈ? ਤਾਂ ਸ਼ੈਫੀ ਮੇਰੀ ਫਰੈਂਡ ਸੀ ਨਾ। ਚਲੋ ਹੁਣ ਕੋਈ ਨਾ। ਲੈ ਕੋਈ ਨਾ, ਕਾਹਤੂੰ ਜਾ, ਤੇਰਾ ਕੋਈ ਕਸੂਰ ਹੀ ਨਹੀਂ। ਨੀਅਤ ਤਾਂ ਸਾਡੀ ਸਾਰਿਆਂ ਦੀ ਖਰਾਬ ਸੀ। ਕੋਈ ਨਾ, ਹੁਣ ਵੱਡੇ ਵੱਡੇ ਬੰਦਿਆਂ ਦੀ ਨੀਅਤ ਖਰਾਬ ਹੋ ਜਾਂਦੀ ਆ। ਤੁਸੀਂ ਤਾਂ ਫੇਰ ਛੋਟੇ ਹੋ, ਪਰ ਤੁਹਾਡਾ ਮਨ ਤਾਂ ਸਾਫ਼ ਸੀ। ਐਵੇਂ ਕਾਹਨੂੰ ਝੂਠ ਬੋਲੀਏ, ਮਨ ਤਾਂ ਤੇਰੇ ਇਕੱਲੇ ਦਾ ਹੀ ਸਾਫ਼ ਸੀ। ਅਸੀਂ ਤਾਂ ਜਦੋਂ ਵੀ ਕਦੇ ਇਹੋ ਜਿਹੇ ਪ੍ਰੋਜੈਕਟ ਤੇ ਗਏ ਆ, ਸਾਲੇ ਕੱਪੜੇ ਬਾਅਦ 'ਚ ਪੈਕ ਕੀਤੇ ਆ, ਮੈਲੀ ਨੀਤ ਪਹਿਲਾਂ ਪੈਕ ਕੀਤੀ ਆ। ਕੀ ਦੱਸੀਏ ਯਾਰ, ਉਦਨ ਹੋਟਲ 'ਚ ਜਦੋਂ ਤੂੰ ਸ਼ੈਫੀ ਕੋਲ ਇਕੱਲਾ ਰਹਿ ਗਿਆ ਨਾ ਕਮਰੇ 'ਚ, ਪਤਾ ਨਹੀਂ ਕੀ ਇਮੈਜਿਨ ਕੀਤਾ ਸੀ ਬਾਹਰ ਆ ਕੇ। ਲੱਕੀ ਤੂੰ ਉਹਦੇ ਨਾਲ ਕਮਰੇ 'ਚ ਇਕੱਲਾ ਸੀ? ਨਹੀਂ ਨਹੀਂ, ਮੈਂ ਤਾਂ ਉਹਨੂੰ ਧੱਕਾ ਮਾਰ ਕੇ ਆ ਗਿਆ ਸੀ। ਉਹ ਤੁਸੀਂ ਜਾਓ, ਮੈਂ ਆਪਦਾ ਮਸਲਾ ਆਪੇ ਸੁਲਝਾ ਲੂੰ। ਆ ਭਰਜਾਈ ਤੂੰ ਗਲਤ ਨਾ ਸਮਝ, ਉਹ ਕੁੜੀ ਉਹ ਗਲਤ ਸੀ। ਇਹਨੇ ਵਿਚਾਰੇ ਨੇ ਤਾਂ ਕੁੜੀ ਦੀ ਲਾਸ਼ ਨੂੰ ਹੱਥ ਵੀ ਨਹੀਂ ਲਾਇਆ। ਕੁੜੀ ਵੀ ਮਾਰਤੀ? ਬਸ ਸਾਲਿਓ ਦਬਾਓ, ਹੁਣ ਪਤਾ ਲੱਗਿਆ ਤੁਹਾਡੇ ਪੈਰ ਹੀ ਮਨੂਸ ਨੇ, ਜਿੱਥੇ ਪੈਂਦੇ ਆ ਸਾਲੇ ਪੌੜਾ ਪਾਉਂਦੇ ਆ। ਨਾ ਮਨੂਸ ਨੂੰ ਸਾਲਿਆ ਸੀ, ਤੇਰਾ ਬਾਂਦਰ ਧੁੱਪੇ ਬੰਨਦਾ ਯਾਰ। ਤੇਰੇ ਵਾਸਤੇ ਮਾਮਾ ਸੀ ਜਗਾੜ ਕਰਦੇ ਮਰ ਗਏ। ਉਹ ਤੁਹਾਡੇ ਜਗਾੜਾਂ ਨੇ ਮਰਵਾਇਆ ਵਾ। ਓਏ ਅਸੀਂ ਮਰਵਾਇਆ? ਤੇਰੀ ਇੰਗੇਜਮੈਂਟ ਵਾਲੇ ਦਿਨ ਅਸੀਂ ਕਿਹਾ ਸੀ ਤੈਨੂੰ ਕਿ ਜਾ ਕੇ ਆਪਣੀ ਪੁਰਾਣੀ ਸਹੇਲੀ ਨੂੰ ਜੱਫੀਆਂ ਪਾ। ਕੁੱਤਿਓ, ਸਾਲਿਓ ਇਹਦੀ ਮੈਮਰੀ ਰੀਫਰੈਸ਼ ਕਰਨ ਲੱਗੇ ਹੋ। ਓ ਹੋਟਲ 'ਚ ਕੁੜੀ ਦੇ ਕਤਲ ਦੇ ਇਲਜ਼ਾਮ 'ਚੋਂ ਤੈਨੂੰ ਅਸੀਂ ਬਚਾਇਆ। ਓਏ ਕੀ ਸਾਡਾ ਕਤਲ 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 ਕਰਨ ਡਿਆ, ਹੁਣ ਫੇਰ ਮਰਵਾਉਣਾ ਸਾਨੂੰ? ਨਾ ਫੇਰ ਮਰਵਾਉਣ ਤੋਂ ਕੀ ਮਤਲਬ, ਪਹਿਲਾਂ ਸਾਲਿਓ ਮੈਂ ਮਰਵਾਇਆ ਤੇ ਹੋਰ ਕਿਹਨੇ ਮਰਵਾਇਆ ਸੀ? ਨਾ ਸਾਲਿਆ ਕੁੜੀ ਦੇ ਕਮਰੇ 'ਚ ਜਾਂਦਾ ਤੇ ਨਾ ਉਹਦੀ ਮਰੀ ਪੈਂਦੇ ਲਿਆ ਕੇ ਸਾਨੂੰ ਖਬਰ ਦਿੰਦਾ। ਮੈਨੂੰ ਕੋਈ ਸ਼ੌਕ ਨਹੀਂ ਸੀ ਉੱਥੇ ਜਾਣ ਦਾ, ਮੈਂ ਮਸਲਾ ਸਮਝਾਉਣ ਗਿਆ ਸੀ ਉੱਥੇ। ਮਸਲੇ ਨੂੰ ਸਾਲਿਆ ਕਸ਼ਮੀਰ ਮਸਲਾ ਸੀ ਜੇ ਅਸੀਂ ਜਾਂਦੇ ਉੱਥੇ ਕੁੜੀ ਦੇ ਦੰਦੀਆਂ ਵੱਢਣੀਆਂ ਸੀ। ਓਏ ਓਏ ਕੀ ਬੁਲਸ਼ਿਟ ਲੈਂਗੁਏਜ ਯੂਜ਼ ਕਰ ਰਿਹਾ, ਮੇਰੀ ਫਰੈਂਡ ਆ ਯਾਰ ਉਹ। ਸਾਲਿਆ ਫਰੈਂਡ ਦਾ ਹੋਇਆ, ਜਦੋਂ ਮਰੀ ਸੀ ਤੇਰੀ ਅੱਖ 'ਚੋਂ ਹੰਝੂ ਇੱਕ ਨਹੀਂ ਡਿੱਗਿਆ। ਨਾ ਹੰਝੂ ਨੂੰ ਸਾਲਿਓ ਕਰੰਟ ਲਾ ਕੇ ਮਰੀ ਸੀ, ਭਈ ਮੈਂ ਉਹਦੇ ਕੋਲ ਬਹਿ ਕੇ ਕੀਰ ਨੇ ਪਾਉਂਦਾ, ਇੰਨਾ ਚਵਲ ਨੇ ਮਾਰੀ ਸੀ। ਉਹ ਮਾਰੀ ਮੂਰੀ ਕੋਈ ਨਹੀਂ, ਸੌਸ ਲੱਗੀ ਸੀ ਉਹਦੇ। ਸਾਲਿਆ ਸੌਸ ਤੈਨੂੰ ਪਹਿਲਾਂ ਨਹੀਂ ਦਿਖਦੀ ਸੀ, ਚੈੱਕ ਕਰ ਲੈਣੀ ਸੀ। ਤੇਰੇ ਪਿੱਛੇ ਕੁੱਤੇ ਵਾਲੀ ਜੂਨ ਹੋਈ ਪਈ ਆ, ਸਾਲਿਆ ਘਰ ਜਵਾਈ। ਸਾਲਿਆ ਘਰ ਜਵਾਈ ਦੀ ਗੱਲ ਕਰ ਦਿਓ, ਮੈਂ ਤੁਹਾਡੀ ਭੈਣ ਨੂੰ ਵਿਆਹ। ਸਾਡੀ ਭੈਣ ਹੁੰਦੀ ਨਾ ਅਸੀਂ ਖੂਹ 'ਚ ਸੁੱਟ ਦਿੰਦੇ, ਤੈਨੂੰ ਤੇ ਆਪਣੀ ਭੈਣ ਨੂੰ ਕਿਸੇ ਚੰਗੀ ਥਾਂ ਵਿਆਹ ਦਿੰਦੇ। ਨਾ ਮੈਨੂੰ ਖਤਰਾ ਨਿਕਲਿਆ, ਜਨਾਨੀ ਤੋਂ ਵਧੀਆ ਸਾਂਭ ਲੈਣਾ ਮੈਂ। ਜਨਾਨੀ ਸਾਂਭ ਲੈਣਾ, ਤੂੰ ਜਨਾਨੀ ਵਿਆਹੀ ਹੈ ਕਿ ਗੋਦ ਲਈ? ਆਹੋ ਨਾਲੇ ਸਾਡੀਆਂ ਜਨਾਨੀਆਂ ਤਾਂ ਸੜਕ ਤੇ ਰੋਲੀਆਂ ਫਿਰਦੀਆਂ ਨੇ। ਤੇਰੇ ਵਾਲੀ ਤਾਂ ਰੁਲਦੀ ਆ, ਤੁਹਾਡਾ ਨਾ ਬੋਲ। ਸਾਲਿਓ ਤੁਹਾਡੇ ਕਰਕੇ ਰੋਲੀ ਫਿਰਦੀ ਆ। ਨਾ ਅਸੀਂ ਇਹਦੇ ਘਰ ਦੀ ਰਜਿਸਟਰੀ ਦੱਬ ਲਈ। ਸਾਲਾ ਰਜਿਸਟਰੀ ਦਾ ਹੋਇਆ, ਤੇਰੇ ਵਰਗਾ ਕਿਸੇ ਦੇ ਘਰ ਦੀ ਘੰਟੀ ਦੱਬ ਲਿਆ ਅਗਲਾ ਮੂਹਰੇ ਰਗੜਾ ਮਾਰਦਾ। ਨਾਲੇ ਓਏ ਤੂੰ ਸਾਲਿਆ ਇਹਦੇ ਨਾਲ ਰਲਿਆ ਫਿਰਦਾ, ਤੈਨੂੰ ਪਤਾ ਤੇਰੀ ਫਰੈਂਡ ਨੂੰ ਮਰੀ ਹੋਈ ਸਮਝ ਕੇ ਇਹ ਜੱਫੀਆਂ ਪਾਉਣ ਨੂੰ ਫਿਰਦਾ ਸੀ। ਉਹ ਜਿੰਦੀ ਜਨਾਨੀਆਂ ਨੂੰ ਕੋਈ ਹੱਥ ਨਹੀਂ ਲਾਉਣ ਦਿੰਦੀ, ਮਰੀ ਨਾਲ ਹੀ ਫੀਲਿੰਗ ਲੈਣੀ ਸੀ ਹੈ ਕੀ? ਸਾਲਿਆ ਤੂੰ ਵੀ ਤਾਂ ਨਾਲੇ ਸੀ। ਸਾਲਿਆ ਫੇਰ ਕੀ ਹੈ ਜੇ ਮਰੀ ਪੈਨੂੰ ਜੱਫੀ ਪਾ ਲਈ, ਲਾਸ਼ ਤਾਂ ਕੁਛ ਕੱਸ ਗਿਆ, ਤੂੰ ਵੀ ਤਾਂ ਸਾਲੀ ਦੇ ਸਾਹਮਣੇ ਸੀ। ਉਹ ਸਾਲਿਓ ਸ਼ੈਫੀ ਫਰੈਂਡ ਮੇਰੀ, ਮੈਂ ਜਿੰਦੀ ਨੂੰ ਜੱਫੀਆਂ ਪਾਉਣ ਨੂੰ ਤਰਸਦਾ ਰਿਹਾ, ਤੁਸੀਂ ਮਰੀ ਨੂੰ ਜੱਫੀਆਂ ਪਾਈ ਗਏ। ਚੱਲ ਸੌਰੀ ਯਾਰ, ਇਟਸ ਆਲ ਰਾਈਟ। ਗੱਲ ਸੁਣ ਮੇਰੀ, ਕੋਈ ਗੱਲ ਨਹੀਂ, ਹੁਣ ਬੇਲ ਕਰਾ ਕੇ ਜਿੰਨੀਆਂ ਮਰਜ਼ੀ ਜੱਫੀਆਂ ਪਾ ਲਈ। ਕਿਉਂ ਹੂੰ ਦਾ ਕੀ ਮਤਲਬ ਯਾਰ, ਹੁਣ ਬੇਲ 'ਚ ਵੀ ਬਰਾਬਰ ਦਾ ਹਿੱਸਾ ਪਊ ਤੇ ਜੱਫੀਆਂ 'ਚ ਵੀ? ਹਾਂ ਅਸੀਂ ਮੰਨਿਆ ਤਾਂ ਤੁਹਾਨੂੰ ਜੱਫੀਆਂ। ਉਹ ਮਰ ਗਏ, ਸੌਰੀ ਡਾਰਲਿੰਗ। ਸੀਰਤ ਮੁੰਡਾ ਫਿੱਟ ਆ, ਤੈਨੂੰ ਭੱਜ ਕੇ ਬਚਾ ਲਿਆ, ਮੇਰੇ ਤੋਂ ਤਾਂ ਭੱਜਿਆ ਵੀ ਨਹੀਂ ਜਾਣਾ ਸੀਗਾ।